السلام عليكم ورحمة الله وبركاته. الله أكبر. الله أكبر. الله أكبر. الله أكبر. الله أكبر. أشهد أن لا إله إلا الله. أشهد أن لا إله إلا الله. أشهد أن لا إله إلا الله. أشهد أن محمدا رسول الله. أشهد أن محمدا رسول الله. صلى الله عليه وسلم. أشهد أن محمدا رسول الله. محمدا رسول الله. لا حول ولا قوة إلا بالله. هيا للصلاة. لا حول ولا قوة. هيا للفلاة. لا حول ولا قوة إلا بالله. لا حول ولا قوة إلا بالله. الله أكبر. الله أكبر. الله أكبر. الله أكبر. لا إله إلا الله. لا إله إلا الله. اللهم صل على محمد وعلى آل محمد، على إبراهيم وعلى آل إبراهيم إنك حميد مجيد، محمد وعلى آل محمد كما باركت. رب هذه الدعوة التامة والصلاة القائمة محمدا الوسيلة والفضيلة مقام محمودا الذي وعدته إنك لا تخلف الميعاد. الحمد لله رب العالمين، والصلاة والسلام على سيدنا ومولانا محمد خاتم النبيين وعلى آله الطاهرين وأصحابه الصالحين، أما بعد، فأعوذ بالله من الشيطان الرجيم، بسم الله الرحمن الرحيم. ذلك ومن يعظم شعائر الله فإنها من تقوى القلوب. واجب الاحترام سامعین کرام، گزشتہ جمعہ خطبۃ المبارک سے قربانی کے بارے مسائل بیان ہوئے، ਕੁਛ ਚੀਜ਼ਾਂ ਰਹਿ ਵੀ ਗਈਆਂ ਹੋਣੀਆਂ ਕਈਆਂ ਦੋਸਤਾਂ ਦੇ ਜ਼ਿਹਨ 'ਚ ਹੋਣਗੀਆਂ। ਤਾਂ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਵੀ ਜਿਨ੍ਹਾਂ ਦੇ ਜ਼ਿਹਨ ਦੇ ਨਾ ਵਿਆਹ ਚੀਜ਼ਾਂ ਕੁਝ ਰਹਿ ਗਈਆਂ ਜਿਨ੍ਹਾਂ ਦਾ ਜਵਾਬ ਹੋਣਾ ਚਾਹੀਦਾ,
ਉਹਨਾਂ ਨੂੰ ਚਾਹੀਦਾ ਵੀ ਉਹ ਸਵਾਲ ਜਿਹੜੇ ਉਹ ਭੇਜ ਦੇਣ। ਇਸ ਤੋਂ ਹੁਣ ਵੀ ਅਗਰ ਕਿਸੇ ਦੇ ਦੇਣ ਜਦੋਂ ਚਿੱਟਾਂ ਲੈ ਕੇ ਪਹਿਲਾਂ ਹੀ ਭੇਜ ਦੇ, ਤਾਂ ਕਿ ਇਸੇ ਖੁਤਬੇ ਪਹਿਲੇ 'ਚ ਮੈਂ ਉਹਨਾਂ ਚੀਜ਼ਾਂ ਦੇ ਬਾਰੇ 'ਚ ਕਹਿ ਦਿਆਂ। ਕੁਛ ਚੀਜ਼ਾਂ ਆ ਗਈਆਂ ਸੀ ਤਾਂ ਕੁਰਬਾਨੀ ਅੱਲਾਹ ਰੱਬੁਲ ਆਲਮੀਨ ਨੇ ਬਿਲਕੁਲ ਤਾਜ਼ੀਮੇ ਸ਼ਾਇਰ ਅੱਲਾਹ ਇਹਨੂੰ ਕਰਾਰ ਦਿੱਤਾ। ਮੈਂ ਅੱਜ ਪੜ੍ਹੀ ਸੂਰਾ ਅਲ-ਹਜ ਦੀ ਕਿ ਜ਼ਮੀਨ 'ਤੇ ਇਸ ਬਾਤ ਦਾ ਯਕੀਨ ਦਿਲਾਉਣ ਲਈ, ਲੋਕਾਂ ਨੂੰ ਇਸ ਬਾਤ ਦਾ ਪਤਾ ਦੇਣ ਲਈ ਕਿ ਅੱਲਾਹ ਤਾਲਾ ਹੈ ਔਰ ਤੁਸੀਂ ਉੱਤੇ ਈਮਾਨ ਰੱਖਦੇ, ਕੁਛ ਨਿਸ਼ਾਨੀਆਂ ਮੁਕਰਰ ਕੀਤੀਆਂ। ਉਹਨਾਂ ਨਿਸ਼ਾਨੀਆਂ ਦਾ ਅਦਬ ਜਿਹੜਾ ਹੈ ਉਹੋ ਹੀ ਬੰਦਾ ਕਰ ਸਕਦਾ ਜਿਹੜਾ ਅੱਲਾਹ ਨੂੰ ਮੰਨੇ। ਜਿਹੜਾ ਉਸ ਦੀ ਹਕੂਮਤ ਨਹੀਂ ਮੰਨਦਾ, ਅੱਲਾਹ ਤਾਲਾ 'ਤੇ ਈਮਾਨ ਨਹੀਂ ਆਉਂਦਾ, ਉਹਨੇ ਅੱਲਾਹ ਦੀ ਨਿਸ਼ਾਨੀਆਂ ਦਾ ਅਦਬ ਕਿਉਂ ਕਰਨਾ? ਮਸਜਿਦ ਨੂੰ ਜਿਹੜਾ ਅੱਲਾਹ ਦਾ ਘਰ ਸਮਝੂਗਾ ਉਹ ਹੀ ਇਹਤਰਾਮ ਕਰੂਗਾ ਕਿ ਇੱਥੇ ਨਾਪਾਕ ਨਹੀਂ ਆਉਣਾ, ਇੱਥੇ ਸ਼ੋਰੋ ਗੁਲ ਨਹੀਂ ਕਰਨਾ, ਮਸਜਿਦ ਦਾਖਲ ਹੋ ਕੇ ਨਮਾਜ਼ ਪੜ੍ਹਨੀ, ਅਦਬ ਨਾਲ ਬਹਿਣਾ। ਜ਼ਾਹਿਰ ਬਾਤ ਇਹ ਸ਼ਾਇਰ ਅੱਲਾਹ 'ਚੋਂ ਹੀ ਮਸਜਿਦ ਦੀ, ਔਰ ਇਸੇ ਤਰ੍ਹਾਂ ਬੈਤੁੱਲਾ ਸ਼ਰੀਫ ਆ, ਔਰ ਇਹ ਕੁਰਬਾਨੀਆਂ ਨੂੰ ਵੀ ਅੱਲਾਹ ਤਾਲਾ ਨੇ ਫਰਮਾਇਆ ਵੱਲ ਬੁੱਧਨਾ ਜਾਲ ਨਾਲ ਮਿਨ ਸ਼ਾਇਰ ਅੱਲਾਹ। ਇਹ ਕੁਰਬਾਨੀ ਦੇ ਜਾਨਵਰ ਜਿਹੜੇ ਗੜੀਆਂ 'ਚ ਫਿਰਦੇ ਆ ਅਤੇ ਸਾਰੇ ਦਵਾਈ ਦੇਣ ਦੇ ਬਿਆਹ ਜਾਨਵਰ ਕੁਰਬਾਨੀ ਦਾ, ਕੁਰਬਾਨੀ ਦਾ, ਇਹ ਵੀ ਅਲਾਮਤ ਹੈ ਇਹ ਮੁਸਲਮਾਨਾਂ ਦਾ ਈਮਾਨ ਯਕੀਨ ਹੈ ਕਿ ਅੱਲਾਹ ਹੈ, ਔਰ ਇਹ ਸਾਰੀ ਜਿਹੜੀ ਮਾਰੋ ਦੌਲਤ ਆ ਅਤੇ ਜਾਨਵਰ ਇਹ ਸਾਰੇ ਅੱਲਾਹ ਦੀ ਅਤਾ ਹੈ। ਔਰ ਜਾਨਵਰ 'ਤੇ ਇੱਕ ਐਸੀ ਸ਼ਾਇਦ ਜਿਹਦੇ ਬਾਰੇ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ, ਜੇ ਇਨਸਾਨ ਇਹਨਾਂ 'ਤੇ ਇੰਨੇ ਫਾਇਦੇ ਉਠਾਉਂਦਾ ਜਿਹੜੇ ਬਿਆਨ ਵੀ ਨਹੀਂ ਹੋ ਸਕਦੇ। ਪਤਾ ਨਹੀਂ ਇਹਨਾਂ ਦਾ ਖੂਨ, ਗੋਬਰ, ਹੱਡੀਆਂ, ਬਾਲ, ਔਰ ਜਿਹੜਾ ਕਿਹੜੀ ਕਿਹੜੀ ਸ਼ਾਇਦ ਜਿਹੜੀ ਇਸਤੇਮਾਲ 'ਚ ਨਹੀਂ ਆ ਰਿਹਾ, ਕਿਤਨੀ ਅਣਗਿਣਤ ਸ਼ਾਇਦ ਇਨਸਾਨ ਤਿਆਰ ਕਰਕੇ ਉਹਨਾਂ ਤੋਂ ਫਾਇਦਾ ਉਠਾ ਰਿਹਾ। ਗਿਜ਼ਾਵਾਂ ਵੱਖਰੀਆਂ, ਦਵਾਵਾਂ ਵੱਖਰੀਆਂ, ਅਰਕ ਜੁਦੇ। ਤਾਂ ਅੱਲਾਹ ਪਾਕ ਕੁਰਾਨ ਚਾਹੁੰਦਾ ਵਲਾ ਕੁਮ ਫੀਹਾ ਮੁਨਾਫ, ਇਹਦੇ 'ਚ ਅਣਗਿਣਤ ਨਫੇ ਆ ਤੁਹਾਨੂੰ, ਇਸ ਤੋਂ ਲਾ ਅੱਲਾਹ ਕੁਮ ਤਸ਼ਕਰੂਨ, ਇਹਦਾ ਸ਼ੁਕਰ ਨਹੀਂ ਅਦਾ ਕਰਨਾ ਤੁਸੀਂ, ਇਸ ਗੱਲ ਦਾ ਇਜ਼ਹਾਰ ਨਹੀਂ ਕਰਨਾ, ਇਸ ਬਾਤ ਦਾ ਐਲਾਨ ਨਹੀਂ ਕਰਨਾ ਕਿ ਮੌਲਾ ਇਹ ਸਭ ਕੁਛ ਤੇਰਾ ਦਿੱਤਾ। ਇਹਦੇ ਲਈ ਅੱਲਾਹ ਤਾਲਾ ਨੇ ਕੁਰਬਾਨੀਆਂ ਰੱਖ ਦਿੱਤੀਆਂ ਵੀ ਲੋਕ ਆਪਣੇ ਪਾਲੇ ਹੋਏ ਸੋਹਣੇ ਸੁਥਰੇ ਜਾਨਵਰ ਜਿਹੜੇ ਉਹਨਾਂ ਨਾਲ ਅੱਲਾਹ ਦੀ ਰਾਹ ਦਬਾ ਕਰਨ, ਔਰ ਜਿਹੜਾ ਜਾਨਵਰ ਆਪ ਪਾਲਿਆ ਹੋਵੇ ਮੁਹੱਬਤ ਹੋ ਜਾਂਦੀ ਹੈ ਉਹਨੂੰ ਫਿਰ ਦਬਾ ਕਰਨਾ ਬੜੇ ਹੌਸਲੇ ਦਾ ਕੰਮ ਆ। ਸ਼ੇਖ ਹੁਸੈਨ ਮਹਿਮੂਦ ਅਲ-ਹਸਨ ਰਹਿਮਤੁੱਲਾਹ ਅਲੈਹ ਦੇ ਬਾਰੇ ਮੈਂ ਪੜ੍ਹਿਆ ਵੀ ਉਹਨਾਂ ਨੇ ਇੱਕ ਬਛੜਾ ਲਿਆ ਅਤੇ ਉਹਨੂੰ ਪਾਲਿਆ ਅਤੇ ਉਹਦੇ ਨਾਲ ਜੰਗਲ 'ਚ ਦੌੜਨਾ ਅਤੇ ਉਹਨੂੰ ਪਾਲਣਾ ਅਤੇ ਬਹੁਤ ਮੋਟਾ ਤਾਜ਼ਾ ਕੀਤਾ। ਅਤੇ ਜਦੋਂ ਛੁਰੀ ਦਾ ਵਕਤ ਆਇਆ ਉਸ ਵੇਲੇ ਸ਼ੇਖ ਹੁਸੈਨ ਰਹਿਮਤੁੱਲਾਹ ਅਲੈਹ ਦੀ ਅੱਖਾਂ 'ਚੋਂ ਆਂਸੂ ਬਹਿ ਰਹੇ ਸੀ ਤਾਂ ਉਹਦੇ ਨਾਲ ਛੁਰੀ ਪੈ ਲੈ। ਇੱਥੇ ਯੱਕ ਵਕਤ ਮੁਸਲਮਾਨ ਦੋ ਸ਼ਾਇਆਂ ਸਾਬਤ ਕਰਦਾ ਵੀ ਮੈਂ ਅਗਰ ਜਾਨਵਰਾਂ ਨੂੰ ਤਬਾਹ ਕਰਦਾ ਤਾਂ ਬੇਰਹਿਮ ਨਹੀਂ, ਰਹਿਮ ਤਾਂ ਇਹਨਾਂ ਮੈਨੂੰ ਰੋਣ ਆ ਰਿਹਾ, ਮਗਰ ਹੁਕਮੇ ਖੁਦਾਬੰਦੀ ਦੀ ਤਾਤ ਇਹ ਆ ਵੀ ਪਿਆਰੀ ਤੋਂ ਪਿਆਰੀ ਸ਼ਾਇਨ ਜਦੋਂ ਉਹਨੇ ਆਖਿਆ ਫੇਰ ਦੇ ਛੁਰੀ, ਫੇਰ ਇੱਕ ਪਾਸੇ ਛੁਰੀ ਫੇਰ ਰਿਹਾ ਇੱਕ ਪਾਸੇ ਰੋ ਰਿਹਾ। ਤਾਂ ਅੱਲਾਹ ਰੱਬੁਲ ਆਲਮੀਨ ਇਹੋ ਇਮਤਿਹਾਨ ਕੀਤਾ ਵੀ ਐਡੇ ਪਿਆਰੇ ਜਾਨਵਰ ਇੰਨੇ ਲਾਡ ਔਰ ਪਚਾਅ ਨਾਲ ਤੁਸੀਂ ਪਾਲੇ, ਕਰ ਦਿਓ ਅੱਲਾਹ ਦੇ ਰਸਤੇ ਕੁਰਬਾਨ। ਇਹਨੂੰ ਸ਼ੁਕਰ ਕਿਹਾ ਅੱਲਾਹ ਪਾਕ ਨੇ ਕਿ ਕੁਰਬਾਨੀ ਵੀ ਅੱਲਾਹ ਤਾਲਾ ਦੀ ਨਿਮਤ ਦਾ ਸ਼ੁਕਰ ਕਰਨ ਦਾ ਇੱਕ ਤਰੀਕਾ ਕਿ ਮੌਰਾ ਜੋ ਕੁਛ ਤੇਰਾ ਦਿੱਤਾ ਸਾਡਾ ਇਹਦੇ ਕੀ ਹੈ, ਸਭ ਤੇਰਾ ਅੱਲਾਹ ਮਮਿਨ ਕਾ ਵਲਾ ਕਾ, ਸਭ ਤੇਰੀ ਤਰਫੋਂ ਮਿਲਿਆ ਅਤੇ ਤੇਰੀ ਰਾਹ ਜਿਹੜੀ ਇਹਨੂੰ ਕੁਰਬਾਨ ਕਰਨਾ, ਬੜੀ ਗੱਲ ਹੈ ਇਸ ਤਰ੍ਹਾਂ ਦੀ, ਬੜੀ ਅੱਲਾਹ ਨੇ ਕਦਰ ਕੀਤੀ ਹੈ। ਮਗਰ ਇਸ ਬਾਰੇ ਤੁਸੀਂ ਪਿਛਲੇ ਖੁਤਬੇ 'ਚ ਸੁਣਿਆ ਬਈ ਜੋ ਕੁਛ ਸਾਡੇ ਤੱਕ ਰਿਕਾਰਡ ਪਹੁੰਚਾਉਣਾ ਅਤੇ ਜੋ ਕਿਤਾਬਾਂ 'ਚ ਹੈ ਉਹਦੇ 'ਚ ਅੱਲਾਹ ਦੇ ਰਸੂਲ ਅਲੈਹ ਸਲਾਮ ਤੋਂ ਕੁਰਬਾਨੀ ਦੀ ਫਜ਼ੀਲਤ ਕੋਈ ਹਦੀਸ ਸਹੀ ਸਾਬਤ ਨਹੀਂ ਹੋਈ। ਇਹ ਨਹੀਂ ਵੀ ਹਜ਼ੂਰ ਨੇ ਇਹਦਾ ਕੋਈ ਸਵਾਬ ਨਹੀਂ ਬਿਆਨ ਕੀਤਾ, ਬਹੁਤ ਕੀਤਾ ਹੋਊਗਾ, ਮਗਰ ਜੋ ਸਾਡੇ ਕੋਲ ਲਿਖਿਆ ਪੜਿਆ ਨਾ ਕਿ ਹਰ ਵਾਰ ਦੇ ਬਰਾਬਰ ਨੇਕੀ ਆ, ਇਹਦਾ ਖੂਨ ਗਿਰਨ ਤੋਂ ਪਹਿਲੇ ਅੱਲਾਹ ਦੀ ਮੈਦਾਨ ਕਬੂਰ ਹੋ ਜਾਂਦਾ ਅਤੇ ਸਭ ਤੋਂ ਪਿਆਰੇ ਅਮਲ ਲੈ ਸਾਫੀ ਫਜ਼ਲ ਉਜ਼ਹੀਅਤ ਅਤੇ ਹਦੀਸਨ ਸਹੀ। ਇਹ ਕਿਲਵੀਂ ਗੱਲ ਕਿ ਇਹਦੇ ਬਾਰੇ ਕੋਈ ਹਦੀਸ ਜਿਹਦੇ 'ਚ ਫਜ਼ੀਲਤ ਆਵੇ ਨਾ ਕਿ ਦਾ ਸਵਾਬ ਇਨਾਮ, ਉਹ ਕੋਈ ਨਹੀਂ ਠੀਕ। ਹੁਣ ਜੇ ਅੱਲਾਹ ਦਾ ਹੁਕਮ ਮੰਨਿਆ, ਰਸੂਲਾ ਸਰਸਲਮ ਦੀ ਪੈਰਵੀ ਕਰਦੇ ਹਾਂ, ਪਹਾੜਾਂ ਦੇ ਪਹਾੜਾਂ ਸਵਾਦ ਦੇਊਗਾ, ਬਿਆਨ ਨਹੀਂ ਕਰਨਾ ਜੀ, ਕੋਈ ਆਲਮ ਬਿਆਨ ਨਾ ਕਰੇ। ਇਸ ਤੋਂ ਮੈਂ ਕਿਹਾ ਵੀ ਤਾਜ਼ਾ ਹੀ ਇਹ ਜੁਮੇ ਤੋਂ ਪਹਿਲਾਂ ਮੈਨੂੰ ਇਹ ਸਮਝ ਮਿਲਿਆ
ਦਵਰਕਾ ਜਿਹੜਾ ਜਾਮਿਆ ਸਲਫੀਆ ਦੀ ਤਰਫ ਛਾਇਆ। ਤਾਂ ਜਾਮਿਆ ਸਲਫੀਆ ਜੈਸਾ ਇਦਾਰਾ ਜਦੋਂ ਇੱਕ ਸ਼ਾਇਦ ਸ਼ਾਇਕ ਕਰੇ ਔਰ ਉਹ ਬਿਆਨ ਕਰੇ ਔਰ ਇਹ ਇਜ਼ਹਾਰ ਹੀ ਨਾ ਕਰਨ ਜੇ ਸਾਬਤ ਨਹੀਂ, ਫਿਰ ਲਾਜ਼ਮ ਹੋ ਜਾਂਦਾ ਵੀ ਕਿਹਾ ਜਾਏ ਹਰ ਕੋਈ ਇਲਮੀ ਦਿਆਨਤ ਵਿੱਚ ਹੈ। ਅੱਲਾਹ ਤਾਲਾ ਤੋਂ ਡਰਨਾ ਨਹੀਂ, ਇਲਮ ਜਿਹੜਾ ਉਹਨੂੰ ਛੁਪਾਉਣਾ ਕਿਉਂ? ਤੋ ਇਹਦੇ ਅੰਦਰ ਸ਼ੁਰੂ ਜੀ ਲਿਖਦੇ ਆ ਹਦੀਸ ਹੈ ਨਬਵੀ ਮਾ ਮਿਲ ਅਬਨ ਆਦਮ ਯਮਨਰ ਅਮਲਨ ਹੱਬਾ ਇਲੱਲਾ ਮਿਨ ਇਰਾਕ ਰਦਮ ਸੋਨਨ ਇਬਨ ਮਾਜਾ ਕਿ ਇਬਨ ਮਾਜਾ ਦੇ ਅੰਦਰ ਜਿਹੜੀ ਮਸ਼ਹੂਰ ਕਿਤਾਬਾਂ 'ਚੋਂ ਕਿਤਾਬ ਹੈ ਉਹਦੇ ਅੰਦਰ ਆਉਂਦਾ ਕਿ ਆਦਮ ਦਾ ਬੇਟਾ ਯਾਨੀ ਇਨਸਾਨ ਇਸ ਕੁਰਬਾਨੀ ਵਾਲੇ ਦਿਨ ਜਿੰਨੇ ਵੀ ਕੰਮ ਕਰਦਾ ਉਹਨਾਂ 'ਚੋਂ ਕੋਈ ਕੰਮ ਵੀ ਅੱਲਾਹ ਨੂੰ ਇੰਨਾ ਪਿਆਰਾ ਨਹੀਂ ਜਿੰਨਾ ਖੂਨ ਦਾ ਵਹਾਉਣਾ। ਬਿਲਕੁਲ ਠੀਕ ਹੈ, ਅੱਲਾਹ ਦੇ ਹਾਂ ਕੁਰਬਾਨੀ ਬੜੀ, ਮਗਰ ਇਹ ਗੱਲ ਨਹੀਂ ਠੀਕ, ਇਹਦਾ ਬਿਆਨ ਕਰਨਾ ਔਰ ਇਸ ਤਰ੍ਹਾਂ ਕਹਿਣਾ ਦਰੁਸਤ ਨਹੀਂ। ਮੈਂ ਪੜ੍ਹ ਦਿਆ ਹਵਾਲਾ 5112 ਨੰਬਰ ਹੈ ਔਰ ਜ਼ਈਫ ਅਲ ਜਾਮ ਸਗੀਰ ਵ ਜ਼ਿਆਦਤੂ ਮੁਹੰਮਦ ਨਾਸਰੁਦੀਨ ਅਲਬਾਨੀ ਸਫ਼ਾ 738। ਇਹਦੇ 'ਚ ਅਲ ਜਾਮ ਸਗੀਰ ਜਿਹੜੀ ਇਮਾਮ ਸਿਉਤੀ ਨੇ ਲਿਖੀ ਸੀ ਕੱਚੀਆਂ ਪੱਕੀਆਂ ਸਾਰੀਆਂ ਇਕੱਠੀਆਂ ਕਰਤੀਆਂ, ਇਹ ਵੱਖਰੀ ਕਿਤਾਬ ਜਿਹੜੀ ਨਾ ਜ਼ਈਫ ਉਹਦੇ ਜਿੰਨੀਆਂ ਜ਼ਈਫ ਸੀ ਇਹ ਸਮਝੋ ਕਿੰਨੇ ਸਫ਼ੇ ਬਣੇ ਆ, ਇਹ ਜਾ ਕੇ ਮੁੱਕਦੀ ਹੈ 939 ਸਫ਼ੇ। ਇਤਨੀ ਹਦੀਸਾਂ ਦੇ 6452 ਕਮਜ਼ੋਰ 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 ਨਹੀਂ ਹਜ਼ੂਰ ਤੋਂ ਸਾਬਤ ਹੋਈ ਔਰ ਜਿਹੜੀਆਂ ਸਹੀ ਹੈ ਉਹ 2 ਜਿਲਦਾਂ 'ਚ ਅਲੱਗ ਹੋ ਗਈਆਂ ਸਹੀ ਔਰ ਜਾਮੇ ਸਹੀ ਔਰ ਰਹਿਦਾ ਪਈ। ਇਹ 5112 ਨੰਬਰ ਸੀ ਮਾ ਮਿਲਾ ਆਦਮੀ ਮਨਾ ਮਲੀ ਯਮਨਹਰ ਹੱਬ ਇਲੱਲਾ ਮਿਨ ਇਰਾਕ ਰਦਮ ਕਿ ਕੁਰਬਾਨੀ ਵਾਲੇ ਦਿਨ ਅੱਲਾਹ ਤਾਲਾ ਨੂੰ ਇਸ ਤੋਂ ਜ਼ਿਆਦਾ ਪਿਆਰਾ ਕੋਈ ਅਮਲ ਨਹੀਂ ਖੂਨ ਵਹਾਉਣ ਦਾ। ਇਨ ਨਾਲ ਤਾਤੀ ਅਮਲ ਕਿਆਮਤ ਵਿੱਚ ਕੁਰੂਨ ਆ ਵਾਸ਼ ਆ ਰਿਹਾ ਬਦਲਾਵ ਆ, ਇਹ ਕੁਰਬਾਨੀ ਦਿਨ ਕਿਆਮਤ ਦੇ ਆਊਗੀ, ਨਾਲ ਇਹਦੇ ਸਿੰਘ ਹੋਣਗੇ, ਬਾਲ ਹੋਣਗੇ, ਖੁਰ ਹੋਣਗੇ। ਵੈਨ ਦਮਾ ਲਯਾਕਾ ਮਿਨ ਅੱਲਾ ਬੇਮਕਾਨ ਕਬਲਾਂ ਯਕਲ ਅਰਜ਼ ਅਤੇ ਜ਼ਮੀਨ 'ਤੇ ਖੂਨ ਡਿੱਗਣ ਤੋਂ ਪਹਿਲਾਂ ਅੱਲਾਹ ਦੇ ਦਰਬਾਰ 'ਚ ਕਬੂਲ ਹੋ ਜਾਂਦਾ। ਫਤੀਬੂ ਬਿਆ ਨਫਸਨ ਖੁਸ਼ ਹੋ ਕੇ ਕਰੋ, ਇਹ ਹੀ ਹੈ ਜਿਹੜੀ ਹਦੀਸ ਆ ਇਹਨਾਂ ਨੇ ਹਵਾਲਾ ਦਿੱਤਾ। ਜ਼ਈ ਤਿਰਮਦੀ ਦੇ ਅੰਦਰ ਇਬਨ ਮਾਜਾ 'ਚ ਆ, ਮੁਸਤਦਰਕ ਹਾਕਮ 'ਚ ਆ, ਅਤ ਤਰਗੀਬ 2-101 ਨੰਬਰ ਆਲ ਮਿਸ਼ਕਾਤ 1470 ਅਤ ਜ਼ਈਫਾ ਜਿਹੜਾ ਸੈੱਟ ਆ ਜ਼ਈਫ ਉਹਦੇ 526 ਨੰਬਰ 'ਤੇ ਪੜ੍ਹੋ। ਇੱਕ ਦੂਸਰੀ ਰਵਾਇਤ ਵੀ ਹੈ ਮਾ ਮਿਲ ਅਬਨ ਆਦਮ ਫੀ ਹਾਜ਼ਲ ਯੋਮ ਅਫਜ਼ਲ ਮਿਨ ਦਮੀ ਯੁਹਰਾ ਕਿਲਾ ਇਕੂਨਾ ਰਹਿਮ ਮਕਤੂਅਤਨ ਤੂਸਲ। ਇਹ ਹਜ਼ਰਤ ਇਬਨ ਅਬਾਸ ਰਜ਼ੀ ਦੀ ਤਰਫ ਮਨਸੂਬ ਹੈ ਤਬਰਾਨੀ ਜੀ ਕਿ ਆਦਮ ਦਾ ਬੇਟਾ ਇਸ ਦਿਨ ਜਿਤਨੇ ਅਮਲ ਕਰਦਾ ਉਹਨਾਂ ਸਾਰਿਆਂ 'ਚ ਪਿਆਰਾ ਇਹ ਖੂਨ ਹੈ ਜਿਹੜਾ ਵਾਜਦਾ ਹੈ। ਹਾਂ ਅਗਰ ਕਿਸੇ ਰਿਸ਼ਤੇਦਾਰ ਨਾਲ ਵਿਗਾੜ ਸੀ, ਨਾਰਾਜ਼ਗੀ ਸੀ, ਉਸ ਭੈਣ ਭਰਾ ਨਾਲ ਸੁਲਾਹ ਕਰ ਲੈ ਤਾਂ ਉਹ ਇਹਦੇ ਨਾਲੋਂ ਫਿਰ ਅਫਜ਼ਲ ਹੈ। ਇਹ ਵੀ ਜ਼ਈਫ ਹੈ ਅਜ਼ਈਫਾ 525 ਤਰਗੀਬ 2-102 ਜਿੱਥੇ ਜਿੱਥੇ ਬਹਿਸ ਕੀਤੀ ਨਾ ਪੂਰੀ ਪੜ੍ਹਨੀ ਨਾ ਆਉਂਦੇ ਮੇਰੀਆਂ ਕਿਤਾਬਾਂ ਵੇਖ ਲਓ ਕੀ ਇਹਨਾਂ 'ਚ ਖਾਮੀਆਂ। ਇਸ ਤੋਂ ਇੱਕ ਤਾਂ ਜਿਹੜਾ ਹੈ ਕਿ ਫਜ਼ੀਲਤ 'ਚ ਕੋਈ ਆਲਮ ਸੁਣਾਏ ਤਾਂ ਉਹਨੂੰ ਆਖਿਆ ਯਾਰ ਠੀਕ ਹੈ ਸੁਨਤ ਹੈ, ਅੱਲਾਹ ਦਾ ਹੁਕਮ ਹੈ, ਕੁਰਾਨ ਹਦੀਸ ਹੈ, ਸਵਾਬ ਮਿਲਣਾ ਹੀ ਮਿਲਣਾ, ਮਗਰ ਤੂੰ ਇਹ ਜ਼ੁਰਤ ਨਾ ਕਰਕੇ ਜਿਹੜੀ ਅੱਲਾਹ ਦੇ ਰਸੂਲ ਤੋਂ ਸ਼ਾਇਦ ਸਾਬਤ ਨਹੀਂ ਉਹ ਬਿਆਨ ਨਾ ਕਰ। ਅੱਲਾਹ ਦੇ ਪੈਗੰਬਰ ਅਲੈਹਿ ਸਲਾਮ ਨੇ ਇਸ ਬਾਰੇ ਡਰਾ ਦਿੱਤਾ ਕਿ ਮੇਰਾ ਨਾਂ ਲੈ ਕੇ ਜਿਹਨੇ ਕਿਹਾ ਨਾ ਤਾਂ ਮੈਂ ਨਹੀਂ ਉਹ ਗੱਲ ਕਹੀ ਉਹਦਾ ਠਿਕਾਣਾ ਜਹਨਮ। ਇਹ ਤੋਂ ਵੀ ਜ਼ਿਆਦਾ ਹੈਰਾਨੀ ਦੀ ਬਾਤ ਇਹ ਹੈ ਕੁਰਬਾਨੀ ਕੇ ਦਿਨ, ਕੁਰਬਾਨੀ ਕੇ 4 ਦਿਨ ਹੈ, ਪਹਿਲੇ ਦਿਨ ਯਾਨੀ 10 ਜ਼ੁਲਹਿਜਾ ਕੋ ਕੁਰਬਾਨੀ ਕਰਨਾ ਅਫਜ਼ਲ ਹੈ ਖਾ ਜਿਤਨੀ ਜ਼ਿਆਦਾ, ਔਰ 11-12-13 ਜ਼ੁਲਹਿਜਾ ਗਰੂਬ ਆਫਤਾਬ ਤੱਕ ਜਾਇਜ਼ ਹੈ। ਸੁਣਨ ਇਬਨ ਮਾਜਾ ਇਹੋ ਰਿਕਾਰਡ ਹੋ ਰਿਹਾ, ਤੁਸੀਂ ਸਾਰੇ ਚਲੇ ਜਾਓ ਅਤੇ ਜਾਮਿਆ ਸਲਫੀ ਜਾਕੋ ਵੀ ਜਿਸ ਸੁਣਨ ਇਬਨ ਮਾਜਾ ਜੇ ਰਵਾਇਤ ਨਾ 13 ਤੱਕ ਦੀ
ਉਹ ਦੁਨੀਆ 'ਚ ਸਾਨੂੰ ਵਿਖਾਓ। ਉਹ ਇਬਨ ਮਾਜਾ ਕਿਹੜੀ ਹੈ ਜਿਹੜੀ ਜਿਹਦੇ ਅੰਦਰ ਕਿੱਸਾ, ਇਹ ਮੁਸਨਦ ਅਹਿਮਦ ਦੀ ਰਵਾਇਤ ਹੈ, ਤਬਰਾਨੀ ਦੀ ਹੈ, ਬਹਿਕੀ ਦੀ ਹੈ, ਕੁੱਲੋ ਅਯਾਮ ਤਸ਼ਰੀਕ ਰਮਨ, ਕਿ ਤਸ਼ਰੀਕ ਦੇ ਸਾਰੇ ਦਿਨ ਜਿਹੜੇ ਉਹਨਾਂ 'ਚ ਤਬਾਹ ਕੀਤਾ ਜਾ ਸਕਦਾ। ਮਗਰ ਬਿਲਕੁਲ ਸਹੀ ਹੈ, ਕੋਈ ਇਹ ਸਹੀ ਸਾਬਤ ਨਹੀਂ, ਜੋ ਸਹਾਬਾ ਕਿਰਾਮ ਤੋਂ ਸਾਬਤ ਹੈ। ਅੱਲਾਹ ਦੇ ਰਸੂਲ ਅਲੈਹਿ ਸਲਾਮ ਤੋਂ ਕੁਛ ਨਹੀਂ ਸਾਬਤ ਹੋਇਆ, ਹਜ਼ੂਰ ਦੇ ਸਹਾਬਾ ਤੋਂ 6 ਸਾਬਤ ਹੋਇਆ ਕਿ ਸਿਰਫ਼ ਕੁਰਬਾਨੀ ਦਾ ਦਿਨ ਅਤੇ 2 ਦਿਨ ਬਾਅਦ, 12 ਤੱਕ ਕੁਰਬਾਨੀ ਔਰ ਕੋਈ ਸ਼ਾਇ ਨਹੀਂ। ਹੁਣ ਕਈ ਚੰਗੇ ਵਿੱਚ ਅਹਿਲ ਹਦੀਸ ਆਲਮ ਜੈਸੇ ਹਾਫਿਜ਼ ਬਹਿਰਲੀ ਸਹੀ, ਉਹਨਾਂ ਨੇ ਹੱਕ ਦਾ ਐਲਾਨ ਵੀ ਕਰਤਾ ਅਤੇ ਯਾਰ ਜਿਹੜੀ ਸਹੀ ਗੱਲ ਉਹਨੂੰ ਮੰਨੋ, 12 ਤੋਂ ਗਾਂਹ ਕੁਰਬਾਨੀ ਨਹੀਂ। ਮਗਰ ਇੱਥੇ ਅਫਸੋਸ ਹੈ, ਸੋਨਣ ਇਬਨ ਮਾਜਾ ਲਿਖੀ ਹੈ ਜਿਹਦੇ ਅੰਦਰ ਇਹਦਾ ਨਾਮੋ ਨਿਸ਼ਾਨ ਹੀ ਹੈ ਨਹੀਂ, ਬਿਲਕੁਲ ਇਹ ਮਸਲਾ ਹੀ ਉੱਥੇ ਹੈ ਨਹੀਂ ਵੀ ਕੁਰਬਾਨੀ ਕਿੰਨੇ ਦਿਨ ਦੀ ਕਿਹੜੇ ਦੀ। ਇਹ ਜਾਮਿਆਂ ਸਰਦੀ ਇਤਨਾ ਬੜਾ ਇਦਾਰਾ, ਔਰ ਫਿਰ ਸ਼ਿਕਾਇਤਾਂ ਕਰਦੇ ਰਹਿੰਦੇ ਮੌਲਵੀ ਸਾਹਿਬ ਕਾ, ਤਾਂ ਮੌਲਵੀ ਸਾਹਿਬ ਕਿਹੋ ਜਾਂਦਾ, ਏਡੇ ਵੱਡੇ ਇਦਾਰੇ ਜਿਹੜੇ ਉਹਨਾਂ ਇਤਿਹਾਸ ਚਾਹੀਦੀ, ਸੰਭਲ ਕੇ ਲਿਖਣ, ਦੁਨੀਆ ਨਜ਼ਰ ਰੱਖਦੀ ਹੈ ਵੀ ਏਡਾ ਵੱਡਾ ਇਦਾਰਾ ਔਰ ਉਹਦਾ ਇਹ ਹਾਲ ਹੈ ਵੀ ਕਿਤਾਬ ਦਾ ਨਾਂ ਲੈ ਦਿੰਦੇ ਜਿਹਦੇ ਅੰਦਰ ਇਹ ਚੀਜ਼ ਕੋਈ ਨਹੀਂ। ਤੋ ਇਹ ਸੁਨਨ ਇਬਨ ਮਾਜਾ ਨਾਮੀ ਕਿਤਾਬ ਦੇ ਅੰਦਰ ਇਹਦਾ ਕੋਈ ਨਿਸ਼ਾਨ ਨਹੀਂ। ਅੱਗੇ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਕੁਰਬਾਨੀ ਦੇ ਜਾਨਵਰ ਦੀ ਉਮਰ ਦੇ ਬਾਰੇ ਫਰਮਾਇਆ ਕਿ ਜਾਨਵਰ ਜਿਹੜਾ ਨਾ ਉਹ ਪੂਰੀ ਉਮਰ ਦਾ ਹੋਣਾ ਚਾਹੀਦਾ। ਕਾਲਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਲਾ ਤਜ਼ਬਹੁ ਇਲਾ ਮੁਸਿੰਨ, ਕੁਰਬਾਨੀ ਜਾਨਵਰ ਨਾ ਜ਼ਬਾ ਕਰੋ ਸਿਵਾਏ ਮੁਸਿੰਨਾ ਦੇ, ਮੁਸਿੰਨਾ ਉਹ ਜਿਹਦੇ 2 ਦੰਦ ਦੁੱਧ ਵਾਲੇ ਥੱਲੇ ਦੇ ਡਿੱਗ ਜਾਣ, ਨਵੇਂ ਆਉਣ ਜਾਂ ਨਾ ਆਉਣ, ਥੱਲੇ ਦੇ 2 ਦੰਦ ਡਿੱਗੇ ਹੋਣੇ ਚਾਹੀਦੇ। ਉਹ ਇਹ ਨਾ ਹੋਵੇ ਵੀ ਜਿਵੇਂ ਹੁਣ ਨਾਮੁਰਾਦ ਵੇਚਦੇ ਆ, ਟੀਕੇ ਲਾ ਦੇ ਤੋਂ ਗਿਰਾ ਦਿੰਦੇ, ਇਹਨਾਂ ਦਾ ਕੀ ਕਰੀਏ, ਹਰ ਕੰਮ ਮੁਸਲਮਾਨਾਂ ਦਾ ਪੱਠਾ ਬਹਿ ਗਿਆ, ਵਾਕੀ ਗਿਰੇ ਹੋਣੇ ਚਾਹੀਦੇ। ਉਹਨੂੰ ਫਰਮਾਇਆ ਕਿ ਮੁਸਿੰਨਾ ਤੋਂ ਸਵਾ, 2 ਦਾਂਤੇ ਤੋਂ ਸਵਾ ਜ਼ਬਾ ਨਾ ਕਰੋ, ਇਲਾ ਅੰਤਾ ਸੁਰਾ ਲੈਕੁਮ, ਹਾਂ ਜੇ ਨਾ ਹੀ ਮਿਲੇ ਜਾਂ ਤੁਹਾਡੇ ਕੋਲ ਪੈਸੇ ਨਾ ਹੋਣ ਉਹਦੇ ਖਰੀਦਣ ਦੇ, ਫਤਸ ਬਹੁ ਜ਼ਿਆਦਾ ਤੋਂ ਮਿਲ ਦਾਨ, ਅਤੇ ਫਿਰ ਭੇਡ ਦੁੰਬਾ ਜਿਹੜਾ ਇੱਥੋਂ ਖੀਰਾ ਤੁਸੀਂ ਕਰ ਸਕਦੇ, 6 ਮਹੀਨੇ ਤੋਂ ਜ਼ਿਆਦਾ ਹੋ ਜਾਏ, ਮੋਟਾ ਤਾਜ਼ਾ ਸਾਲ ਦਿਨ ਵਿੱਚ ਖੜੇ ਦਾ ਪਤਾ ਨਾ ਲੱਗੇ, ਚਲੋ ਉਹ ਵੀ ਗੁਜ਼ਾਰਾ ਹੋ ਸਕੇ। ਮਗਰ ਇਸੇ ਸ਼ਕਲ 'ਚ ਕਿ ਖੀਰਾ ਜਿਹੜਾ ਹੈ ਉਹ ਤਦ ਕਰਨਾ ਜੇ 2 ਦਾਂਤਾ ਨਾ ਮਿਲ। ਅੱਗੇ ਕਿ ਕੁਰਬਾਨੀ ਦਾ ਜਾਨਵਰ ਜਿਹੜਾ ਉਹ ਨਮਾਜ਼ ਈਦ ਤੋਂ ਪਹਿਲਾਂ ਜ਼ਬਾਹ ਨਹੀਂ ਕਰਨਾ, ਇਹਦੇ ਬਾਰੇ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਬੜੀ ਤਾਕੀਦ ਕੀਤੀ। ਅਤੇ ਕੁਰਾਨ ਮਜੀਦ ਵੀ ਤੁਸੀਂ ਵੇਖਦੇ ਜੇ ਅੱਲਾਹ ਪਾਕ ਨੇ ਜਿੱਥੇ ਜ਼ਿਕਰ ਕੀਤਾ, ਠੀਕ ਹੈ ਉਹ ਕੋਈ ਇਹ ਨਹੀਂ ਮਸਲਾ ਦੱਸਣ ਨਹੀਂ, ਮਗਰ ਹੈ ਇਸੇ ਤਰ੍ਹਾਂ ਹੀ ਜੋੜਿਆ ਕਿ ਨਮਾਜ਼ ਪਹਿਲਾਂ ਆਉਂਦੀ ਹੈ, ਕੁਰਬਾਨੀ ਬਾਅਦ 'ਚ ਆਉਂਦੀ। ਇੰਨਾ ਸਲਾਤੀ ਵਨੁਸੁਕੀ ਵਮਹਯਾ ਯਾ ਮਮਾਤੀ ਲਿਲਾਹ ਰੱਬਿਲ ਆਲਮੀਨ, ਜੇ ਸੂਰਾ ਕੌਸਰ ਹੈ ਫਸਲ ਲੈ ਰੱਬਿਕ ਵਾਲਾ, ਅੱਲਾਹ ਦੀ ਨਮਾਜ਼ ਪੜ੍ਹਿਆ ਕਰ, ਅੱਲਾਹ ਦੀ ਕੁਰਬਾਨੀਆਂ ਕਰਿਆ ਕਰ। ਤੋ ਰਸੂਲ ਕਰੀਮ ਅਲੈਹਿ ਸਲਾਤੁ ਵਸਲਾਮ ਦੇ ਜ਼ਮਾਨੇ ਦਾ ਵਾਕਿਆ ਬਿਆਨ ਕਰਦਾ, ਅਨਬੀ ਬੁਰਦਾ ਤਬਨੇ ਨਿਆਰ ਰਜ਼ੀ ਅੱਲਾਹ ਹੋਨੋ ਕਾਲਾ ਸ਼ਹਿਦ ਤੁਲੀ ਦਾ ਮਾ ਰਸੂਲਾ ਸਰਸਲਮ, ਅਬੂ ਬੁਰਦਾ ਆਂਦੇ ਮੈਂ ਰਸੂਲਾ ਸਰਸਲਮ ਦੇ ਨਾਲ ਈਦ ਸ਼ਰੀਕ ਹੋਇਆ, ਕੁਰਬਾਨੀ ਦੀ ਈਦ ਸੀ। ਕਾਲਾ ਫਖਾਰਾ ਫਤਿਮ ਰਾਤੀ ਹੈ ਸੁਗਦਾ ਤੁਲ ਸਲਾਹ ਦਿਲਾ ਉਸੀ, ਮੈਂ ਨਮਾਜ਼ ਪੜ੍ਹਨ ਚਲਾ ਗਿਆ, ਪਿੱਛੋਂ ਮੇਰੀ ਔਰਤ ਜਿਹੜੀ ਉੱਠੀ ਉਹਨੇ ਫਸਾ ਬਹਾਤਾ, ਮੇਰੀ ਕੁਰਬਾਨੀ ਜਿਹੜੀ ਸੀ ਉਹ ਤਬਾਹ ਕਰ, ਅਜੇ ਮੈਂ ਨਮਾਜ਼ ਪੜ੍ਹ ਕੇ ਨਹੀਂ ਆਇਆ, ਵਸਾਨਤ ਮੇਰਾ ਤਾਮਨ, ਔਰ ਉਹਨੇ ਉਹਦੇ 'ਚੋਂ ਖਾਣਾ ਵੀ ਤਿਆਰ ਕਰ ਲਿਆ, ਗੋਸ਼ਤ ਮੇਰੇ ਆਏ ਨੂੰ ਪੱਕ ਗਿਆ। ਕਾਲ ਫਲਮ ਸੱਲਾ ਬਿਨਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਮਨ ਸਰਫ ਤੋਂ ਰਿਹਾ, ਜਦੋਂ ਰਸੂਲ ਕਰੀਮ ਅਲੈਹਿ ਸਲਾਤੁ ਵਸਲਾਮ ਨੇ ਨਮਾਜ਼ ਪੜ੍ਹਾ ਦਿੱਤੀ ਤਾਂ ਮੈਂ ਮੁੜ ਕੇ ਘਰ ਆਇਆ, ਜਾਤ ਨਹੀਂ ਮੈਂ ਤਾਮਨ, ਅਤੇ ਉਹ ਖਾਣਾ ਲਾਈ, ਕਦ ਫੋਰੇਗਾ ਮੈਨੂੰ ਤਿਆਰ ਹੋ ਚੁੱਕਾ ਸੀ, ਕੁਲ ਤੁਹਾਨੂੰ ਨਾ ਹਾਸਾ, ਮੈਂ ਉਹਨੂੰ ਆਖਿਆ ਇਹ ਖਾਣਾ, ਇਹ ਗੋਸ਼ਤ ਕਿੱਥੋਂ ਆ ਗਿਆ, ਕਾਲ ਉਸੀਆ ਤੁੱਕਾ ਜ਼ਬਾਨ ਆ ਵਸਨਾ ਨਾਲ ਕਾ ਮਿਨਾ ਤਾਮਨ ਲਿ ਤਗਦਾ ਇਜਾਜ਼ੇ, ਤਾਂ ਉਹਨੇ ਆਖਿਆ ਤੇਰੀ ਕੁਰਬਾਨੀ ਹੈ
ਅਸੀਂ ਉਹ ਜ਼ਬਾ ਕਰ ਲਈ ਸੀ ਅਤੇ ਉਹ 'ਚ ਖਾਣਾ ਤਿਆਰ ਕੀਤਾ ਤਾਂ ਕਿ ਜਦੋਂ ਤੂੰ ਆਵੇਂ ਤਾਂ ਨਾਸ਼ਤਾ ਕਰ ਲੈ। ਕਾਲ ਫਕੁਲ ਤਲਾਵਰ ਲਾਲ ਕਲਖੀ ਤਾਈ ਕੂਨ ਹਾਜ਼ਰ ਆਇਆ। ਬਾਕੀ ਮੈਂ ਉਹਨੂੰ ਆਖਿਆ ਵੀ ਮਸਲਾ ਤਾਂ ਅਜੇ ਤੱਕ ਨਹੀਂ ਇਹ ਸੁਣਿਆ, ਮਗਰ ਮੇਰਾ ਖਿਆਲ ਇਹ ਹੀ ਹੈ ਵੀ ਇਹ ਅੱਲਾ ਦੀ ਕਸਮ ਠੀਕ ਨਹੀਂ ਹੋ ਸਕਦਾ, ਇਹ ਕੰਮ ਦਰੁਸਤ ਨਹੀਂ ਹੋਇਆ। ਕਾਲ ਫਜੇ ਤੋ ਇਲਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ, ਮੈਂ ਫਿਰ ਅੱਲਾ ਦੇ ਰਸੂਲ ਪਾਕ ਅਲੈਹਿ ਸਲਾਮ ਕੋ ਗਿਆ। ਫਜ਼ਕਰ ਸੁਜ਼ਾਲ ਕਲਹੂ, ਦੱਸਿਆ ਜਾ ਕੇ ਫਕਾਲਾ ਲੈ ਸਕਦੇ ਤਾਂ ਨਬੀ ਅਲੈਹਿ ਸਲਾਮ ਨੇ ਫਰਮਾਇਆ ਕੋਈ ਸ਼ੈ ਨਹੀਂ, ਇਹ ਕੁਰਬਾਨੀ ਨਹੀਂ ਸ਼ੁਮਾਰ ਹੋਈ। ਮਨ ਜ਼ਬਾ ਕਬਲਾਈ ਅਨ ਨਫਰੋਗਾ ਮੈਨੂੰ ਸੁਕਣਾ ਫਲੈਸਾ ਵਿਸ਼ਾ ਫਜ਼ਾ ਹੈ। ਜਿਹੜੇ ਇਸ ਬੰਦੇ ਨੇ ਸਾਡੇ ਨਮਾਜ਼ ਤੋਂ ਫਾਰਗ ਹੋਣ ਤੋਂ ਪਹਿਲਾਂ ਕੁਰਬਾਨੀ ਕਰ ਲਈ, ਉਹਦੀ ਉਹ ਕੁਰਬਾਨੀ ਕੋਈ ਨਹੀਂ, ਅਤੇ ਤੂੰ ਹੁਣ ਜਾ ਕੇ ਨਵੀਂ ਕਰ। ਕਾਲ ਫਲ ਤਮਸਤੋਂ ਮੁਸਿੰਨਾ ਤਨ ਫਲਾਂ ਵਜਦਾ, ਮੈਂ ਫਿਰ ਉਹ ਦੋ ਦਾਂਤਾ ਲੱਭਿਆ ਦੋਂਦਾ ਲੱਭਾ ਕੋਈ ਨਹੀਂ। ਕਾਲ ਫਜੇ ਤੂੰ ਕੁਲ ਤੋ ਅੱਲਾ ਯਾ ਰਸੂਲਾ ਲੱਕ ਦਿਲ ਤਮਸਤੋ ਮੁਸਿੰਨਾ ਤਨ ਫੰਬਾ ਵਜ, ਦੋਂਦਾ ਤਾਂ ਮੈਂ ਲੱਭ ਹਟਿਆ, ਦੋਂਦਾ ਤਾਂ ਅੱਲਾ ਦੇ ਰਸੂਲ ਅਲੈਹਿ ਸਲਾਮ ਮਿਲਿਆ ਕੋਈ ਨਹੀਂ। ਕਾਲ ਫਲ ਤਮਸ ਜਦਾ ਮੇਰਾ ਜ਼ਾਨ, ਆਪ ਨੇ ਫਰਮਾਇਆ ਹੁਣ ਭੇਟ ਦਾ ਜਾਂ ਦੁੰਬੇ ਦਾ ਜਿਹੜਾ ਖੀਰਾ ਹੀ ਹੈ ਉਹ ਹੀ ਲੱਭ ਲਾ, ਫਜ਼ਾ ਹੈ ਵੀ ਉਹ ਕਰਦਾ। ਕਾਲ ਫਰਖ ਸਾਲ ਹੋ ਰਸੂਲਾ ਸਲ ਸਲਮ ਫੀ ਫਿਰ ਜਦ ਮੇਰਾ ਜ਼ਾਨ ਫਜ਼ਾ ਬਈ ਹੈ ਸਲਾਮ ਜਲ ਮੁਸਿੰਨਾ, ਤਾਂ ਰਾਵੀ ਬਿਆਨ ਕਰਦਾ ਵੀ ਉਹਨੂੰ ਰਸੂਲ ਕਰੀਮ ਅਲੈਹਿ ਸਲਾਮ ਨੇ ਖੀਰੇ ਦੀ ਛੁੱਟੀ ਤਦ ਦਿੱਤੀ ਜਦੋਂ ਉਹਨੇ ਕਿਹਾ ਮੈਨੂੰ ਦੋਂਦਾ ਕੋਈ ਨਹੀਂ। ਇਹ ਦੋ ਹਦੀਸਾਂ ਮੁਸਨਦ ਅਹਿਮਦ ਦੀਆਂ ਦੂਸਰੀਆਂ ਕਿਤਾਬਾਂ ਦੀਆਂ, ਇਹ ਤੁਹਾਡੇ ਸਾਹਮਣੇ ਪੜ੍ਹੀ। ਤੋ ਇਸ ਤੋਂ ਕੁਰਬਾਨੀ ਜਿਹੜੀ ਹੈ ਨਮਾਜ਼ ਈਦ ਤੋਂ ਬਾਅਦ ਹੈ, ਨਮਾਜ਼ ਈਦ ਤੋਂ ਪਹਿਲਾਂ ਜਿਹੜਾ ਉਹਨੇ ਫਰਮਾਇਆ ਗੋਸ਼ਤ ਹੀ ਹੈ ਜਿਹੜਾ ਤੁਸੀਂ ਖਾ ਲਿਆ, ਇਹਦਾ ਸਵਾਬ ਕੋਈ ਨਹੀਂ ਮਿਲਣਾ ਨਾ ਇਹ ਕੁਰਬਾਨੀ। ਕੁਰਬਾਨੀ ਦਾ ਸਹੀ ਤਰੀਕਾ ਇਹ ਵੀ ਨਮਾਜ਼ ਪੜ੍ਹੇ ਔਰ ਨਮਾਜ਼ ਤੋਂ ਬਾਅਦ ਫਿਰ ਉਹ ਜਿਹੜਾ ਨਾ ਦਬਾ ਕਰਕੇ ਤਾਂ ਉਹਨੂੰ ਖਾਧਾ ਜਾਏ। ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਆਪਣੇ ਜ਼ਮਾਨੇ 'ਚ ਵੇਖਿਆ ਕਿ ਹਾਲਾਤ ਨਹੀਂ ਠੀਕ, ਜਿਵੇਂ ਹੁਣ ਵੀ ਨਹੀਂ ਠੀਕ, ਕਿ ਗਰੀਬ ਲੋਕ ਆ। ਉਸ ਵੇਲੇ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਹੁਕਮ ਦੇ ਦਿੱਤਾ ਕਿ ਜਦੋਂ ਤੁਸੀਂ ਕੁਰਬਾਨੀ ਕਰੋ ਤਾਂ ਕੁਰਬਾਨੀ ਕਰਨ ਤੋਂ ਲੈ ਕੇ 3 ਦਿਨ ਬਾਅਦ ਫਿਰ ਕੁਰਬਾਨੀ ਦਾ ਗੋਸ਼ਤ ਤੁਹਾਡੇ ਘਰਾਂ 'ਚੋਂ ਖਤਮ ਹੋ ਜਾਣਾ ਚਾਹੀਏ। ਨਹਾ ਰਸੂਲਾ ਸਰਸਰ ਮੈਂ ਅਬਕਾ ਮੈਨੂੰ ਸੁਕਮਿਨ ਦਕਮ ਸਹਿਮ ਬਾਦ ਸਲਾਸ, 3 ਦਿਨਾਂ ਤੋਂ ਬਾਅਦ ਕੁਰਬਾਨੀ ਦਾ ਗੋਸ਼ਤ ਨਾ ਹੋਵੇ। ਅਗਲੇ ਸਾਲ ਫਿਰ ਆਪਨੇ ਫਰਮਾਇਆ ਵੀ ਹੁਣ ਮੈਂ ਦੇਖਿਆ ਖੁਸ਼ਹਾਲੀ ਹੋ ਗਈ ਹੈ, ਸਭ ਨੂੰ ਗੋਸ਼ਤ ਮਿਲ ਰਿਹਾ, ਚਲੋ ਰੱਖ ਲਿਆ ਕਰੋ ਜਦੋਂ ਜੀ ਚਾਹਿਆ। ਇੱਥੇ ਵੀ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਔਰ ਹਜ਼ਰਤ ਇਬਨੇ ਉਮਰ ਫਰਮਾਉਂਦੇ ਵੀ ਹੁਕਮ ਖਤਮ ਨਹੀਂ ਹੋਇਆ, ਸਿਰਫ ਇਹ ਆ ਵੀ ਉਹ ਸਬੱਬ ਨਾ ਰਿਹਾ, ਉਸ ਵਜ੍ਹਾ ਤੋਂ ਆਪਨੇ ਆਖਿਆ ਉਹ ਗੱਲ ਨਹੀਂ ਰਹੀ, ਹੁਣ ਠੀਕ ਹੈ ਤੁਸੀਂ ਖਾ ਲਓ। ਤੋ ਹੁਣ ਵੀ ਆਉਂਦੇ ਅਗਰ ਇਸੇ ਤਰ੍ਹਾਂ ਦਾ ਹਾਲ ਪੈਦਾ ਹੋ ਜਾਏ ਤਾਂ ਬਿਲਕੁਲ ਇਹੀ ਕਰਨਾ ਚਾਹੀਦਾ ਵੀ ਥੋੜ੍ਹਾ ਰੱਖ ਕੇ ਆਪਣਾ ਬਾਕੀ ਜਿਹੜਾ ਗਰੀਬਾਂ ਮਸਕਿਨ ਹੁੰਦੇ, ਔਰ ਇਹਦੇ 'ਚ ਅਗਰ 3 ਦਿਨ ਤੋਂ ਵੀ ਘੱਟ ਹੋ ਜਾਏ ਤਾਂ ਕੋਈ ਗੱਲ ਨਹੀਂ, ਮਸਲੇ ਦੀ ਰੂਹ ਇਹੀ ਦੱਸਦੀ ਇੱਕ ਡੰਗ ਵੀ ਖਾਣ ਤੋਂ ਬਾਅਦ ਬਾਕੀ ਦੇ ਦਿਓ ਫਿਰ ਸਹੀ ਕੁਰਬਾਨੀ ਹੋਣੀ। ਹਾਲ ਕੀ ਹੋ ਗਿਆ, ਕਿਸੇ ਬੰਦੇ ਖੁਦਾ ਦੇ ਨੂੰ ਕੋਈ ਮਯਸਰ ਨਹੀਂ, ਸਾਲ ਪਰ ਅੜੀਕਦੇ, ਕੋਈ ਬੱਕਰੇ ਦਾ ਗੋਸ਼ਤ ਨਹੀਂ ਮਿਲਦਾ। ਇਸ ਸਮੇਂ ਬਹਾਨੇ ਨਹੀਂ ਬਣਾਉਣੇ ਚਾਹੀਦੇ, ਜੋ ਹੁਕਮ ਆਪਨੇ ਉਸੇ ਪਹਿਲੇ ਦਿੱਤਾ ਉਹਦਾ ਮਤਲਬ ਹੁਣ ਇਹੀ ਬਣਦਾ ਇਹ ਜ਼ਮਾਨੇ 'ਚ ਇੱਕ ਡੰਗ ਵੀ ਬੜਾ, ਇੱਕ ਆਪਣੀ ਹਾਂਡੀ ਕਾਦ ਮੁੜ ਕੇ ਦੇ ਦਿਓ, ਗਰੀਬ ਕਿੱਥੋਂ ਖਾਣਗੇ, ਤੁਸੀਂ ਆਪ ਹੀ ਖਾਂਦੇ ਰਹੇ ਉਹਨਾਂ ਨੂੰ ਕੌਣ ਦੇਊਗਾ। ਇਸ ਤੋਂ ਅੱਲਾਹ ਦਾ ਦੀਨ ਜੋ ਕੁਝ ਚਾਹੁੰਦਾ ਹੋਇਆ ਹੀ ਹੈ ਵੀ ਲੋਕਾਂ ਦੀ ਮਦਦ ਕੀਤੀ ਜਾਏ, ਉਹਨਾਂ ਤੱਕ ਪਹੁੰਚਾਇਆ ਜਾਏ। ਔਰ ਕਿਤਨੇ ਇਲਾਕੇ ਐਸੇ ਜਿੱਥੇ ਵੀਰਾਨੀ ਹੋ ਗਈ, ਜ਼ਲਜ਼ਲੇ ਆ ਗਏ, ਤਬਾਹੀਆਂ ਹੋ ਗਈਆਂ, ਉਹ ਗਰੀਬ ਹੁਣ ਇਹੀ ਅੜੀਕਦੇ ਵੀ ਮੁਸਲਮਾਨਾਂ ਦਾ ਸਾਲ ਬਾਅਦ ਦਿਨ ਆਉਣਾ, ਸਾਨੂੰ ਵੀ ਕੋਈ ਭੇਜੂਗਾ, ਤਾਂ ਬਜਾਏ ਆਪਣੇ ਪੇਟਾਂ 'ਚ ਪਾਉਣ ਦੇਣਾ ਵੀ ਉਹਨਾਂ ਨੂੰ ਅੱਲਾਹ ਦੇ ਬੰਦਿਆਂ ਨੂੰ ਦੇ ਦਿਓ, ਅੱਲਾਹ ਇਹਦੇ 'ਚ ਖੁਸ਼ ਹੋਊਗਾ, ਅੱਲਾਹ ਦਾ ਰਸੂਲ ਰਾਜ਼ੀ ਹੋਊਗਾ। ਇਹ ਕੁਰਬਾਨੀ ਦੇ ਬਾਰੇ ਜਿਹੜੀਆਂ ਚੀਜ਼ਾਂ ਕੋਈ ਮੇਰੇ ਜ਼ਹਿਨ 'ਚ ਰਹਿ ਗਈਆਂ ਉਹ ਮੈਂ ਬਿਆਨ ਕਰਤੀਆਂ, ਕੋਈ ਹੋਰ ਕਿਸੇ ਦੇ ਜ਼ਹਿਨ 'ਚ ਬਿਸ਼ੱਕ ਭੇਜ ਦੇ ਬਿਆਨ ਕਰ ਦੂੰ। ਮਗਰ ਹੁਣ ਜਿਹੜੇ ਦਿਨ ਸ਼ੁਰੂ ਹੋ ਰਿਹਾ ਇਹ ਕੀ ਹੈ, ਇਹ ਮੇਰੇ ਦੋਸਤ ਨੇ ਸਵਾਲ ਕੀਤਾ ਤਕਬੀਰਾਤ ਪਹਿਲੀ ਤਾਰੀਖ ਮੈਂ ਕਹਿਣੀ ਸ਼ੁਰੂ ਕਰਨੀ ਕਿ ਸ਼ਰੀਅਤ ਕਿਆ,
ਕਿਆ ਜ਼ਰੂਰੀ ਹੈ ਜਾਂ ਨਹੀਂ, ਜ਼ਰਾ ਵਜ਼ਾਹਤ ਸੇ ਫਰਮਾ ਦੇ, ਮਿਹਰਬਾਨੀ ਹੋ। ਤਕਬੀਰਾਂ ਦੇ ਬਾਰੇ ਜਿਹੜਾ, ਕਿਉਂਕਿ ਆਮ ਸਾਰੇ ਅਸੀਂ ਜਾਣਦੇ ਕਿ ਤਕਬੀਰਾਤ ਜਿਹੜੀਆਂ ਉਹ 9 ਤਾਰੀਖ ਦੀ ਫਜਰ ਤੋਂ ਸ਼ੁਰੂ ਹੋ ਕੇ 9 ਆ ਰਹੀ, ਸਾਡੀ 9 ਜਿਹੜੀ ਉਹ ਸੋਮਵਾਰ ਵਾਲੇ ਦਿਨ। ਮੱਕੇ ਨਾ ਵੇਖਿਆ ਕਰੋ, ਕਿਉਂਕਿ ਉਹ ਆਪਣਾ ਰੋਇਆ ਜਿਹੜੀ ਹੈ ਚੰਦ ਜਿਸ ਨੇ ਵੇਖਿਆ ਉਹਦੇ ਮੁਤਾਬਕ ਚੱਲ ਰਿਹਾ। ਉਹਦੇ ਸਵੇਰੇ 8 ਚੱਲ ਪੈਣਗੇ ਮੀਨਾਰ ਨੂੰ, 9 ਨੂੰ ਫਿਰ ਐਤਵਾਰ ਦੇ ਦਿਨ ਅਰਫਾਤ ਛੋਣਗੇ, ਹੱਜ ਹੋ ਜੂਗਾ, ਅਗਲੇ ਦਿਨ ਈਦ ਕਰ ਲੈਣਗੇ, ਅਸੀਂ ਆਪਣੇ ਹਿਸਾਬ 'ਤੇ ਕਰਾਂ। ਤਾਂ 9 ਤਾਰੀਖ ਦੀ ਫਜਰ ਜਿਹੜੀ ਉੱਤੋਂ ਤਕਬੀਰਾਂ ਸ਼ੁਰੂ ਹੋ ਜਾਂਦੀਆਂ ਔਰ 13 ਤਾਰੀਖ ਦੀ ਅਸਰ ਤੱਕ ਹੈਗਾ। ਇਹਦੇ ਜੀ ਬੜਾ ਝਗੜਾ, ਕੋਈ ਆਉਂਦਾ ਨਹੀਂ ਈਦ ਵਾਲੇ ਦਿਨ ਜ਼ੋਰ ਤੋਂ ਸ਼ੁਰੂ ਹੋਣਗੀਆਂ ਅਤੇ 13 ਤਾਰੀਖ ਦੀ ਫਜਰ 'ਤੇ ਮੁੱਕ ਜਾਣਗੀਆਂ। ਇਹ ਚੂੰਕਿ ਕੌਲ ਵੱਡਾ ਹੈ, ਜਿਹਦੇ ਸਾਰੇ ਆ ਜਾਂਦੇ, ਇਸ ਤੋਂ ਇਹ ਸਮੇਟ ਲੈਣਾ ਚੰਗਾ। ਹਜ਼ਰਤ ਇਬਨ ਮਸੂਦ ਔਰ ਹਜ਼ਰਤ ਅਲੀ ਰਜ਼ੀ ਅੱਲਾਹ ਅਨਹੁਮਾ ਦੋਵਾਂ ਤੋਂ ਆਉਂਦਾ ਕਿ ਫਜਰ ਜਿਹੜੀ ਸੀ 9 ਤਾਰੀਖ ਦੇ ਉੱਤੋਂ ਸ਼ੁਰੂ ਕਰਦੇ, 13 ਦੀ ਅਸਰ ਨੂੰ ਮੁਕਾਉਂਦੇ, ਔਰ ਤਕਬੀਰਾਂ ਜਿਹੜੀਆਂ ਨਮਾਜ਼ ਤੋਂ ਇਲਾਵਾ ਵੀ, ਇਹ ਕੋਈ ਨਹੀਂ ਸਿਰਫ ਨਮਾਜ਼ ਤੋਂ ਬਾਅਦ ਹੀ ਆਖਣੀਆਂ, ਚੱਲਦਿਆਂ ਫਿਰਦਿਆਂ ਬਿਸਤਰਿਆਂ 'ਤੇ ਘਰ ਹਰ ਜਗ੍ਹਾ ਜਿੰਨਾ ਹੋ ਸਕੇ ਇਸ ਜ਼ਿਕਰ ਨੂੰ ਕਰਨਾ ਚਾਹੀਦਾ। ਇਹਨਾਂ ਦਿਨਾਂ ਦਾ ਸਭ ਤੋਂ ਵੱਡਾ ਵਜ਼ਕੁਰੁੱਲਾਹ ਫੀ ਅਯਾਮੇ ਮਾਲੂਦਾਤ, ਅੱਲਾਹ ਦਾ ਗਿਣਤੀ ਦੇ ਦਿਨ ਜਿਹੜੇ, ਇਹਨਾਂ ਅੱਲਾਹ ਨੂੰ ਬਹੁਤ ਯਾਦ ਕਰੋ। ਲੰਬਾ ਨਹੀਂ ਤਾਂ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ ਹੀ ਕਹਿ ਲਏ, ਵਰਨਾ ਅਸਲ ਤਕਬੀਰ ਪੂਰੀ ਜਿਹੜੀ ਉਹਨਾਂ ਸਾਹਿਬਾਂ ਤੋਂ ਸਾਬਤ ਹੈ। ਜਾਮੇ ਅੱਲਾਹੁ ਅਕਬਰ ਅੱਲਾਹੁ ਅਕਬਰ, ਲਾ ਇਲਾਹ ਇਲੱਲਾਹ ਵੱਲਾਹੁ ਅਕਬਰ, ਅੱਲਾਹੁ ਅਕਬਰ ਵਲਿਲਾਹਿ ਅਲਹਮਦ। ਤਾਂ ਇਹ ਸਵਾਲ ਇੱਕ ਹੋਰ ਹੈ ਕਿ ਕਈ ਲੋਕ ਜਿਹੜੇ, ਚੂੰਕਿ ਹਜ਼ਰਤ ਅਬਦੁੱਲਾ ਬਿਨ ਉਮਰ ਔਰ ਹਜ਼ਰਤ ਅਬੂ ਹੁਰੈਰਾ ਦੋਵਾਂ ਦੇ ਬਾਰੇ 'ਚ ਇਮਾਮ ਬੁਖਾਰੀ ਨੇ, ਬਹਿਕੀ ਨੇ, ਬਗੀ ਵਗੈਰਾ ਲਿਖਿਆ ਕਿ ਉਹ 10 ਦਿਨਾਂ 'ਚ ਵੀ ਕਹਿੰਦੇ ਸੀ, ਚੱਲਦੇ ਫਿਰਦੇ ਤਕਬੀਰਾਂ ਕਹਿੰਦੇ ਸੀ ਨਮਾਜ਼ਾਂ ਤੋਂ ਇਲਾਵਾ, ਸ਼ੁਰੂ ਤੋਂ ਹੀ ਚੰਦ ਚਰਨ। ਉਹਦੇ ਬਾਰੇ 'ਚ ਪੁੱਛਿਆ ਵੀ ਇਹਦੀ ਕੀ ਹੈਸੀਅਤ, ਇਹਦੀ ਹੈਸੀਅਤ ਇਹ ਵੀ ਲਿਖਿਆ ਜ਼ਰੂਰ ਹੈ ਇਮਾਮ ਬੁਖਾਰੀ ਨੇ ਵੀ, ਇਮਾਮ ਬਹਿਕੀ ਨੇ ਵੀ, ਬਗਵੀ ਨੇ, ਮਗਰ ਇਹਨੂੰ ਬਿਲਾ ਸਨਦ ਲਿਖਿਆ, ਕੋਈ ਦੱਸ ਨਹੀਂ ਸਕੇ ਵੀ ਇਹ ਕਿਹੜੀ ਕਿਤਾਬ ਦੇ ਔਰ ਕਿੱਥੋਂ ਲੱਭਾ। ਔਰ ਜਿਹੜੇ ਬਾਅਦ 'ਚ ਹੀ ਪੈਦਾ ਹੋਏ ਇਮਾਮ ਨੇ ਹਜ਼ਰ ਜੈਸੇ ਸਾਰੇ ਜ਼ੋਰ ਲਾ ਕੇ ਕਹਿੰਦੇ ਬਿਲਾ ਮਰਾਓ ਮਾਸੂਰ, ਸਾਨੂੰ ਇਹਦੀ ਕੋਈ ਸਨਦ ਨਹੀਂ ਲੱਭੀ, ਕਿਤੇ ਨਹੀਂ ਲੱਭਾ ਵੀ ਕਿੱਥੇ ਲਿਖਿਆ ਵੀ ਦੋਵੇਂ ਕਰਦੇ ਸੀ। ਇਸ ਤੋਂ ਹੱਕ ਇਹੀ ਹੈ ਵੀ 9ਵੀਂ ਤੋਂ ਸ਼ੁਰੂ ਕਰੇ, ਪਹਿਲਾਂ ਤੋਂ ਜਿਹੜਾ ਨੇ ਇਹਦਾ ਸਬੂਤ ਨਹੀਂ। ਇੱਕ ਹਦੀਸ ਮੁਸਲਿਮ ਦੇ ਅਮਲ ਦੀ ਸੁਣਾਈ ਜਾਂਦੀ ਕਿ ਰਸੂਲ ਕਰੀਮ ਅਲੈਹਿ ਸਲਾਮ ਨੇ ਫਰਮਾਇਆ, ਇਹਨਾਂ ਦਿਨਾਂ ਦੇ ਅਮਲ ਰੱਬ ਨੂੰ ਬਹੁਤ ਪਿਆਰੇ ਆ, ਫਾਕ ਸੇ ਰੂਫੀ ਹਿੰਨਤ ਤਕਬੀਰ ਆਵਤ ਤਹਲੀਲ ਆਵਤ ਤਹਮੀਦ, ਅਤੇ ਇਹਨਾਂ ਦਿਨਾਂ 'ਚ ਤੁਸੀਂ ਅੱਲਾਹ ਅਕਬਰ ਲਾ ਇਲਾਹ ਅਲਹਮਦੁਲਿਲਾਹ ਬਹੁਤ ਕਹੋ, ਇਹ ਤੋਂ ਵੀ ਕੰਮ ਚੱਲ ਸਕਦਾ। ਮਗਰ ਸਾਬਤ ਇਹ ਵੀ ਨਹੀਂ, ਅੱਲਾਹ ਦੇ ਰਸੂਲ ਦੇ ਬਾਰੇ 'ਚ ਇੱਕ ਇੱਕ ਸ਼ਾਇਦ ਚੈੱਕ ਹੋਈ ਹੈ ਵੀ ਕਿਹੜੀ ਪੱਕੀ ਆਪ ਤੱਕ ਗਈ ਹੈ ਅਤੇ ਕਿਹੜੀ ਨਹੀਂ ਗਈ। ਔਰ ਇਸ ਬਾਰੇ ਜਿਵੇਂ ਇਮਾਮ ਅਹਿਮਦ ਬਿਨ ਹੰਬਲ ਨੇ ਤੁਲਾਰਾ ਫਰਮਾਉਂਦੇ ਵੀ ਤਕਬੀਰਾਂ ਜਿਹੜੀਆਂ ਤਸ਼ਰੀਕੀਆਂ, ਇਹਦੇ ਸਾਰੀ ਉਮਤ ਮੁਹਤਾਜ ਆ ਸਹਾਬਾ ਕਿਰਾਮ ਦੀ। ਵਰਨਾ ਅਗਰ ਕੋਈ ਆਖੇ ਨਾ ਨਬੀ ਅਲੈਹਿ ਸਲਾਮ ਤੋਂ ਕੁਝ ਕਿਸੇ ਦੇ ਕੋਲ ਨਹੀਂ ਜ਼ਿਕਰ, ਫਿਰ ਉਹ ਐਸੇ ਗਰੋਹ ਵੀ ਪੈਦਾ ਹੋ ਗਏ ਜਿਹੜੇ ਆਉਂਦੇ ਤਕਬੀਰਾਂ ਨਹੀਂ ਕਹਿਣੀਆਂ। ਜਿਹੜੇ ਕੱਟੜ ਕਿਸਮ ਦੇ ਨਾ ਵਹਾਬੀਨ, ਉਹ ਇਹ ਆਉਂਦੇ ਬਿਲਕੁਲ ਨਹੀਂ ਕਹਿਣੀ, ਹਜ਼ੂਰ ਤੋਂ ਨਹੀਂ ਸਾਬ, ਉਹ ਸਹਾਬਾ ਕਿਰਾਮ ਨੂੰ ਕੋਈ ਵਜ਼ਨ ਨਹੀਂ ਦਿੰਦੇ, ਝੂਠੇ। ਨਬੀ ਅਲੈਹਿ ਸਲਾਮ ਦਾ ਅਗਰ ਜ਼ਿਕਰ ਨਹੀਂ ਲਿਖਿਆ ਸਾਡੇ ਕੋਲ, ਜਿਹਦਾ ਮਤਲਬ ਇਹ ਹੋਇਆ ਨਹੀਂ, ਜਦੋਂ ਸਹਾਬਾ ਕਿਰਾਮ ਇਹ ਕੰਮ ਕਰਦੇ ਸੀ ਕਿ ਤਕਬੀਰਾਂ ਕਹਿੰਦੇ ਸੀ, ਤਾਂ ਬਸ ਬਿਸਮਿਲ੍ਲਾ, ਇਹ ਸਾਡੇ ਲਈ ਕਾਫੀ ਹੈ। 9 ਤਾਰੀਖ ਦੀ ਫਜ਼ਰ, ਯਾਨੀ ਆਪਣਾ ਸੋਮਵਾਰ ਹੋਊਗਾ ਉਸ ਦਿਨ, ਉਹਦੀ ਫਜ਼ਰ ਦੀ ਨਮਾਜ਼ ਤੋਂ ਸ਼ੁਰੂ ਕਰੋ ਔਰ 13 ਤਾਰੀਖ ਦੀ ਅਸਰ ਤੱਕ ਇਹ ਤਕਬੀਰਾਂ ਨਮਾਜ਼ ਤੋਂ ਬਾਅਦ ਵੀ ਔਰ ਅੱਗੇ ਪਿੱਛੇ ਵੀ ਜਿੰਨੀਆਂ ਹੋ ਸਕੇ ਕਹਿੰਦੇ ਰਹੋ। ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹ ਇਲੱਲਾਹ ਵੱਲਾਹੁ ਅਕਬਰ, ਅੱਲਾਹੁ ਅਕਬਰ ਵਲਿਲਾਹਿ ਅਲਹਮਦ। ਦਿਨ ਜਿਹੜੇ ਸ਼ੁਰੂ ਹੋ ਰਹੇ ਜੇ, ਸਵੇਰੇ ਜਿਹੜਾ ਦਿਨ ਹੈ ਮੱਕਾ ਮੌਜ਼ਮਾ, ਸਾਡਾ ਤਾਂ 7ਵਾਂ, ਉਹਨਾਂ ਦਾ ਚੂੰਕਿ 8ਵਾਂ, ਇਹ ਯੌਮ ਤਰਵੀਆ ਹਵਾਉਂਦਾ, ਇਹਦਾ ਨਾਂ ਜਿਹੜਾ ਅਸਲ ਅਰਬੀ ਜ਼ਬਾਨ 'ਚ ਯੌਮ ਤਰਵੀਆ, ਕਿਉਂਕਿ ਲੋਕ ਉਸ ਮੈਦਾਨ ਅਰਫਾਤ ਮਿਨਾਰ ਜਾਂਦੇ ਸੀ, ਉੱਥੇ ਕੋਈ ਚਸ਼ਮਾ ਨਹੀਂ ਸੀ, ਕੋਈ ਨਹਿਰ ਨਹੀਂ ਸੀ, ਇਸ ਵੈਦਾ ਵੀ ਬਹੁਤ ਬਾਅਦ ਬਣੀ ਹੈ, ਤਾਂ ਫਿਰ ਆਪਣੇ ਊਂਟਾਂ ਨੂੰ ਚੰਗੀ ਤਰ੍ਹਾਂ ਉਸ ਪਾਣੀ ਪਿਲਾ ਦਿੰਦੇ ਸੀ, ਮਸ਼ਕਾਂ ਆਪਣੀਆਂ ਭਰ ਲੈਂਦੇ ਸੀ, ਉਹਨੂੰ ਅਰਬੀ ਜ਼ਬਾਨ ਤਰਵੀਆ ਕਿਹਾ ਜਾਂਦਾ।
ਆਪਣੇ ਊਂਟਾਂ ਨੂੰ ਵੀ ਸੈਰਾਬ ਕਰ ਲੈਣਾ, ਮਸ਼ਕਾਂ ਦਾ ਬੰਦੋਬਸਤ ਕਰ ਲੈਣਾ, ਤਾਂ ਕਿ ਇੰਨੇ ਦਿਨ ਜਿਹੜਾ ਬਾਹਰ ਰਹਿਣਾ ਫਿਰ ਪਾਣੀ ਕਿੱਥੋਂ ਲੱਭਣਾ। ਇਸ ਪਰੋਂ ਇਹ ਤਿਆਰੀ ਦਾ ਦਿਨ ਜਿਹੜਾ ਸੀ ਇਹ ਯੌਮ ਤਰਵੀਆ ਹੋਇਆ ਜਾਂਦਾ ਸੀ। ਔਰ ਅੱਜ 7 ਤਾਰੀਖ ਜਿਹੜੀ ਨਮਾਜ਼ ਜ਼ੋਹਰ ਤੋਂ ਬਾਅਦ ਇਮਾਮ ਕਾਬਾ ਫਿਰ ਖੁਤਬਾ ਦਿੰਦੇ ਆ 7 ਤਾਰੀਖ ਨੂੰ, ਤਾਂ ਕਿ ਲੋਕਾਂ ਨੂੰ ਮਸਾਇਲ ਦੱਸਦੇ ਜਾਣ ਵੀ 8 ਨੂੰ ਆਹ ਕਰਨਾ, 9 ਨੂੰ ਆਹ ਕਰਨਾ, 10 ਨੂੰ ਜੋ ਕੁਝ ਵੀ ਹੈ। 7 ਤਾਰੀਖ ਨੇ ਖੁਤਬਾ ਆਉਂਦਾ ਨਮਾਜ਼ ਤੋਂ ਬਾਅਦ ਜ਼ੋਹਰ ਤੋਂ, ਇਮਾਮ ਸਾਹਿਬ ਸਾਰੇ ਮਸਾਇਲ ਫਿਰ ਬਿਆਨ ਕਰਦੇ, ਲੋਕਾਂ ਨੂੰ ਸਮਝਾਇਆ ਜਾਂਦਾ। ਤਾਂ ਉੱਥੇ ਸੁਬਹਾ ਯੌਮ ਤਰਵੀਆ ਹੋਊਗਾ, ਲੋਕ ਇਹਰਾਮ ਬੰਨ੍ਹ ਕੇ ਆਪਣਾ ਸਾਮਾਨ ਲੈ ਕੇ ਮੀਨਾਰ ਨੂੰ ਚੱਲ ਪੈਣ। ਮੀਨਾਰ ਜਾ ਕੇ ਫਿਰ ਉੱਥੇ ਜ਼ੋਹਰ, ਅਸਰ, ਮਗਰਬ, ਇਸ਼ਾ ਔਰ ਕੱਲ੍ਹ ਦੀ ਫਜਰ ਜਿਹੜੀ ਹੋਊਗੀ ਅਗਲੇ ਦਿਨ ਦੀ 9ਵੀਂ ਤਾਰੀਖ ਦੀ, ਜਿਹੜੇ ਉਹਨਾਂ ਦੀ 9ਵੀਂ ਤਾਰੀਖ, ਇਹ 5 ਨਮਾਜ਼ਾਂ ਉੱਥੇ ਪੜ੍ਹਣ। ਇਹ ਨਮਾਜ਼ ਦਾ ਕੋਈ ਜ਼ਰੂਰ ਹੱਜ ਦਾ ਕੋਈ ਲਾਜ਼ਮੀ ਹਿੱਸਾ ਨਹੀਂ, ਬਗਰ ਕੋਈ ਰਹਿ ਜਾਏ ਤਾਂ ਉਹਦਾ ਹੱਜ ਨਹੀਂ ਹੁੰਦਾ। ਬਾਹਰ ਵਾਲੇ ਨੇੜੇ ਕਰ ਲਈਏ ਵੀ ਇੰਨਾ ਲੰਮਾ ਸਫ਼ਰ ਜਿਹੜਾ ਮੈਦਾਨ ਅਰਫਾਤ ਦਾ ਮੁਸ਼ਕਿਲ ਹੈ, ਪਹਿਲਾਂ ਤੁਸੀਂ ਮੀਨਾਰ ਪਹੁੰਚ ਜਾਓ ਉੱਥੇ। ਵਰਨਾ ਅਗਰ ਕੋਈ 9 ਤਾਰੀਖ ਦੀ ਫਜਰ ਨੂੰ ਸਿੱਧਾ ਹੀ ਅਰਫਾਤ ਚਲਾ ਜਾਏ ਤਾਂ ਹੱਜ ਉਹਦਾ ਬਿਲਕੁਲ ਠੀਕ ਹੈ, ਹੱਜ ਦੇ ਰੁਕਣਾ ਤਾਂ ਨਹੀਂ ਹੈ। ਮਗਰ ਆਸਾਨੀ ਹੈ ਵੀ ਮੀਨਾਰ ਜਾ ਰਹੇ ਤਾਂ ਉੱਥੇ ਨਮਾਜ਼ਾਂ ਪੜ੍ਹੇ, ਨਮਾਜ਼ਾਂ ਕਸਰੀ ਪੜ੍ਹਣ। 9ਵੀਂ ਤਾਰੀਖ ਜਦੋਂ ਆਉਂਦੀ ਉਹ ਫਿਰ ਉਹਦਾ ਨਾਂ ਯੌਮ ਅਰਫਾ ਹੋ ਜਾਂਦਾ। ਉਸ ਦਿਨ ਦਾ ਅਰਬੀ ਜ਼ਬਾਨ 'ਚ ਨਾਂ ਅਰਫੇ ਦਾ ਦਿਨ, ਅਰਫਾ ਮੈਦਾਨ ਹੈ। ਅਰਫਾਤ ਇੱਕੋ ਹੀ ਗੱਲ ਹੈ, ਅਰਫਾਤ ਵੀ ਉਹਦਾ ਹੀ ਨਾਂ ਔਰ ਅਰਫਾ ਵੀ ਉਹਦਾ ਨਾਂ। ਅਰਫਾ ਉਰਫਾ ਕਹਿੰਦੇ ਰੇਤ ਦਵਰ ਪੜੀ, ਅਰਫਾ ਔਰ ਅਰਫਾਤ ਇਹ ਉਹ ਮੈਦਾਨ ਹੈ ਜਿੱਥੇ ਹਾਜੀ ਲੋਕ ਜਮ੍ਹਾਂ ਹੁੰਦੇ। ਹੁਣ ਤਾਂ ਨਿੰਮਾਂ ਲੱਗ ਗਈਆਂ, ਕੁਛ ਇਮਾਰਤਾਂ ਵੀ ਬਣ ਗਈਆਂ, ਪਹਿਲੇ ਜ਼ਮਾਨੇ 'ਚ ਬਿਲਕੁਲ ਰੇਤਲਾ ਮੈਦਾਨ ਸੀ, ਸਾਫ਼ ਚਟੀਅਲ, ਕੋਈ ਸਾਇਆ ਨਹੀਂ, ਕੋਈ ਇਮਾਰਤ ਨਹੀਂ। ਉੱਥੇ ਖਲਕੇ ਖੁਦਾ ਫਿਰ ਜਮ੍ਹਾਂ ਹੁੰਦੀ ਹੈ। ਔਰ 9 ਤਾਰੀਖ ਦਾ ਦਿਨ ਜਿਹੜਾ ਨਾ, ਉਸ ਦਿਨ ਬੰਦੇ ਫਿਰ ਅੱਲਾਹ ਤਾਲਾ ਦੇ ਸਾਹਮਣੇ ਆਪਣੀ ਆਜ਼ੀ, ਆਪਣਾ ਫਕਰ, ਆਪਣੀ ਮਸਕੀਨੀ ਨੰਗੇ ਕਰਦੇ। ਸਿਰਾਂ 'ਤੇ ਕੋਈ ਹੈਟ ਨਹੀਂ, ਕੋਈ ਤਾਜ ਨਹੀਂ, ਕੋਈ ਟੋਪੀ ਨਹੀਂ, ਸਿਰ ਨੰਗੇ ਆ। ਲਿਬਾਸ ਉਹਨਾਂ ਦਾ ਜਿੰਨਾ ਸੀ, ਅੱਛੇ ਲਿਬਾਸ ਸੀਤੇ ਹੋਏ ਸਾਰੇ ਲੈ ਜਾਂਦੇ। ਇੱਕ ਚਾਦਰ ਉਹਨੇ ਮੁਰਦਿਆਂ ਦੀ ਤਰ੍ਹਾਂ ਤੇੜ ਬੱਧੀ ਹੁੰਦੀ ਹੈ, ਕੁੱਤੋਂ ਦੀ ਆਪਣੇ ਮੋਢਿਆਂ ਤੋਂ ਸਿੱਟੀ ਹੁੰਦੀ ਹੈ। ਸਿਰ ਨੰਗੇ ਫਿਰ ਉਹ ਮਰਦ ਜਿਹੜੇ ਮੈਦਾਨ 'ਚ ਖੜ੍ਹੇ ਹੁੰਦੇ ਆ ਔਰ ਅੱਲਾਹ ਤਾਲਾ ਦੇ ਸਾਹਮਣੇ ਗਿੜਗਿੜਾਉਂਦੇ, ਰਾਜ਼ੀ ਕਰਦੇ ਆ। ਅਤੇ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਫਰਮਾਇਆ ਵੀ ਸਾਲ ਪਰ ਕਿਸੇ ਦਿਨ ਅੱਲਾਹ ਤਾਲਾ ਇੰਨੇ ਲੋਕਾਂ ਨੂੰ ਨਹੀਂ ਆਜ਼ਾਦ ਕਰਦਾ ਅਤੇ ਦੋਜ਼ਖ ਨੂੰ ਰਾਹੀ ਬਖਸ਼ਦਾ ਜਿੰਨੀ ਅਰਫੇ ਦੇ ਦਿਨ ਬਖਸ਼ਦਾ। ਉਹ ਦਿਨ ਬੰਦੇ ਆਪਣੀ ਚਦਰਾਹਟਾਂ ਛੱਡ ਕੇ ਨਾ, ਸਰਦਾਰੀਆਂ ਰਵਕਾਰ ਛੱਡ ਕੇ, ਪੱਲੇ ਕੁਛ ਵੀ ਨਹੀਂ ਹੁਣ, ਸਾਇਲਾ ਮਾ ਫਕੀਰ ਆਮਦਾ ਦਰਖੂਏ ਤੂੰ ਸ਼ੈਲ ਲੱਲਾ ਜਮਾਲੇ ਰੂਹੇ 'ਚ ਹੈਂ। ਮਸਕੀਨ ਖੜ੍ਹੇ ਆ, ਸਿਰ ਨੰਗੇ ਆ, ਚਾਦਰਾਂ ਲਈਆਂ ਮੁਰਜ਼ਾਂ ਦੀ ਤਰ੍ਹਾਂ, ਔਰ ਰੋ ਰਿਹਾ, ਹੱਥ ਉਠਾਇਆ, ਆਂਸੂ ਬਹਿ ਰਿਹਾ। ਅਤੇ ਅੱਲਾਹ ਪਾਕ ਦੇ ਸਾਹਮਣੇ ਮੰਨਦੇ ਬੈਸੀ, ਭਾਵੇਂ ਸਜਰੇ ਮਮਲਕਤ ਸੀ, ਬੜੇ ਬੜੇ ਅਲਾਮੇ ਸੀ, ਹਜ਼ਰਤ ਸੀ, ਅੱਜ ਵੇਖ ਲਾ ਤੇਰੇ ਸਾਹਮਣੇ ਕੁਛ ਵੀ ਨਹੀਂ। ਅੱਜ ਬੰਦੇ ਬਣ ਕੇ ਸਾਹਿਲ ਬਣ ਕੇ ਖੜ੍ਹੇ ਹਾਂ। ਔਰ ਅੱਲਾਹ ਤਾਲਾ ਵੀ ਹਦੀਸੇ ਪਾਕ 'ਚ ਆਉਂਦਾ, ਫਰਿਸ਼ਤਿਆਂ 'ਚ ਫਖਰ ਕਰਦਾ ਔਰ ਫਰਿਸ਼ਤਿਆਂ ਨੂੰ ਪੁੱਛਦਾ, ਬੈ ਮੇਰੇ ਮਲਾਕਾ, ਇਹ ਲੋਕ ਕੀ ਚਾਹੁੰਦੇ? ਇੰਨੀ ਖਲਕ ਖੁਦਾ ਦੀ ਇਕੱਠੀ ਹੋਈ, ਕੀ ਮੰਗਦੇ? ਕਹਿੰਦੇ ਅੱਲਾਹ ਤਾਲਾ ਮਾਫ਼ੀ ਮੰਗਦੇ ਆ ਕਿ ਜ਼ਿੰਦਗੀ ਬਰਬਾਦ ਹੋ ਗਈ, ਅਸੀਂ ਸ਼ਰਮਿੰਦੇ ਹਾਂ ਕਿ ਕਿੰਨੀ ਕਿੰਨੀ ਉਮਰ ਸਾਡੀ ਗੁਜ਼ਰ ਗਈ ਅਤੇ ਉਹ ਕੰਮ ਹੀ ਨਹੀਂ ਕੀਤਾ ਜਲੀ ਆਏ ਸੀ, ਬਲਕਿ ਉਲਟੇ ਬੁਰੇ ਕੰਮ ਕਰ ਬੈਠੇ, ਹੁਣ ਇੱਥੇ ਮਾਫ਼ੀ ਮੰਗਣ ਵਾਸਤੇ ਆਏ। ਨਾ ਪੁੱਛੋ ਅਹਲੇ ਮੌਕਫ ਹਮਸੇ ਦੀਵਾਨੋਂ ਕੀ ਬੇਤਾਬੀ, ਕੋਈ ਰੋ ਰਿਹਾ, ਚੀਖ ਰਿਹਾ, ਦੂਜੇ ਹੈਰਾਨ ਹੋ ਕੇ, ਸਾਰੇ ਇੱਕੋ ਜਿਹਾ ਨਹੀਂ ਲਾਉਂਦੇ, ਕੋਈ ਗਾਫਲ ਵੀ ਹੁੰਦੇ, ਖਾਣੇ ਖਾ ਰਿਹਾ, ਤਸਵੀਰਾਂ ਬਣਾ ਰਿਹਾ, ਬਦਕਿਸਮਤ, ਉੱਥੇ ਵੀ ਨਹੀਂ ਪਤਾ ਵਿਆਜ ਦਾ ਦਿਨ ਇਹੋ ਜਿਹੇ ਕੰਮਾਂ ਲਈ। ਤੋ ਫਿਰ ਉਹ ਜਿਸੇ ਉਸ ਦੀਵਾਨੇ ਨੂੰ ਰੋਣ ਵਾਲੇ ਨੂੰ ਪੁੱਛਦੇ, ਪਰ ਤੂੰ ਇੰਨਾ ਬੇਤਾਬ ਕਿਉਂ ਅਤੇ ਇੰਨਾ ਕਿਉਂ ਹਾਲ ਪੁਕਾਰ ਕਰ ਰਿਹਾ? ਨਾ ਪੁੱਛੋ ਅਹਲੇ ਮੌਕਫ, ਮੌਕਫ ਮੈਦਾਨ ਅਰਫਾਤ ਨੂੰ ਹੀ ਕਿਹਾ ਜਾਂਦਾ। ਨਾ ਪੁੱਛੋ ਅਹਲੇ ਮੌਕਫ ਹਮਸੇ ਦੀਵਾਨੋਂ ਕੀ ਬੇਤਾਬੀ, ਯਹਾਂ ਮਜਮਾ ਸੁਣਾ ਯਾਂ ਵੀ ਤਲਾਸ਼ੇ ਯਾਰ ਪਿਆ, ਅਗਰ ਬਖਸ਼ੇ ਜ਼ਹੇ ਕਿਸਮਤ, ਨਾ ਬਖਸ਼ੇ ਤੋ ਸ਼ਿਕਾਇਤ ਕਿਆ, ਸਰੇ ਤਸਲੀਮ ਖਾਮੈ ਜੋ ਮਿਜ਼ਾਜ ਯਾਰ ਲਿਆ। ਲੱਖਾਂ ਦਾ ਮਜਮਾ ਰੋ ਰਿਹਾ, ਰਾਜ਼ੀ ਕਰ ਰਿਹਾ,
ਇਹਦੇ ਬਾਰੇ ਜੀ ਇਮਾਮ ਮੁਹਿਬਦੀਨ ਤਬਰੀ ਰਹਿਮਤੁੱਲਾ ਅਲੈਹ ਕਿਰਾਅ ਲਕਾਸਿਦ ਉਲ ਕੁਰਾ ਜਿਹੜੀ ਇਸੇ 'ਚ ਲਿਖੀ ਕਿ ਜਿਹੜਾ ਸ਼ਖਸ ਮੱਕੇ ਔਰ ਮਦੀਨੇ ਚੋਂ ਜਾਣਾ ਚਾਹੁੰਦਾ ਉਹਦੇ ਲਈ ਅਲ ਕਿਰਾਅ ਜ਼ਿਆਫਤ ਮਹਿਮਾਨੀ ਜਿਵੇਂ ਅਸੀਂ ਖਾਣਾ ਤਿਆਰ ਕਰਕੇ ਸਾਡੀ ਬੋਲੀ ਸਮਝੋ ਪੱਕੀ ਰੋਟੀ ਜਿਵੇਂ ਆਲਮ ਪੱਕੀ ਰੋਟੀ ਸੀ ਕਈ ਅਨਪੜ੍ਹ ਜਿਨ੍ਹਾਂ ਨੇ ਕਦੀ ਵੀ ਨਹੀਂ ਨਾ ਵੇਖੀ ਉਹ ਮਾੜੀ ਦੀ ਪੱਕੀ ਰੋਟੀ ਪੜਿਆ ਪੱਕੀ ਰੋਟੀ ਪੜ੍ਹ ਲੈਂਦੇ ਤੁਸੀਂ ਸਮਝ ਲੈਂਦੇ ਵੀ ਉਹ ਕਿਤਾਬਾਂ ਦਾ ਨਿਚੋੜ ਹੈ ਉਹ ਐਂ ਜਿਵੇਂ ਪਕਾ ਕੇ ਰੱਖਦੀ ਨੇ ਇਸ ਤਰ੍ਹਾਂ ਉਲਮਾ ਨੇ ਮਸਲੇ ਕੱਢ ਕੇ ਉਹ ਖੁਲਾਸਾ ਕੱਢਿਆ ਸੀ ਪੱਕੀ ਪਕਾਈ ਰੋਟੀ ਇਹ ਵੀ ਸਮਝੋ ਅਲ ਕਿਰਾਅ ਸਿਦੇ ਅਲ ਕਿਰਾਅ ਲਿਖਾ ਸਿਦੇ ਮਲਕੁਰਾ ਕਿ ਜਿਹੜਾ ਸਾਰੇ ਜਾਣ ਦੇ ਮਰਕਜ਼ ਦੀ ਤਰਫ ਜਾਣਾ ਚਾਹੁੰਦਾ ਨਾ ਮੱਕੇ ਉਹਦੇ ਲਈ ਇਹ ਜ਼ਿਆਫਤ ਹੈ ਹਰ ਚੀਜ਼ ਜਿਹੜੀ ਨਾ ਮੱਕਾ ਮੁਜ਼ਮਰ ਮਦੀਨੇ ਦੇ ਬਾਰੇ ਦੇ ਇਨਸਾਈਕਲੋਪੀਡੀਆ ਸਮਝੋ ਸਹੀ ਜ਼ਈਫ ਦੀ ਵੰਡ ਆਲਮਾਂ ਨੂੰ ਅੱਜ ਕਰਨੀ ਚਾਹੀਦੀ ਅਤੇ ਨਵੇਂ ਸਿਰੇ ਬੈਕ ਕੰਮ ਕਰਨ ਮਗਰ ਇਕੱਠਾ ਕਰਨ ਬਹੁਤ ਉਸਨੇ ਜੋ ਮਵਾਦ ਸੀ ਔਰ ਇਹ ਖਤੀਬ ਸੀ ਹਰਮ ਸ਼ਰੀਫ ਦੇ ਮੱਕਾ ਮੁਜ਼ਮਾ ਦੇ 200 ਸਾਲ ਇਹਨਾਂ ਦੇ ਖਾਨਦਾਨ ਨੇ ਮੱਕਾ ਮੁਜ਼ਮਾ ਦੀ ਮਸਜਿਦ ਦੀ ਇਮਾਮਤ ਕੀਤੀ ਅਤੇ ਇਹਦੇ ਅੰਦਰ ਫਿਰ ਹਾਲਾਤ ਲਿਖਦੇ ਇੱਕ ਬਾਬ ਹੈ ਸਮਝੋ 364 ਸਫ਼ੇ 'ਤੇ ਮਾ ਜਾਫੀ ਖੌਫ ਬਾਦ ਸਾਦਕੀਨ ਦਾ ਵਕੂਫ ਮਹਿਰਫਾ ਕਿ ਮੈਦਾਨ ਏ ਅਰਫਾਤ 'ਚ ਦੁਨੀਆ ਖੜ੍ਹੀ ਹੈ ਆਉਂਦਾ ਕੁਛ ਉਹਨਾਂ ਬੰਦਿਆਂ ਦੇ ਤੈਨੂੰ ਹਾਲ ਸੁਣਾਵਾਂ ਕਿ ਜਿਹੜੇ ਰੱਬ ਨੂੰ ਪਹਿਚਾਣਦੇ ਅਤੇ ਬਾਕੀ ਉੱਥੇ ਡਰਦੇ ਸੀ ਅਤੇ ਰੋਂਦੇ ਸੀ ਕਿ ਉਹਨਾਂ ਦਾ ਕਿੱਸਾ ਵੀ ਸੁਣ ਗਾਫਲਾਂ ਔਰ ਬੇਖਬਰਾਂ ਦੀ ਗੱਲ ਕੀ ਹੈ ਕਿ ਜਾਂਦੇ ਫੇਰਾ ਮਾਰ ਕੇ ਆਉਂਦੇ ਕੱਖ ਵੀ ਨਹੀਂ ਪਤਾ ਲੱਗਦਾ ਕਿੱਥੇ ਗਏ ਸੀ ਅਤੇ ਕਿੱਥੇ ਨਹੀਂ ਅਨਸਾਰ ਮੁਰੀਏ ਕਾਲਾ ਵਕਫਾ ਮੁਤਰਫ ਬਕਰ ਬਿਨ ਅਬਦੁੱਲਾ ਫਕਾਰਾ ਮੁਤਰਫ ਅੱਲਾ ਮਲਾ ਤੁਰਦਾ ਮਰਜਾਵਾਂ ਮਿਨਾ ਜੀ ਇਹ ਸਾਰੇ ਬੰਦੇ ਜਿਹੜੇ ਜੇ ਮੁਤਰਫ ਬਕਰ ਬਿਨ ਅਬਦੁੱਲਾ ਚੋਟੀ ਦੇ ਬਲੀ ਹੋਏ ਇਮਾਮ ਹੋਏ ਆਪਣੇ ਜ਼ਮਾਨੇ ਫਿਰ ਮੈਂ ਮੈਦਾਨ ਅਰਫਾਤ ਦੋਵੇਂ ਖੜ੍ਹੇ ਸੀ ਅਤੇ ਹਜ਼ਰਤ ਮੁਤਰਫ ਨੇ ਅੱਲਾ ਦੇ ਅੱਗੇ ਦੁਆ ਕੀਤੀ ਵੀ ਅੱਲਾ ਅੱਜ ਦੇ ਦਿਨ ਇਹਨਾਂ ਲੋਕਾਂ ਨੂੰ ਮੇਰੇ ਜੈਸੇ ਨਿਕੰਮੇ ਪਾਰੋਂ ਰੱਬ ਨਾ ਕਰ ਇਹ ਸਾਰਾ ਮਜਮਾ ਜਿਹੜਾ ਨਾ ਮੈਂ ਹੀ ਭੈੜਾਂ ਕਿਤੇ ਮੇਰੇ ਪਰੋਂ ਇਹਨਾਂ ਸਾਰਿਆਂ ਨੂੰ ਜਵਾਬ ਨਾ ਦੇਣੀ ਵਕਾਲ ਬਕਰ ਮਾਸ਼ਰਫ ਮਿਨ ਮੌਕ ਵਰ ਜਾਓ ਲਿਆ ਲਈ ਲੌਲਾ ਨਹੀਂ ਫੀ ਔਰ ਬਕਰ ਬਿਨ ਅਬਦੁੱਲਾ ਨੇ ਕਿਹਾ ਵੀ ਜੇ ਮੈਂ ਨਾ ਹੁੰਦਾ ਅਤੇ ਅੱਜ ਦਾ ਇਹ ਜਿਹੜਾ ਮੈਦਾਨ ਹੈ ਅਰਫਾਤ ਹੈ ਤੁਹਾਡਾ ਮੌਕਫ ਕੋਈ ਨਹੀਂ ਸੀ ਅਤੇ ਨਾ ਇੱਥੇ ਜ਼ਿਆਦਾ ਤੋਂ ਜ਼ਿਆਦਾ ਮੈਂ ਕੋਈ ਉਮੀਦ ਕੀਤੀ ਜਾ ਸਕੀ ਮੇਰੇ ਬਦਕਿਸਮਤ ਸੀ ਮੈਂ ਵੀ ਵਿੱਚ ਹਾਂ ਆਪਣੇ ਆਪ ਨੇ ਇੰਨਾ ਗਿਰਾਇਆ ਵੀ ਮੈਂ ਨਾ ਹੁੰਦਾ ਅਤੇ ਅੱਜ ਦੇ ਇਸ ਮਜਮੇ 'ਚ ਜ਼ਿਆਦਾ ਬਿਹਤਰ ਕੋ ਮਜਮਾ ਹੈ ਸੀ ਵਾਨਾ ਬਿਲਦਿਆਨ ਕਾਲਾ ਕੁੰਤ ਬਿਲ ਮੌਕਫ ਪਰ ਹੈ ਤੂੰ ਸ਼ਾਹ ਮੁਤਰਕ ਥੋੜ੍ਹੇ ਦਿਨ ਹਜ ਤੋਂ ਜਾਣ ਤੋਂ ਪਹਿਲਾਂ ਮੁਸ਼ਤਾਕ ਸਾਹਿਬ ਆਪਣੇ ਬੱਚੇ ਹੀ ਹੈ ਉਹਨਾਂ ਨੇ ਵੀ ਏਜੰਸੀ ਬਣਾਈ ਕਹਿਣ ਲੱਗੇ ਤੁਸੀਂ ਖਿਤਾਬ ਕਰਨਾ ਹੈ ਫਿਰ ਇੱਥੇ ਸਿਲਵਰ ਸਪੂਨ ਤੋਂ ਆ ਮਰਦ ਔਰਤਾਂ ਜਮਾ ਉਹ ਬੇਚਾਰੇ ਪਤਾ ਵੀ ਲੈ ਗਿਆ ਮੇਰਾ ਨੰਬਰ ਲੈ ਗਿਆ ਕਿੰਨੇ ਹੁਣ ਉੱਥੋਂ ਮਰਦ ਔਰਤਾਂ ਮੇਰੇ ਕੋਲ ਪੁੱਛਦੇ ਮਸਾਇਲ ਮੈਂ ਕਿਹਾ ਕਿਤਾਬਾਂ ਨੂੰ ਖੁਦਾ ਦਾ ਨਾਂ ਪਿੱਛੇ ਸਿੱਟ ਜਾਓ ਇਹ ਕੋਈ ਨਾਲ ਲੈ ਕੇ ਨਾ ਜਾਇਓ ਇਹਨਾਂ ਨੇ ਹੱਜ ਬਰਬਾਦ ਕਰ ਦਿੱਤਾ ਇਹ ਕਿਸ ਅੱਲਾ ਰਸੂਲ ਦੁਆਵਾਂ ਸਿਖਾਈਆਂ ਕਿ ਇਸ ਫੇਰੇ 'ਚ ਆਹ ਪੜੋ ਤੈਸ ਵੇਲੇ ਇਹ ਹੱਜ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹੈ ਵੀ ਲੋਕਾਂ ਨੂੰ ਇਸ ਚੱਕਰ 'ਚ ਉਲਝਾ ਦਿੱਤਾ ਕਿਸੇ ਸ਼ਾਇਦ ਦੀ ਲੋੜ ਨਹੀਂ ਸਿਰਫ ਇੱਕ ਅਹਿਸਾਸ ਹੈ ਨਦਾਮਤ ਹੈ ਵੀ ਆਦਮੀ ਸ਼ਰਮਸਾਰ ਹੋ ਕੇ ਸਿਰ ਨੀਵਾਂ ਕਰਕੇ ਚਲਾ ਜਾ ਭਾਈ ਮੁਜਰਮ ਆ ਪੜ੍ਹਨ ਦੀ ਵੀ ਲੋੜ ਨਹੀਂ ਬੈਤੁੱਲਾ ਦੇ ਦਰਵਾਜ਼ੇ ਅੱਗੇ ਖੜ੍ਹਾ ਹੋਵੇ ਅਰਫਾਜ ਇਹੋ ਹੀ ਖਿਆਲ ਹੋਵੇ ਵੀ ਕਿਹੜੇ ਮੂੰਹ ਨਾਲ ਤੇਰੇ ਦਰਬਾਰ 'ਚ ਹੈ ਕਾਬਾ ਕਿਸ ਮੂੰਹ ਸੇ ਜਾਓਗੇ ਗਾਲ ਸ਼ਰਮ ਤੁਮਕੋ ਮਗਰ ਨਹੀਂ ਆ ਕਿਹੜਾ ਕੰਮ ਮੇਰਾ ਛੁਪਿਆ ਖੁਦਾ ਮੈਂ ਇੱਥੇ ਆ ਗਿਆ ਇਹ ਖਿਆਲ ਹੀ ਜਿਹੜਾ ਨਾ ਮੇਰਾ ਪਾਰ ਕਰ ਲਈ ਕਾਫੀ ਉਹ ਫਰਮਾਉਂਦੇ ਆ ਅਬੀ ਲਦਾਨ ਦਾ ਕੁੰਨ ਤੋਂ ਬਿਲ ਮੌਕਫ ਫਰ ਹੈ ਤੋ ਸ਼ਾਹ ਮਹਮੂਦ ਰੇਕਣ ਮਨ ਵਾਕਫ ਨਾ ਸਿਲਾਨ ਸਾਕਿਦ ਕੁਰਸ ਕਿ ਅਸੀਂ ਮੈਦਾਨ ਅਰਫਾਤ ਸੀ ਅਤੇ ਮੈਂ ਉੱਥੇ ਇੱਕ ਨੌਜਵਾਨ ਨੂੰ ਵੇਖਿਆ ਉਹਨੇ ਕੁਛ ਨਹੀਂ ਪੜਿਆ ਨਾ ਕੋਈ ਜ਼ਬਾਨ ਹਿਲਾਈ ਨਾ ਕੋਈ ਹੱਥ ਚੁੱਕੇ ਜਦੋਂ ਤੋਂ ਲੋਕ ਮੈਦਾਨ ਅਰਫਾਤ ਖੜ੍ਹੇ ਹੋਏ ਨਾ ਸੂਰਜ ਦੀ ਟਿੱਕੀ ਡੁੱਬਣ ਤੱਕ ਉਹ ਸੇਰਾਂ ਕਰਕੇ ਖੜ੍ਹਾ ਰਿਹਾ ਕੁਰ ਤੋਂ ਯਾ ਹਰ ਰੱਬ ਸੁ ਜਲਾ ਕਲ ਦੁਆ ਅਤੇ ਮੈਂ ਉਹਨੂੰ ਆਖਿਆ ਅੱਲਾ ਦਿਆ ਬੰਦਿਆ ਤੂੰ ਵੀ ਹੱਥ ਫੈਲਾ ਲਾ ਅਤੇ ਰੱਬ ਕੋ ਕੁਛ ਮੰਗ ਲਾ ਫਕਾਰ ਅਲੀ ਸਮਾ ਬਖਸ਼ਾ ਉਹਨੇ ਆਖਿਆ ਡਰ ਆਉਂਦਾ ਕਿਸ ਤਰ੍ਹਾਂ ਮੰਗਾ ਫਕੁਰ ਤੋਂ ਲੋ ਹਰ ਯੋਮ ਰਫ਼ ਨਜ਼ਨੂਬ
ਅਤੇ ਮੈਂ ਉਹਨੂੰ ਆਖਿਆ ਇਹ ਗੁਨਾਹ ਦੀ ਮਾਫ਼ੀ ਦਾ ਦੇਣਾ, ਤੂੰ ਕਰ ਦਲੇਰੀ ਕਾਰਾ ਫਸਾ ਤਾਂ ਜਦਾ ਹੋਊ ਵਫੀ ਬਸਤੇ ਜਦੀ ਵਕਾ ਮਈਤ। ਉਹਨੇ ਹੱਥ ਚੁੱਕਿਆ ਮਗਰ ਮੰਗਿਆ ਕੁਛ ਨਹੀਂ, ਡੱਗਿਆ ਜਾਨ ਨਿਕਲੀ। ਇਸ ਤੋਂ ਬੰਦਾ ਸੋਚੇ ਵੀ ਰੱਬ ਤੋਂ ਕੁਛ ਲੁਕਿਆ, ਜਿਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਲੱਗਾ ਰੱਬ ਉਹ ਵੀ ਜਾਣਦਾ ਵੀ ਤੂੰ ਕੀ ਕਰਦਾ ਰਿਹਾ। ਮੈਨੇ ਰਿਆਸੀ ਕਾਰਾ ਰਹਿ ਤੁਹਾਨੂੰ ਮਨ ਮੁਅੱਦਲ ਫਿਰ ਮੌਕਫੀ ਯੋਮਨ ਸ਼ਦੀਦ ਹਰ। ਬਹੁਤ ਸਖਤ ਗਰਮੀ ਸੀ ਉਸ ਵਕਤ, ਮੈਂ ਅਹਿਮਦ ਬਿਨ ਮੁਅੱਦਲ ਰਹਿਮਤੁਲ੍ਲਾਹ ਮੈਦਾਨ ਅਰਫਾਤ ਵੇਖਿਆ ਵਕਤ ਜ਼ਾਹਿਰ ਸ਼ੰਦ, ਉਹ ਖੈਮੇ 'ਚ ਨਹੀਂ ਬੈਠੇ ਨਾ ਕਿਸੇ ਸਾਇਦ ਚੱਲ ਗਿਆ, ਸਿਰ ਨੰਗਾ ਔਰ ਧੁੱਪੇ ਖੜੇ ਰਹਿ। ਵਕੁਲ ਤੋਂ ਅਬਲ ਫਜ਼ਲ ਲੋ ਖਸਤਾ ਬਿਸਾਫ ਅਨਸ਼ਲ ਕੂਲ। ਮੈਂ ਉਹਨੂੰ ਆਖਿਆ ਅੱਲਾਹ ਦੇ ਬੰਦਿਆ ਦੀਨ 'ਚ ਆਸਾਨੀ ਤਾਂ ਹੈ ਨਾ, ਵੀ ਸ਼ਾਮੇ ਵੀ ਬੰਦਾ ਬਹਿ ਸਕਦਾ, ਤੂੰ ਉਸ ਆਸਾਨੀ ਨੂੰ ਇਖਤਿਆਰ ਕਰ ਲੈਂਦਾ ਹੈ। ਜਿਉਂ ਖੜਾ ਹੋਇਆ ਦੁਪਹਿਰ ਤੋਂ ਧੁੱਪੇ ਖੜਾ ਤੂੰ ਸਿਰ ਵੀ ਨੰਗਾ। ਫਾਨਸ਼ਾਹ ਇਕੂਲ ਤੋਂ ਨੇ ਫਿਰ ਅਸ਼ਾਰ ਪੜ੍ਹੇ, ਇਹ ਬੇਚਾਰੇ ਨੇ ਅੱਗੋਂ ਜਵਾਬ ਦਿੱਤਾ ਜ਼ਹੀ ਤੋ ਲਹੂ ਕੈਸ ਤਜ਼ਿਲਾ ਬਿਜ਼ਿਲਹੀ ਇਜ਼ਤ ਜ਼ਿਲ ਅਜ਼ਾ ਫਿਲ ਕਿਆਮਤ ਕਾਲਸਾ। ਕਹਿਣ ਗੱਲਾਂ ਦੇ ਬੰਦਿਆ ਉਹ ਦਿਨ ਜਦੋਂ ਸਾਏ ਸਿਮਟ ਜਾਣੇ ਔਰ ਮੈਦਾਨੇ ਕਿਆਮਤ ਕੋਈ ਸਾਇਆ ਨਹੀਂ ਹੋਣਾ, ਮੈਂ ਤਦ ਉਹਦੀ ਖਾਤਰ ਧੁੱਪ ਚੱਲ ਰਿਹਾ ਅਤੇ ਮੇਰੀ ਇਸ ਮੁਸ਼ਕਤ 'ਤੇ ਔਰ ਮੇਰੇ ਇਸ ਦੁੱਖ ਉਠਾਉਣ 'ਤੇ ਅੱਲਾ ਉਸੇ ਰਹਿਮ ਕਰੇ ਅਤੇ ਮੈਨੂੰ ਆਪਣੇ ਅਰਸ਼ਦਾ ਸਾਇਆ ਦੇ ਦੇ, ਤਦ ਬਰਦਾਸ਼ਤ ਕਰ ਰਿਹਾ। ਪਵਾ ਸਫਨ ਇਨਕਾਨ ਸਾਯੋ ਕੱਬਾ ਤਰਨ ਵਯਾ ਹਦਨ ਇਨਕਾਨ ਹਜ਼ੋ ਕਾ ਨਾ ਕਿਸਾ। ਕਹਿਣਗਾ ਹਾਏ 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 ਜੇ ਤੇਰੀ ਸਹੀ ਬਾਤਲ ਨਿਕਲ ਆਈ। ਕਈ ਆਦਮੀ ਵੀ ਜਾਂਦੇ ਕਿ ਸਫ਼ਰ ਠੀਕ ਹੈ ਥੋੜ੍ਹਾ ਬਹੁਤ ਤੁਸੀਂ ਜਿਹੜਾ ਨਾ ਉਹ ਬਚਾਓ ਕਰੋ, ਵਰਨਾ ਸਾਏ ਥੱਲੇ ਨਹੀਂ ਬਹਿ ਸਕਦੀ। ਔਰ ਕਹਿੰਦੇ ਅਗਰ ਸਾਰਾ ਹਜ ਬਾਤਲ ਹੋ ਗਿਆ ਫਿਰ ਕੀ ਬਣੂੰਗਾ, ਔਰ ਅਗਰ ਸਵਾਬ ਘੱਟ ਗਿਆ ਤਾਂ ਤਦ ਵੀ ਪਛਤਾਵਾ ਹੋਊਗਾ। ਇਸ ਤੋਂ ਥੋੜ੍ਹੀ ਜਿਹੀ ਧੁੱਪ ਦੀ ਕੋਈ ਗੱਲ ਨਹੀਂ, ਮੈਨੂੰ ਆਪਣਾ ਸਵਾਬ ਮੁਕੰਮਲ ਕਰ ਲੈਣ। ਅਤੇ ਮੈਦਾਨ ਅਰਫਾਤ ਹੈ, ਮੈਦਾਨ ਅਰਫਾਤ ਦੇ ਬਾਰੇ 'ਚ ਮੇਰਾ ਤੁਲਕੂਲ ਹੈ ਲਾਮਾ ਮਿਲਸੀ, ਇਹਦੇ ਅੰਦਰ ਦੋ ਪਿਆਰੀਆਂ ਦੁਆਵਾਂ ਐਸੀਆਂ ਆਈਆਂ, ਦੋ ਕਿੱਸੇ ਐਸੇ ਆਏ ਕਿ ਉਹਨਾਂ ਨੂੰ ਬਿਆਨ ਕਰਨਾ ਵੀ ਜ਼ਰੂਰੀ ਹੈ। ਇਹ ਸਮਝੋ 122 ਔਰ 123 ਹੈ ਔਰ ਜਿਲਦ ਦੀ 18। ਇਮਾਮ ਜਾਫਰ ਸਾਦਿਕ ਅਲੈਹਿ ਸਲਾਮ ਆਪਣੇ ਸਾਥੀ ਨੂੰ ਆਉਂਦੇ ਆ ਕਿ ਮੈਦਾਨ ਅਰਫਾਤ ਜਿਹਦਾ ਖੜਾ ਹੋ, ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਰ। ਇਹ ਦੁਆ ਹਮੇਸ਼ਾ ਲਈ ਚੰਗੀ ਹੈ, ਸਿਰਫ ਮੈਦਾਨ ਅਰਫਾਤ ਨਹੀਂ ਮਗਰ ਉੱਥੇ ਬਹੁਤ ਮੁਨਾਸਿਬ ਹੈ। ਵਾਲੀ ਕੁੰਠੀ ਮਾਤ ਕੂਲ ਬਣ ਤਰਾ ਫੀ ਜਾ ਕੇ ਸਮਾਂ, ਕਹਿਣਗੇ ਅਸਮਾਨ ਨੂੰ ਹੱਥ ਉਠਾ ਅਤੇ ਜਿਹੜੀਆਂ ਦੁਆਵਾਂ ਪੜ੍ਹੇਗਾ ਉਹਨਾਂ 'ਚ ਵੀ ਦੁਆ ਪੜ੍ਹੀ। ਅੱਲਾਹੁਮ ਹਾਜ਼ਾ ਤਿਲਤੀਨ ਆਤੈਤਾ ਲਮ ਯੁਜ਼ਰਨੀ ਮਾ ਮਨਾਤਾ, ਕਿ ਅੱਲਾਹ ਇੱਕ ਕੰਮ ਮੇਰਾ ਐਸਾ ਹੈ ਜਿਹੜਾ ਮੈਂ ਤੇਰੇ ਕੋਲ ਮੰਗ ਰਿਹਾ, ਬਈ ਜੇ ਤੂੰ ਦੇ ਦੇਵੇਂ ਤਾਂ ਫਿਰ ਭਾਵੇਂ ਹੋਰ ਕੱਖ ਵੀ ਨਾ ਦੇਵੇਂ ਤਾਂ ਮੇਰਾ ਨੁਕਸਾਨ ਨਹੀਂ ਹੋਣਾ। ਇਹ ਮਿਲ ਜਾਏ ਨਾ ਤਾਂ ਬਾਕੀ ਕੋਈ ਸ਼ਾਇਦ ਵੀ ਮੈਨੂੰ ਤੂੰ ਨਾ ਦੇਵੇਂ ਮੇਰਾ ਹਰਜ ਕੋਈ ਨਹੀਂ ਹੋਣਾ। ਵੈ ਮਨਾ ਤਾ ਨਹੀਂ ਆ ਲਮ ਯਨ ਫਨੀ ਮਾ ਤਾਤਾ ਨਹੀਂ, ਅਤੇ ਜੇ ਨਾ ਦਿੱਤੀ ਸ਼ਾਇਦ ਤਾਂ ਫਿਰ ਹੋਰ ਜੋ ਮਰਜ਼ੀ ਦੇਵੇਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਣਾ। ਏਡੀ ਵੱਡੀ ਹਾਜਤ ਹੈ, ਅਸਾ ਲੁਕਾ ਖਲਾਸ ਰੱਖ ਵਜੀ ਮਨ ਨਾਰ, ਸਵਾਲ ਮੇਰਾ ਹੈ ਮੇਰੀ ਹੈ ਗਰਦਨ ਅੱਗ ਤੋਂ ਆਜ਼ਾਦ ਕਰ। ਦੋਜ਼ਖ ਤੋਂ ਬਚ ਗਿਆ ਨਾ ਮੈਂ ਯੂ ਕਾ ਅੱਲਾ ਪਾ ਗਿਆ, ਜਹਨਮ ਤੋਂ ਜਿਹੜਾ ਬਚ ਗਿਆ ਬੇੜਾ ਪਾਰ ਹੋ ਗਿਆ, ਫਸ ਗਿਆ ਕੀ ਰਿਹਾ ਫਿਰ। ਸਾਰੀ ਦੁਨੀਆ ਵੀ ਖੁਦਾ ਨੇ ਦਿੱਤੀ ਹੋਈ, ਬਾਦਸ਼ਾਹ ਹੋਇਆ ਕਾਰੂਨ ਹੋਇਆ ਉੱਥੇ ਸ਼ਿਕੰਜੇ 'ਚ ਆ ਗਿਆ ਔਰ ਜਹਨਮ ਚਲਾ ਗਿਆ, ਉਹ ਦੇਖ ਲੈ ਨਾਰ ਹੋ ਗਿਆ ਫਕਾ ਦਖ ਰਹਿਤਾ ਅਲ ਇੰਨਾ ਕਮਨ ਤੋਂ ਦੇਖ ਲੈ ਨਾਰ ਅਫਕਾ ਦਖ ਰਹਿਤਾ, ਜਿਹਨੂੰ ਅੱਗ 'ਚ ਪਾ ਦਿੱਤਾ ਹੋਰ ਉਹਦੇ ਪੱਲੇ ਕੀ ਰਿਹਾ। ਏਡੀ ਰਸਵਾਈ ਜ਼ਿਲਤ ਜਿਹ ਤੋਂ ਵੱਡੀ ਬੇਇੱਜ਼ਤੀ ਕੋਈ ਨਹੀਂ। ਤੋ ਇਮਾਮ ਫਰਮਾਇਆ ਇਹ ਜ਼ਰੂਰ ਮੰਗੀ ਵੀ ਆਹ ਸ਼ਾਇਦ ਜਿਹੜੀ ਇਹ ਦੇ ਦੇਣਾ ਤੂੰ ਅਤੇ ਹੋਰ ਭਾਵੇਂ ਕੁਛ ਵੀ ਨਾ ਦੇ ਗੁਜ਼ਾਰਾ ਹੋ ਜਾਣਾ, ਇਹ ਨਾ ਦਿੱਤੀ ਤਾਂ ਮੇਰਾ ਕੱਖ ਨਹੀਂ ਬਣਨਾ। ਮੇਰੀ ਤੇਰੇ ਅੱਗੇ ਦੁਆ ਆਈ ਹੈ ਕਿ ਅੱਲਾਹ ਮੈਨੂੰ ਉਸ ਵੇਲੇ ਜਹਨਮ ਤੋਂ ਮੇਰੀ ਗਰਦਨ ਆਜ਼ਾਦ ਕਰ। ਦੂਸਰਾ ਕਿੱਸਾ ਲਿਖਿਆ 123 ਸਫ਼ੇ, ਬਿਆਨ ਕਰਦੇ ਇਬਰਾਹੀਮ
ਮਨ ਹਾਸ਼ਮ ਰਹਿ ਤੋ ਅਬਦੁੱਲਾ ਬਿਨ ਜੁਨਦੁਬ ਬਿਲ ਮੌਕਿਫ ਫਲਾਂ ਮਰਾ ਮੌਕਿਫਨ ਕਾਨ ਆਸਨ ਮਿਨ ਮੌਕਿਫ ਹੀ। ਮੈਂ ਅਬਦੁੱਲਾ ਬਿਨ ਜੁਨਦੁਬ ਅਲ ਬਜਲੀ ਨੂੰ ਮੈਦਾਨ ਅਰਫਾਤ ਵੇਖਿਆ ਅਤੇ ਇਬਰਾਹੀਮ ਆਂਦਾ ਵੀ ਮੈਂ ਇੱਦਾਂ ਦਾ ਸੋਹਣਾ ਮੈਦਾਨ ਅਰਫਾਤ ਖੜ੍ਹਾ ਹੋਣਾ ਕਦੀ ਨਹੀਂ ਵੇਖਿਆ, ਬਥੇਰੇ ਹੱਜ ਕੀਤੇ ਅਤੇ ਲੋਕਾਂ ਨੂੰ ਵੇਖਿਆ, ਮਗਰ ਜਿਸ ਤਰ੍ਹਾਂ ਅਬਦੁੱਲਾ ਬਿਨ ਜੁਨਦੁਬ ਰਿਆ ਨਾ ਕਿ ਦੁਆਵਾਂ ਕਰਦਾ, ਇੱਦਾਂ ਦਾ ਸੋਹਣਾ ਮੈਦਾਨ ਅਰਫਾਤ ਠਹਿਰਨਾ ਮੇਰੇ ਸਾਹਮਣੇ ਨਹੀਂ ਆਇਆ। ਮਾ ਦਾਲਾ ਮਾ ਦਨ ਜਦੈਲ ਸਮਾ ਦਾ ਦਮੂ ਤਸੀਲ ਔਲਾ ਖੱਦੈ, ਹੱਥ ਉਹਨੇ ਫੈਲਾਏ ਰੱਖੇ ਅਸਮਾਨ ਨੂੰ, ਆਂਸੂ ਉਹਦੇ ਰੁਖਸਾਨਾਂ 'ਤੇ ਬਹਿੰਦੇ ਰਹੇ, ਹੱਥਾ ਤਬਲ ਜ਼ਮੀਨ 'ਤੇ ਡਿੱਗਦੇ ਰਹੇ, ਰੋਂਦਾ ਰਿਹਾ। ਫਿਲਮਨ ਸਰਫਨ ਨਾਸ ਕੁਲ ਚਲੋ ਯਾ ਬਾ ਮੁਹੰਮਦ ਮਾ ਰਹਿ ਤੂੰ ਮੌਕਫਨ ਖੱਤੋ ਆਸਨ ਮੌਕਫ। ਜਦੋਂ ਲੋਕ ਫਿਰ ਮੈਦਾਨ ਅਰਫਾਤ ਤੋਂ ਚੱਲ ਪਏ ਤਾਂ ਮੈਂ ਉਹਨੂੰ ਪੁੱਛਿਆ, ਅਬੂ ਮੁਹੰਮਦ ਅਬਦੁੱਲਾ ਯਾਰ ਤੇਰੇ ਮੈਦਾਨ ਅਰਫਾਤ ਕਿਆਮ ਵਰਗਾ ਮੈਂ ਕਿਆਮ ਨਹੀਂ ਵੇਖਿਆ, ਐਨਾ ਤੂੰ ਰੋਇਆ ਅਤੇ ਆਂਸੂ ਬਹਿੰਦੇ ਰਹੇ, ਜ਼ਮੀਨ 'ਤੇ ਡਿੱਗਦੇ ਰਹੇ। ਕਾਲਾ ਵੱਲਾ ਮਾ ਦਾਓ ਤੋਂ ਲਿਖਵਾਣੀ, ਉਹਨੇ ਆਖਿਆ ਇਬਰਾਹਿਮ ਗੱਲ ਸੁਣ ਲਾ, ਰੱਬ ਦੀ ਕਸਮੀ ਮੈਂ ਆਪਣੇ ਲਈ ਇੱਕ ਦੁਆ ਵੀ ਨਹੀਂ ਕੀ, ਇੰਨਾ ਰੋਇਆ ਅਤੇ ਇੰਨੇ ਆਂਸੂ ਬਹਿਆ, ਆਪਣੇ ਲਈ ਇੱਕ ਦੁਆ ਨਹੀਂ ਮੰਗੀ, ਸਿਰਫ ਆਪਣੇ ਮੋਮਿਨ ਭਰਾ ਜਿਹੜੇ ਨਾ ਦੁਨੀਆਂ 'ਚ ਮੁਸਲਮਾਨ ਉਹਨਾਂ ਲਈ ਦੁਆਵਾਂ ਕਰਦਾ ਰਿਹਾ। ਵਜ਼ਾਲ ਕੰਨਾ ਅਬਲ ਹਸਨ ਮੂਸਾ ਬਿਨ ਜਾਫਰ ਅਲੈਹਿਮ ਅਸਲਾਮ ਅਖਬਰਾਨੀ, ਬੜੀ ਵੱਡੀ ਗੱਲ ਹੈ, ਉਹਦੇ ਸਹੀ ਮੁਸਲਮ ਅਸੀਂ ਆਪਣੇ ਉੱਲੂ ਸਿੱਧੇ ਕਰਨ ਭੱਜਦੇ, ਇਹ ਨਹੀਂ ਸਮਝਦੇ ਅਤੇ ਆਪਣੇ ਨਾਲੋਂ ਦੂਜੇ ਦੇ ਕਰਨ ਦੁਆ ਕਰਨ 'ਚ ਜ਼ਮਾਨਤ ਹੈ, ਆਪਣੇ ਦੀ ਕੋਈ ਜ਼ਮਾਨਤ ਨਹੀਂ ਮੰਨੀ ਜਾਣੀ ਕਿ ਨਹੀਂ। ਉਹ ਕਹਿਣਗਾ ਇਹ ਮੈਂ ਇਸ ਤੋਂ ਕੀਤਾ, ਆਪਣੇ ਲਈ ਕੋਈ ਨਹੀਂ ਮੰਗੀ, ਮੋਮਿਨੀਨ ਮੋਮਿਨਾਤ ਲਈ ਕੀਤੀ, ਕਿਉਂਕਿ ਹਜ਼ਰਤ ਅਬੂ ਹਸਨ ਇਮਾਮ ਮੂਸਾ ਬਿਨ ਜਾਫਰ ਅਲੈਹਿਮ ਅਸਲਾਮ ਨੇ ਮੈਨੂੰ ਇਹ ਦੱਸਿਆ, ਅਨਉ ਮਨ ਦਾ ਲਖੀਏ ਬਜ਼ਾਹਰ ਅਲ ਗੈਰ, ਜਦੋਂ ਕੋਈ ਬੰਦਾ ਕਿਸੇ ਦੂਸਰੇ ਭਰਾ ਲਈ ਜਿਹੜਾ ਕੋਲ ਨਹੀਂ, ਕੋਲ ਆ ਤੁਸੀਂ ਆਖਿਆ ਮੌਲੀ ਸਾਹਿਬ ਦੁਆ ਕਰ ਦਿਓ, ਕਰ ਹੋਰ ਵਾਜੀ ਗੱਲ, ਇੱਕ ਆਦਮੀ ਹਾਜ਼ਰ ਨਹੀਂ, ਤੁਹਾਨੂੰ ਉਹਦੇ ਬਾਰੇ ਦੁੱਖ ਹੈ ਕਿ ਮੇਰੇ ਭਰਾ ਨੂੰ ਆ ਪਰੇਸ਼ਾਨੀ ਹੈ, ਉਹ ਐਸਾ ਰਾਹ 'ਚ ਫਸਿਆ, ਤੁਸੀਂ ਦੁਆਵਾਂ ਕਰ ਦੇ। ਨੂਰ ਦੇ ਮਿਲਾਰਸ਼ ਅੱਲਾਹ ਤਾਲਾ ਦੀ ਤਰਫੋਂ ਆਵਾਜ਼ ਦਿੱਤੀ ਜਾਂਦੀ ਜਦੋਂ ਉਹ ਦੁਆ ਕਰਦਾ ਭਰਾ ਲਈ ਉਹਦੀ ਗੈਰ ਮੌਜੂਦੀ, ਵਲਾ ਕਾਮਯਾਬ ਤਲ ਫਿਜ਼ੇ ਮਿਸਰ, ਕਿ ਜਿਹੜੀ ਤੂੰ ਦੁਆ ਉਹਦੇ ਲਈ ਕੀਤੀ ਹੈ ਨਾ, ਇਹ ਤੋਂ ਇੱਕ ਲੱਖ ਗੁਣਾ ਜ਼ਿਆਦਾ ਤੇਰੀਆਂ ਹਾਜਤਾਂ ਮੈਂ ਪੂਰੀਆਂ ਕਰਦੀ। ਫਕਰੇ ਤੁਹਾਨੂੰ ਦਾ ਮਿਆ ਤਲਫ ਜ਼ੇਫ ਮਜ਼ਮੂਨਾ ਲਿਵਾਹਿਦ ਲਾਦਰੀ ਜੁਸਤ ਜਾ ਅਮਲਾ, ਮੈਂ ਫਿਰ ਇਹਨੂੰ ਪਸੰਦ ਨਹੀਂ ਕੀਤਾ ਵੀ ਮੈਂ ਇੱਕ ਆਪਣੀ ਗੱਲ ਪੂਰੀ ਕਰਾਉਣ ਲਈ ਜਿਹਦੇ ਬਾਰੇ 'ਚ ਕੋਈ ਮੈਨੂੰ ਪਤਾ ਨਹੀਂ ਵੀ ਅੱਲਾਹ ਨੇ ਮੰਨਣੀ ਗਿਣੀ, ਮੈਂ ਉਹ ਲੱਖ ਜਿਹਦੀ ਜ਼ਮਾਨਤ ਦਿੱਤੀ ਆ ਉਹਨੂੰ ਰੱਦ ਕਰ ਦਿਆਂ। ਇਹ ਸਹੀ ਮੁਸਲਮ ਦੀ ਵੀ ਹਦੀਸ ਹੈ ਕਿ ਮੁਸਲਮਾਨ ਭਰਾ ਜਿਹੜੇ ਮਗਰ ਇੱਕ ਰੂਹ ਹੋਈ ਜਿਹਦੇ ਦਿਲ ਜਿਹੜੇ ਇਸਲਾਮ ਦਾ ਦਰਦ ਹੋਊ, ਜਿਹੜਾ ਐਸਾ ਖੁਦਗਰਦ ਲਾਲਚੀ ਹੈ। ਕਈ ਲੋਕਾਂ ਦੇ ਬਾਰੇ 'ਚ ਪੜਿਆ, ਬੜਾ ਅੱਛਾ ਫਿਕਰਾ ਨੇਕ ਲੋਕਾਂ ਨੇ ਕਿਹਾ, ਅੱਲਾਹ ਤਾਲਾ ਇਹਨੂੰ ਜੰਨਤ ਦੇ, ਉਹਨਾਂ ਆਖਿਆ ਕਿ ਰੋਟੀ ਦਾ ਟੁਕੜਾ ਤਾਂ ਦਿੰਦਾ ਨਹੀਂ ਤੂੰ, ਉਹ ਗਰੀਬ ਹੈ ਵਿਚਾਰਾ, 5 ਰੁਪਈਏ ਨਹੀਂ ਦਿੰਦਾ ਪਿਆ ਜਾ ਕੇ ਹਾਂਡੀ ਪਕਾ ਲੈ, ਕਿ ਜੰਨਤ ਦਵਾਉਣ ਡਿਆਂ, ਐਡੀ ਵੱਡੀ ਗੱਲ ਦਵਾਉਣ ਡਿਆਂ, ਆ ਪੈਸੇ ਨਹੀਂ ਚਾਰ ਦਿੰਦਾ। ਇੱਦਾਂ ਦੇ ਮੁਸਲਮਾਨ ਜਿਹੜੇ ਨੇ ਇਹ ਕੋਈ ਰੱਬ ਦੇ ਕੰਮ ਦੇ ਨਹੀਂ। ਕੀ ਹਾਲ ਹੋਇਆ ਲੋਕਾਂ ਦਾ, ਕਿੰਨੇ ਗਰੀਬ ਔਰ ਕਿੰਨੀਆਂ ਬੱਚੀਆਂ, ਕਿੰਨੇ ਬਿਮਾਰ ਆ, ਦੇਣਾ ਲੈਣਾ ਕੁਛ ਨਹੀਂ, ਅੱਲਾ ਹੀ ਜਿਹੜਾ ਕਰਨਾ ਕਰਦਾ ਫਿਰੇ, ਇਹ ਨਹੀਂ ਕਰੇ। ਅੱਲਾ ਤਾਲਾ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਉਹਦੇ ਬੰਦਿਆਂ ਦੀ ਖਬਰ ਲੈਣ ਔਰ ਉਹਨਾਂ ਵਾਸਤੇ ਅੱਛੇ ਕੰਮ ਕਰਨ। ਤੋ ਇਹ ਮੈਦਾਨ ਅਰਫਾਤ ਦਾ ਦਿਨ ਹੈ, ਆਪਣੀ ਪਹਿਚਾਣ ਦਾ ਦਿਨ, ਹਕੀਕਤ ਬੰਦੇ 'ਤੇ ਖੁੱਲ੍ਹ ਜਾਂਦੀ ਹੈ ਵੀ ਮੈਂ ਬੜਾ ਬਣਿਆ ਫਿਰਦਾ ਸੀ, ਕੁਛ ਨਹੀਂ, ਕਿਵੇਂ ਮਸਕੀਨ ਰਾਜ ਬਣ ਕੇ ਖੜਾ, ਝੋਲੀ ਫੈਲਾਈ ਹੈ। ਮਾਰਫਤ ਦਾ ਦਿਨ, ਕਿ ਖੁਦ ਇਨਸਾਨ ਨੂੰ ਆਪਣੀ ਪਹਿਚਾਣ ਹੋ ਜਾਏ ਵੀ ਤੂੰ ਜੋ ਕੁਛ ਵੀ ਦੁਨੀਆਂ 'ਚ ਦਾਅਵੇ ਕਰਨਾ ਬੜਾ ਬਣਨਾ ਕੁਛ ਨਹੀਂ, ਤੈਨੂੰ ਪਹਿਚਾਨਣਾ ਚਾਹੀਦਾ ਕਿ ਤੂੰ ਅੱਲਾਹ ਤਾਲਾ ਦਾ ਇੱਕ ਆਜਦਰ ਮੁਹਤਾਜ ਬੰਦਾ, ਇਹੋ ਹੀ ਬਣ ਕੇ ਰਹਿ। ਪਾਇਆ ਨੂੰ ਮਨ ਪਾਇਆ ਜਾ ਤੁਸ ਮੁੜ ਮੁੜ ਪਵੇਂ ਕੁਰਾਹੀ, ਅੱਲਾਹ ਬਾਰ ਬਾਰ ਸਮਝਾਇਆ, ਕਿਤਾਬਾਂ ਉਤਰੀਆਂ ਫਿਰ ਪੁੱਠੇ ਰਾਹ ਪੈ ਜਾਂਦਾ ਵੀ ਨਹੀਂ ਮੈਂ ਹੀ ਮੈਂ। ਪਾਇਆ ਨੂੰ ਮਨ ਪਾਇਆ ਜਾ ਤੁਸ ਮੁੜ ਮੁੜ ਪਵੇਂ ਕੁਰਾਹੀ,
ਅੱਲਾਹ ਤਾਲਾ ਜੋ ਦੀਨ ਦੱਸਦਾ ਹਰ ਪਾਇਆ ਅਨ ਪਾਇਆ ਤੇਰਾ ਦੇਖ ਪਾਵੇਂ ਨਾ, ਅੱਲਾਹ ਨਹੀਂ ਲੱਭਾ ਤਾਂ ਕੀ ਲੱਭਾ, ਸਾਰੀ ਦੁਨੀਆ ਹਾਸਲ ਕਰ ਲਾ, ਮਰਦਿਆਂ ਹੀ ਸਾਹਮਣਾ ਹੋ ਜਾਣਾ ਵੀ ਕੁਛ ਵੀ ਨਹੀਂ ਤੇਰਾ। ਤੋ ਮੈਦਾਨ ਅਰਫਾਤ ਗੁਜ਼ਰ ਗਿਆ, ਯੌਮ ਤਰਵੀਆ ਗੁਜ਼ਰ ਗਿਆ, ਅੱਗੇ ਯੌਮ ਸਮਝੋ ਅਰਫਾ ਗੁਜ਼ਰ ਗਿਆ, ਹੁਣ ਅਰਫੇ ਤੋਂ ਵਾਪਸ ਮੈਂ ਅਰਫਾਤ 'ਚੋਂ ਲੌਟੇ ਮੁਜ਼ਦਲਫਾ ਆ ਗਏ। ਮੀਨਾ ਦੇ ਅਰਫਾਤ ਦੇ ਦਰਮਿਆਨ ਜਗ੍ਹਾ ਬਣਾ ਦਿੱਤੀ, ਇੱਕ ਨਾਂ ਉਹਦਾ ਜਮੁਨ, ਇੱਕ ਨਾਂ ਮੁਜ਼ਦਲਫਾ, ਜਮੁਨ ਇਕੱਠੇ ਜਮਾ। ਅੱਲਾਹ ਤਾਲਾ ਦਾ ਤੂੰ ਉੱਥੇ ਮੁਆਫੀਆਂ ਮੰਗੀਆਂ, ਤੌਬਾ ਕੀਤੀ, ਰੋਇਆ ਫਿਰਲਾਇਆ, ਜੇ ਤੂੰ ਸੱਚੇ ਦਿਨੋਂ ਕੀਤਾ ਨਾ ਤਾਂ ਮੈਂ ਹੁਣ ਤੈਨੂੰ ਆਪਣੇ ਨਾਲ ਜਮ੍ਹਾਂ ਕਰ। ਮੁਜ਼ਦਲਫੇ ਦਾ ਮਾਨਾ ਵੀ ਕਰੀਬ ਹੋਣਾ ਕਿ ਤੇਰਾ ਮੇਰਾ ਫਾਸਲਾ ਗਿਆ ਮੁੱਕ, ਅੱਗੇ ਤੂੰ ਮੇਰੇ ਤੋਂ ਬਹੁਤ ਦੂਰ ਦਫਾ ਹੋ ਗਿਆ ਸੀ ਆਪਣੇ ਗੁਨਾਹ ਪਾਰੋਂ, ਹੁਣ ਤੂੰ ਮੇਰੇ ਆ ਗਿਆ ਕਰੀਬ, ਅਤੇ ਮੇਰਾ ਤੇਰਾ ਹੋ ਗਿਆ ਇਜਮਾ, ਅਸੀਂ ਦੋਵੇਂ ਹੋ ਗਏ ਇਕੱਠੇ, ਗਾਂ ਹੁਣ ਇਸੇ ਤਰ੍ਹਾਂ ਹੀ ਰਹਿਣਾ ਹੀ, ਮੇਰੇ ਨਾਲ ਹੀ ਨਿਭਾਉਣੀ, ਹੁਣ ਪੁੱਠੇ ਕੰਮ ਨਾ ਕਰੀ। ਇਹ ਰਾਤ ਹੁਣ ਮੁਜ਼ਦਲਫਾ ਦੀ ਰਾਤ ਹੋਣੀ, ਸਾਡੀ ਉਹ ਈਦ ਦੀ ਰਾਤ ਹੁੰਦੀ, ਇਹ ਰਾਤ ਜਿਹੜੀ ਇਹਦੀ ਵੀ ਨੇਕ ਲੋਕਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉੱਥੇ ਲੋਕਾਂ ਨੇ ਦਿਨ ਰਾਤ ਗੁਜ਼ਾਰੀ, ਸਾਰਾ ਇਹਦਾ ਵੀ ਵਾਕਿਆ ਰਿਹਾ। ਕੱਲ੍ਹ ਫਿਰ ਯਾਬੀ ਕੁੰਤ ਮੁਜ਼ਦਲਫਾ, ਉਹੀ ਲੈਲ ਇਮਾਮ ਫਿਰ ਯਾਬੀ ਆਉਂਦੇ ਕਿ ਮੁਜ਼ਦਲਫਾ ਜਦੋਂ ਆ ਕੇ ਠਹਿਰੇ ਤਾਂ ਰਾਤ ਮੈਂ ਜਾਗਦਾ ਹੀ ਸੀ, ਫੈਜ਼ ਅਮਰਾਦਨ ਸਲੀ ਵਾਲਾ ਸਭਾ, ਅਤੇ ਮੈਂ ਉੱਥੇ ਦੇਖਿਆ ਵੀ ਇੱਕ ਬੁੱਢਾ ਔਰ ਇੱਕ ਬੁੱਢੀ, ਦੋਵੇਂ ਉਹ ਵੀ ਹੱਜ 'ਤੇ ਆਏ, ਉਮਰ ਗੁਜ਼ਰ ਗਈ ਵਿਚਾਰਿਆਂ ਦੀ, ਪਤਾ ਨਹੀਂ ਕਿਸ ਤਰ੍ਹਾਂ ਸਬਰ ਕਰਕੇ ਪਹੁੰਚੇ। ਉਹ ਬੁੱਢੀ ਜਿਹੜੀ ਸੀ ਸੁਬਹ ਤੱਕ ਉਹ ਨਫਲ ਪੜ੍ਹਦੀ ਰਹੀ, ਮਾਹ ਸ਼ੇਖ ਔਰ ਬਾਬਾ ਵੀ ਬੈਠਾ ਰਿਹਾ ਫਸਮੇ ਤੋਂ ਹੀ ਕੂਲ, ਅਤੇ ਬਾਬੇ ਨੂੰ ਮੈਂ ਸੁਣਿਆ ਵੀ ਉਹਨੇ ਅੱਲਾਹ ਅੱਗੇ ਦੁਆ ਕੀਤੀ, ਅੱਲਾਹ ਮੈਨਾ ਕਦੇ ਨਾ ਕਮਿਨ ਹੈ ਸੁਤਾਲ, ਐ ਅੱਲਾਹ ਤੂੰ ਅੱਛੀ ਤਰ੍ਹਾਂ ਜਾਣਨਾ ਤਾਂ ਅਸੀਂ ਕਿੱਥੋਂ ਆਏ, ਕਿੱਥੇ ਵਸਦਾ ਸਾਡਾ, ਉਮਰ ਕਿਹੜੀ ਹੈ, ਤੂੰ ਜਾਣਨਾ ਅਸੀਂ ਕਿਸ ਜਗ੍ਹਾ ਤੋਂ ਤੇਰੇ ਦਰਵਾਜ਼ੇ ਤੱਕ ਪਹੁੰਚੇ, ਵਾ ਹਜਜ ਨਾ ਕਮਾ ਮਰਤਾ ਨਾ, ਔਰ ਜਿਸ ਤਰ੍ਹਾਂ ਤੂੰ ਆਖਿਆ ਅਸੀਂ ਉਹ ਹੱਜ ਦੇ ਸਾਰੇ ਕੰਮ ਕੀਤੇ, ਮੀਨਾ ਗਏ, ਅਰਫਾਤ ਗਏ, ਮੁਜ਼ਦਲਫੇ, ਵਕਫ ਨਾ ਕਮਾ ਦਲਲਤਾ ਨਾ, ਜਿਵੇਂ ਤੂੰ ਆਪਣੇ ਨਬੀ ਦੇ ਜ਼ਰੀਏ ਦੱਸਿਆ ਸੀ ਉੱਥੇ ਉੱਥੇ ਠਹਿਰੇ ਵੀ ਹੈ, ਵਕਾਦ ਰਾਇਆ ਨਾ ਹਲਤ ਦੁਨੀਆ ਦਾ ਸ਼ਾਬਲ ਮਮਲੂਕ ਸੀ ਖਿਦਮਤ ਤਦਮੀ। ਬੜਾ ਅੱਛਾ ਹਵਾਲਾ ਬਾਬੇ ਨੇ ਦਿੱਤਾ, ਉਸ ਆਖਿਆ ਸੀ ਦੁਨੀਆ ਦੇ ਸਰਦਾਰਾਂ ਨੂੰ ਵੇਖਿਆ, ਬਾਦਸ਼ਾਹ ਜਾਂ ਨਵਾਬ ਜਿਹੜੇ ਹੁੰਦੇ ਆ, ਜਦੋਂ ਉਹਨਾਂ ਦੀ ਖਿਦਮਤ ਕਰਦੇ ਕਰਦੇ ਉਹਨਾਂ ਦੇ ਨੌਕਰ ਗੁਲਾਮ ਬੁੱਢੇ ਹੋ ਜਾਂਦੇ ਆ, ਉਹ ਇਹਨੂੰ ਫਿਰ ਐਬ ਸਮਝਦੇ ਕਿ ਹੁਣ ਇਹਨੂੰ ਵੇਚਦਾ, ਉਹ ਵੇਚਦੇ ਨਹੀਂ ਫਿਰ ਵੀ ਹੁਣ ਇਹਨੂੰ ਕੀ ਵੇਚਣਾ, ਸਾਰੀ ਉਮਰ ਇਸ ਖਿਦਮਤ ਕੀਤੀ ਹੁਣ ਵੇਚ ਜਾਈਏ, ਹਾਲਾਂਕਿ ਵੇਚਣਾ ਜਾਇਜ਼। ਵਕਤ ਸ਼ਿਬਨਾ ਸੀ ਖਿਦਮਤ ਕਾ ਫਾਤਨਾ, ਮੈਂ ਔਰ ਮੇਰੀ ਬੀਵੀ ਤੇਰੀ ਖਿਦਮਤ ਕਰਕੇ ਇਸ ਉਮਰ ਨੂੰ ਪਹੁੰਚਿਆ, ਬੁੱਢੇ ਹੋ ਚੁੱਕੇ, ਤੂੰ ਵੀ ਸਾਨੂੰ ਆਜ਼ਾਦ ਕਰ ਦੇ, ਉਸ ਤਰ੍ਹਾਂ ਨਾ ਕਰ ਜਿਵੇਂ ਦੁਨੀਆ ਦੇ ਸਰਦਾਰ ਨਹੀਂ ਕਰਦੇ, ਤੂੰ ਉਸ ਤਰ੍ਹਾਂ ਕਿਉਂ ਕਰਨਾ ਕਿ ਸਾਨੂੰ ਹੁਣ ਧੱਕਾ ਦੇ ਦੇ, ਨਹੀਂ ਮੈਂ ਨਹੀਂ ਹੁਣ ਤੁਹਾਨੂੰ ਰੱਖਣਾ, ਸਾਨੂੰ ਆਪਣੇ ਕੋਲ ਹੀ ਰੱਖ ਅਤੇ ਆਜ਼ਾਦ ਕਰ ਦੇ। ਉੱਥੇ ਫਿਰ ਥੱਲੇ ਇਮਾਮ ਵਰਮਾ ਦੇ ਵਾਲੇ ਬਾਅਦ ਆਦਲ ਮਾਨ ਕਿ ਇੱਕ ਸ਼ਾਇਰ ਨੇ ਵੀ ਯਾਰੇ ਉਹ ਗੱਲ ਇਸ ਤਰ੍ਹਾਂ ਬਿਆਨ ਕੀਤੀ ਹੈ, ਇੰਨਲ ਕਿਰਾਮ ਐਜ਼ਾ ਸ਼ਾਬ ਤਬੀ ਦੋਮੂ ਫੀ ਰਿਕੇ ਮਤਕੂ ਮਿਤਕਾ ਬਰਾਰੀ, ਕਿ ਸ਼ਰੀਫ ਲੋਕ ਮਜ਼ਦ ਲੋਕ ਜਦੋਂ ਉਹਨਾਂ ਦੇ ਗੁਲਾਮ ਬੁੱਢੇ ਹੋ ਜਾਂਦੇ ਆ ਉਹਨਾਂ ਦੀ ਗੁਲਾਮੀ, ਅਤੇ ਫਿਰ ਉਹਨੂੰ ਨੇਕ ਆਦਮੀਆਂ ਦੀ ਤਰ੍ਹਾਂ ਆਜ਼ਾਦ ਕਰ ਦਿੰਦੇ, ਬਜਾ ਹੁਣ ਤੁਹਾਨੂੰ ਛੱਡਿਆ, ਤੁਹਾਡੇ ਕੋਲ ਕੰਮ ਵੀ ਕੋਈ ਨਹੀਂ, ਲੈਣਾ ਅਤੇ ਵੇਚਣਾ ਵੀ ਕੋਈ ਨਹੀਂ, ਵਾਨ ਤਾਕਰਮਨ ਤਾਦਵਕਾ ਮਕਰਮਾ ਤੁਨ ਤੈ ਅੱਲਾ, ਤੂੰ ਤਾਂ ਸਾਰੇ ਕਰੀਮਾਂ 'ਚੋਂ ਸਾਰੇ ਸਖੀਆਂ 'ਚੋਂ ਵੱਡਾ ਕਰੀਮ ਔਰ ਸਖੀ ਹੈ, ਹੋ ਹੀ ਨਹੀਂ ਸਕਦਾ ਵੀ ਤੇਰੇ ਸ਼ਰੀਫ ਬੰਦੇ 'ਚ ਇੱਦਾਂ ਕਰਨ ਅਤੇ ਤੂੰ ਐਡਾ ਕਰੀਮ ਹੋ ਕੇ ਨਾ ਇਹ ਨੇਕੀ ਕਰੇਂ। ਕਦ ਸ਼ਿਬ ਤੋਂ ਫਿਰ ਕੇ ਫਾ ਚਕਣੀ ਮੈਨੂੰ ਨਾਰੀ, ਮੈਂ ਵੀ ਤੇਰੀ ਗੁਲਾਮੀ ਬੁੜਾ ਹੋ ਚੁੱਕਾ, ਮੈਨੂੰ ਹੁਣ ਬੁੜਾ ਇਸ ਬੁਢਾਪੇ 'ਚ ਆਜ਼ਾਦ ਕਰ ਦੇ, ਮੇਰੀ ਗਰਦਨ ਮੁਆਫੀ ਦੇ ਦੇ। ਹੈਂ ਔਰ ਬੁਢਾਪਾ ਐਸੀ ਸ਼ਾਇਆ ਵੀ ਜਦੋਂ ਇੱਕ ਨੌਜਵਾਨ ਨੇ ਦੂਜੇ ਨੂੰ ਆਖਿਆ ਬਾਬੇ ਨੂੰ, ਬਾਬਾ ਬੁਢਾਪਾ ਕੀ ਹੈ,
ਉਹਨੇ ਆਖਿਆ ਪੁੱਤਰ ਜਦੋਂ ਇਸ ਉਮਰ ਨੂੰ ਪਹੁੰਚੇਗਾ ਤੈਨੂੰ ਪਤਾ ਲੱਗੂਗਾ ਕਿ ਬੁਢਾਪੇ ਦਾ ਕੀ ਮਾਣਾ। ਹੁਣ ਤੈਨੂੰ ਕੀ ਸਮਝਾਇਆ, ਤੂੰ ਫਿੱਟਾ ਨੱਠਾ ਤੱਪਦਾ ਫਿਰਦਾ। ਜਦੋਂ ਇਹ ਵਕਤ ਆਇਆ ਹਰ ਸ਼ਾਇਦ ਪਿਛਾ ਨੂੰ ਮੁੜ ਗਈ, ਹੈਂ ਲੱਤਾਂ ਜਵਾ ਪੇ ਗਈਆਂ, ਅੱਖਾਂ ਦੇ ਗਈਆਂ, ਦਿਲ ਕੰਬ ਗਿਆ, ਉਦੋਂ ਤੈਨੂੰ ਪਤਾ ਲੱਗੂ ਨਾ। ਕੁਰਾਨ ਪਾਕ ਕਹਿੰਦਾ ਨਕਸਮ ਫਿਲ ਖਲਕ, ਅਸੀਂ ਮੋੜ ਕੇ ਉਸੇ ਹਾਲਤ 'ਚ ਲੈ ਜਾਂਦੇ ਹਾਂ ਜਿੱਥੋਂ ਤੁਰਿਆ, ਜਿਵੇਂ ਨਿੱਕਾ ਹੁੰਦਾ ਸੀ ਬੱਚਾ, ਉਦਾਂ ਹੀ ਚੂਚਾ ਬਣ ਜਾਂਦਾ, ਫਿਰ ਲੋਕ ਚੁੱਕੇ ਉਠਾਉਂਦੇ, ਉੱਠਣ ਤੋਂ ਗਾਲੀ ਰਹਿੰਦਾ। ਤਾਂ ਫਰਮਾਇਆ ਬੁਢਾਪੇ 'ਚ ਅਸੀਂ ਆ ਗਏ ਅੱਲਾ, ਹੁਣ ਤੂੰ ਸਾਨੂੰ ਆਜ਼ਾਦ ਕਰਦੀ, ਧੱਕਾ ਨਾ ਦੇਈ, ਆਪਣੇ ਗੁਲਾਮਾਂ 'ਚ ਰੱਖ ਕੇ ਨਾ ਮਾਫ਼ੀ ਦੇ ਦੇ। ਇਹ ਚੰਦ ਵਾਕਿਆ ਤੁਹਾਡੇ ਸਾਹਮਣੇ ਪੜ੍ਹੇ, ਤਾਂ ਕਿ ਦਿਨ ਜਿਹੜੇ ਯੌਮ ਤਰਵੀਆ, ਯੌਮ ਅਰਫਾ, ਔਰ ਯੌਮ ਅਰਫਾ ਸਾਡੇ ਹੀ ਹੁਕਮ ਹੋ ਗਿਆ ਭਾਈ ਤੁਸੀਂ ਜੇ ਮੱਕਾ ਨਹੀਂ ਜਾ ਸਕੇ ਤਾਂ ਤੁਸੀਂ ਇੱਥੇ ਹੀ ਰੋਜ਼ਾ ਰੱਖੋ। ਇਹ ਰੋਜ਼ਾ ਇੱਕ ਦਿਨ ਦਾ ਜਿਹੜਾ ਇਹਦੇ ਨਾਲ, ਇੱਕ ਸਾਲ ਪਿਛਲਾ, ਇੱਕ ਸਾਲ ਜਿਹੜਾ ਅਜੇ ਆਇਆ ਵੀ ਨਹੀਂ, ਇਹਦੇ ਅੰਦਰ ਤੁਹਾਡੇ ਕੋਲ ਜਿਹੜੇ ਛੋਟੇ ਮੋਟੇ ਗਲਤ ਕੰਮ ਹੋਣਗੇ ਅੱਲਾਹ ਤਾਲਾ ਮਾਫ਼ ਕਰ ਦੂਗਾ, ਬਖਸ਼ ਦੂਗਾ। ਇਸ ਪਰੋਂ ਇਹ ਰੋਜ਼ੇ ਦੀ ਫਿਕਰ ਕਰੋ, ਸੋਮਵਾਰ ਦਾ ਰੋਜ਼ਾ ਰੱਖੋ, ਘਰਦਿਆਂ ਨੂੰ ਵੀ ਤਰਗੀਬ ਦਿਓ, ਬੜੀ ਫਜ਼ੀਲਤ ਵਾਲੀ ਬਾਤ ਹੈ। ਇੱਕ ਦਿਨ 'ਤੇ ਸਿਰਫ ਅਮਲ ਦਾ ਅੱਲਾਹ ਤਾਲਾ ਇਨਾਮ ਦੇਵੇ ਕਿ ਇੱਕ ਸਾਲ ਪਿਛਲਾ ਔਰ ਇੱਕ ਸਾਲ ਆਉਣ ਵਾਲਾ ਜਿਹੜਾ ਹੈ ਇਹਦੇ ਗੁਨਾਹ ਔਰ ਗਲਤੀਆਂ ਬਖਸ਼ ਦੇ, ਬੜੀ ਰੱਬ ਦੀ ਕਰਮ ਨਵਾਜ਼ੀ। ਹਾਂ, ਹਮ ਪਾਕਿਸਤਾਨ ਕੇ ਐਤਵਾਰ ਕੇ ਦਿਨ 8 ਦਿਨ ਦਾ ਇੱਕ ਅਰਫਾ ਕੇ ਰੋਜ਼ਾ ਰੱਖੇਂਗੇ, ਬਿਆਨ ਫਰਮਾ ਦੇ। ਨਹੀਂ, ਐਤਵਾਰ ਦੇ ਦਿਨ ਕੋਈ ਨਹੀਂ ਰੱਖਣਾ, ਅਸੀਂ ਉਹਨਾਂ ਦੀ 8 ਦਿਨ ਰਾਜ ਨੂੰ ਕੀ ਕਰਨਾ, ਜਿਹੜਾ ਸਾਡਾ 9ਵਾਂ ਦਿਨ ਹੋਊਗਾ ਨਾ ਅਸੀਂ ਉਸ ਦਿਨ ਰੱਖਾਂ, ਬਾਕੀ ਇਸ ਤਰ੍ਹਾਂ ਦੇ 9 ਦੇ 9 ਦਿਨ ਹੀ ਕੋਈ ਰੱਖੇ ਬਿਸਮਿਲ੍ਲਾ, ਨੇਕੀ ਨੇਕੀ। ਇਸ ਤੋਂ 7ਵੀਂ 8ਵੀਂ ਅੱਜ ਵੀ ਕੋਈ ਸਵੇਰੇ ਰੱਖ ਲਓ, ਕੋਈ ਮਨਾ ਨਹੀਂ, ਮਗਰ ਅੜਫੇ ਦਾ ਰੋਜ਼ਾ ਜਿਹੜਾ ਉਹ 9 ਤਾਰੀਖ ਸਾਡੀ ਜਿਹੜੀ ਸੋਮਵਾਰ ਦਾ ਦਿਨ। ਤੋ 3 ਦਿਨ 'ਤੇ ਹੈ, ਯੌਮ ਤਰਵੀਆ, ਯੌਮ ਅਰਫਾ, ਅੱਗੇ ਯੌਮ ਨਹਰ ਆ ਕੁਰਬਾਨੀ ਦਾ ਦਿਨ। ਉਸ ਦਿਨ ਸੁਨਤ ਇਹੀ ਹੈ ਵੀ ਸਾਰੇ ਲੋਕ ਨਹਾ ਧੋ ਕਿਸ ਵਕਤ ਨਿਕਲਣ, ਜਾ ਕੇ ਈਦ ਦੀ ਨਮਾਜ਼ ਪੜ੍ਹਨ, ਈਦ ਦੀ ਨਮਾਜ਼ ਤੋਂ ਫਾਰਗ ਹੋ ਕੇ ਆਪਣੀ ਆ ਕੇ ਕੁਰਬਾਨੀਆਂ ਕਰਨ, ਉਹਨਾਂ ਕੁਰਬਾਨੀਆਂ 'ਚੋਂ ਜਿਨ੍ਹਾਂ ਨੂੰ ਰੱਬ ਨੇ ਤੌਫੀਕ ਦੀ ਗੋਸ਼ਤ ਖਾਣ ਬਜਾਏ ਦੇ ਹੋਰ ਖਾਣੇ ਪਕਵਾਨ ਦਰਦੇ ਪੁਲਾਓ ਤਾਂ ਪਹਿਲਾਂ ਹੀ ਚੱਟਣਾ ਸ਼ੁਰੂ ਕਰ ਦੇਣ, ਇਹ ਸਮਝੋ ਕੁਰਬਾਨੀ ਦੀ ਤੌਹੀਨ। ਹਰਾਮ ਕੋਈ ਨਹੀਂ, ਨਾਜਾਇਜ਼ ਨਹੀਂ। ਅਗਰ ਕੋਈ ਬਿਮਾਰ ਹੈ, ਚਾਹ ਪੀਣ ਦਾ ਆਦੀ ਹੈ, ਕੋਈ ਬੁੱਢਾ ਪਾਣੀ ਪੀਣਾ ਚਾਹੁੰਦਾ ਜਾਂ ਦੂਸਰੇ ਨੂੰ ਵੀ ਕੋਈ ਹੈ ਐਸੀ ਤਲਬ, ਤਾਂ ਹਰਾਮ ਕੋਈ ਨਹੀਂ। ਕਈ ਨੇਕ ਲੋਕ ਖਾ ਕੇ ਜਾਂਦੇ, ਕਈ ਕਹਿੰਦੇ ਰੋਜ਼ਾ ਰੋਜ਼ਾ ਨਹੀਂ ਕਹਿਣਾ ਚਾਹੀਦਾ, ਇਹ ਵੀ ਝੂਠ ਹੈ। ਰੋਜ਼ਾ ਦੇਣਾ ਦੇਣਾ ਸ਼ੈਤਾਨ ਹੀ ਰੱਖ ਸਕਦਾ, ਦੋ ਇੱਦਾਂ ਮੁਸਲਮਾਨ ਰੋਜ਼ਾ ਕਾਹਦਾ ਰੱਖਣਾ। ਇਹ ਹੈ ਵੀ ਬਿਹਤਰ ਹੈ ਅਗਰ ਕੋਈ ਹੌਸਲਾ ਕਰ ਸਕੇ ਤਾਂ ਵਾਪਸ ਆ ਕੇ ਆਪਣੀ ਕੁਰਬਾਨੀ 'ਚੋਂ ਖਾਵੇ। ਨਬੀ ਅਲੈਹਿ ਸਲਾਮ ਫਿਰ ਉਹਦੀ ਕਿਹੜੇ ਜੀ ਪਕਵਾ ਲੈਂਦੀ ਸੀ, ਜਲਦੀ ਨਾ ਪੱਕ ਜਾਂਦੀ। ਤਾਂ ਆਪਣੀ ਕੁਰਬਾਨੀ 'ਚੋਂ ਖਾਣਾ ਇਹਤਰਾਮ ਹੈ ਕੁਰਬਾਨੀ ਦਾ। ਕਹਿ ਲਾ ਅੱਜ ਦੇ ਦਿਨ ਸਾਡੀ ਨਜ਼ਰਾਂ 'ਚ ਕਿਸੇ ਸ਼ਾਇਦ ਦੀ ਉਹ ਕਦਰ ਨਹੀਂ ਜਿਹੜੇ ਤੇਰੇ ਨਾਂ ਦੀ ਕੁਰਬਾਨੀ ਹੈ। ਗੋਸ਼ਤ ਅੱਗੇ ਅਸੀਂ ਥੋੜ੍ਹਾ ਚੱਟਦੇ ਹਾਂ ਰੋਜ਼, ਮਗਰ ਉਹ ਸਿਰ ਮੁਬਾਹ, ਉਹ ਸਾਨੂੰ ਛੁੱਟੀ ਮਿਲੀ ਹੈ, ਉਹਦਾ ਸਵਾਬ ਕੱਖ ਨਹੀਂ। ਇਹ ਅੱਜ ਸਵਾਬ ਹੈ, ਅੱਜ ਇਹ ਮੁਤਬਰਕ ਖਾਣਾ ਹੈ, ਇਹ ਤਬਰੁਕ ਆ। ਇਸ ਤੋਂ ਅੱਜ ਦੇ ਦਿਨ ਅਸੀਂ ਇਸ ਤੋਂ ਸਵਾ ਕਿਸੇ ਸ਼ਾਇਦ ਨੂੰ ਮੂੰਹ ਨਹੀਂ ਲਾਉਣਾ। ਸ਼ਾਬਾਸ਼ ਜਿਹੜਾ ਕਰੇ, ਬਹੁਤ ਆਲਾ ਬਹੁਤ ਆਲਾ। ਅਤੇ ਪਹਿਲਾਂ ਈਦ ਦੀ ਨਮਾਜ਼ ਪੜ੍ਹੋ, ਔਰ ਈਦ ਦੀ ਨਮਾਜ਼ ਨੂੰ ਪੜ੍ਹਨ ਜਾਂਦਿਆਂ ਸੁਨਤ ਰਸਤੇ ਜਾਂਦਿਆਂ ਇਹੋ ਤਕਬੀਰਾਂ ਕਹਿੰਦੇ ਜਾਓ, ਅੱਲਾਹ ਅਕਬਰ ਅੱਲਾਹ ਅਕਬਰ। ਉਸ ਮੈਦਾਨ 'ਚ ਵੀ ਕਹੋ, ਨਮਾਜ਼ ਈਦ ਤੋਂ ਬਾਅਦ ਵੀ ਸਲਾਮ ਫਿਰੇ ਕਹੋ। ਇਹ ਤਕਬੀਰਾਂ ਇਹਨਾਂ ਦਿਨਾਂ ਦਾ ਖਾਸ ਜ਼ਿਕਰ ਹੈ, ਸਭ ਤੋਂ ਬੜਾ ਅਮਲ ਹੈ ਇਹ ਯੌਮ ਨਹਰ। ਔਰ ਬਾਅਦ 3 ਦਿਨ ਜਿਹੜੇ ਫਿਰ ਯੌਮ ਤਸ਼ਰੀਕ, 3 ਦਿਨ ਜਿਹੜੇ ਉਹਦਾ ਮੁਸ਼ਤਰਕਾ ਨਾਂ ਹੀ ਹੈ, ਵੱਖਰੇ ਵੀ ਹੈ, ਮਗਰ ਅਸਲੀ ਨਾਂ ਜਿਹੜਾ ਸਾਂਝਾ ਉਹ ਯੌਮ ਤਸ਼ਰੀਕ। ਤਸ਼ਰੀਕ ਤੁਸੀਂ ਪੜ੍ਹੇ ਲਿਖੇ ਰਹੋ, ਸ਼ਰਕ 'ਚੋਂ ਨਿਕਲਿਆ, ਸ਼ੀਨ ਰੇਖਾ ਮਸ਼ਰਕ ਸ਼ਰਕ। ਇਹਨਾਂ ਦਿਨਾਂ 'ਚ ਫਿਰ ਗੋਸ਼ ਜਿਹੜਾ ਸੀ ਉਹਨੂੰ ਕੱਟ ਕੁੱਟ ਕੇ ਧੁੱਪੇ ਪਾ ਦਿੰਦੇ ਸੀ, ਫਰਿੱਜਾਂ ਫਰੁੱਜਾਂ 'ਚ ਕੋਈ ਨਹੀਂ ਸੀ, ਧੁੱਪੇ ਪਾ ਕੇ ਉਹਦਾ ਪਾਣੀ ਸੁਕਾ ਦੇਣਾ, ਇਹਨੂੰ ਤਸ਼ਰੀਕ ਕਿਹਾ ਜਾਂਦਾ ਅਰਬੀ ਵਿੱਚ। ਟੁੱਪ 'ਚ ਪਾ ਕੇ ਉਹਦਾ ਜਿਹੜੀ ਹੈ ਨਾ ਤਰੀ, ਉਹਨੂੰ ਖੁਸ਼ਕ ਖਰਾਬ ਨਹੀਂ ਹੁੰਦਾ। ਇਹ ਤਸ਼ਰੀਕ ਦੇ ਦਿਨ ਖਵਾਉਂਦੇ ਸੀ, ਪਕਾਉਂਦੇ ਰਹਿਣਾ, ਖਾਂਦੇ ਰਹਿਣਾ। ਔਰ ਇਹ ਯੌਮ ਨਹਰ ਤੋਂ ਅਗਲਾ ਦਿਨ ਫਿਰ ਯੌਮ ਕੁਰ, 11 ਤਾਰੀਖ ਜਿਹੜੀ ਯੌਮ ਕੁਰ ਰਖਵਾਉਂਦੀ, ਕਿਉਂਕਿ ਉਹਨਾਂ ਦਿਨਾਂ 'ਚ ਹਾਜੀ ਮਿਨਾਜ ਠਹਿਰੇ ਨੇ ਕਰਾਰ। ਔਰ 12 ਤਾਰੀਖ ਫਿਰ ਯੌਮ ਰੂਸ ਖਵਾਉਂਦੀ ਹੈ, ਰਾਸ ਦੀ ਜਮ੍ਹਾਂ ਰੂਸ ਹੈ ਸਿਰ,
ਕਿ ਫਿਰ ਸਿਰੀਆਂ ਜਿਹੜੀਆਂ ਸੀ ਬਾਕੀ ਗੋਸ਼ਤ ਮੁੱਕ ਜਾਣਾ, ਫਿਰ ਸਿਰੀਆਂ ਦੀ ਵਾਰੀ ਆ ਜਾਣੀ। ਸਿਰੀਆਂ ਪਕਾ ਕੇ ਖਾਂਦੇ ਸੀ ਯਮਰ ਉਸ ਵਿੱਚ। ਤੁਹਾਨੂੰ ਇਲਮ ਦੀ ਖਾਤਰ ਦੱਸ ਰਿਹਾ, ਕੋਈ ਇਸਲਾਮ ਦਾ ਪਤਾ ਵੀ ਹੋਣਾ ਚਾਹੀਦਾ ਨਾ ਕਿ ਦੀਨ ਜਿਹਨਾਂ ਚੀਜ਼ਾਂ ਦੇ ਕੀ ਨਾਂ। ਯਮ ਤਰਵੀਆ 8, ਯਮ ਅਰਫਾ 9, ਯਮ ਨਾਰ 10, ਔਰ ਯਮ ਕੁਰ 11, ਅਤੇ ਯਮ ਰੋਇਸ 12, ਅਤੇ ਫਿਰ ਯਮ ਨਫਰ ਵੀ 12 ਨੂੰ ਅਗਰ ਨਿਕਲਾਵੇ ਕੋਈ ਮਨਾਚ ਉਹ ਹੱਕ ਬਿਲਕੁਲ ਅੱਲਾ ਤਾਲਾ ਛੁੱਟੀ ਜਾਂਦਾ। ਅਤੇ 12 ਨੂੰ ਕਿੰਕਰੀਆਂ ਮਾਰ ਕੇ ਚਲਾ ਦਿਆ, ਫਮਨ ਤਾਜਾ ਲਫੀ ਯੋਮੈਨ ਫੜਾ ਇਸਮਾਲ ਹੈ, ਕੋਈ ਜਲਦੀ ਕਰਕੇ ਚਲਾ ਦੇ, ਉਹਨੂੰ ਵੀ ਕੋਈ ਗੁਨਾਹ ਨਹੀਂ। ਫਿਰ ਇਹਨੂੰ ਯੋਮ ਨਫਰ ਲਵ ਲਾਉਂਦੇ ਕਿ ਪਹਿਲਾਂ ਹੀ ਕੂਚ ਕਰ ਜਾਣ ਦਾ ਦਿਨ। ਔਰ ਜੇ ਇੱਥੇ ਠਹਿਰੇ ਜਿਵੇਂ ਅੱਲਾ ਦੇ ਰਸੂਲ ਅਲੈਹਿ ਸਲਾਮ ਠਹਿਰੇ ਸੀ, ਮਗਰ ਕਾਲੇ ਪੈ ਜਾਂਦੇ ਹਾਜੀ, ਸ਼ਾਇਦ ਹੀ ਕੋਈ 15-20 ਠਹਿਰੇ ਹੋਣ, ਨਹੀਂ ਤਾਂ ਭੱਜ ਜਾਂਦੇ ਮੱਕੇ ਨੂੰ। ਹੱਕ ਕੇ ਜੇ 13 ਤੱਕ ਰਹੋ, ਕੰਕਰੀਆਂ ਮਾਰੋ, ਫਿਰ ਜਾਓ ਅੱਲਾ ਦੇ ਰਸੂਲ ਅਲੈਹਿ ਸਲਾਮ ਔਰ ਸਾਹਬਾ 13 ਤੱਕ ਠਹਿਰੇ, ਫਿਰ ਚਲੋਗੇ ਤਾਂ ਫਿਰ ਯੋਮ ਨਫਰ ਸਾਨੀ ਦੂਸਰੇ ਦਿਨ ਇੱਥੋਂ ਕੂਚ ਕਰਨ ਦਾ ਦਿਨ। ਇਹ ਸਮਝੋ ਹੱਜ ਦੇ ਦਿਨ ਆ ਜਿਹਦੇ 'ਚ ਇਬਾਦਤਾਂ ਮੁਕਰਰ ਹੋਈਆਂ, ਔਰ ਜਿਹੜੇ ਨਾ ਜਾ ਸਕੇ ਉਹਨਾਂ ਨੂੰ ਇੱਥੇ ਹੀ ਹਦਾਇਤ ਹੋਈ ਵੀ ਕੁਛ ਨਾ ਕੁਛ ਤਾਂ ਆਪਣੇ ਅੰਦਰ ਉਹੋ ਹੀ ਤਕਬੀਰਾਂ, ਉਸੇ ਤਰ੍ਹਾਂ ਜਾਨਵਰਾਂ ਦਾ ਤਬਾਹ ਕਰਨਾ, ਉਸੇ ਤਰ੍ਹਾਂ ਸਰ ਜਿਹੜੇ ਮਨਾਉਣੇ ਛੱਡ ਦੇਣੇ। ਇਹ ਸਮਝੋ ਤਸ਼ੱਬੋ ਬਿਲ ਹੁਜਾਜ ਕਿ ਹਾਜੀਆਂ ਦੀ ਕੁਛ ਨਾ ਕੁਛ ਨਕਲ 'ਤੇ ਉਤਾਰੋ, ਤੁਹਾਡੇ ਅੰਦਰ ਉਹ ਰੂਹ ਦੌੜਨੀ ਤਾਂ ਚਾਹੀਦੀ, ਕਰੰਟ ਦੌੜੇ ਚੜ੍ਹਦਿਓ ਲੈਂਦੇ ਤੱਕ ਮੁਸਲਮਾਨਾਂ 'ਚ ਕਿ ਅੱਲਾਹ ਤਾਲਾ ਦੇ ਘਰ ਜਿਹੜੇ ਚਲੇ ਗਏ, ਬਿਸਮਿਲ੍ਲਾ ਉਹ ਹੈ ਹੀ, ਅਸੀਂ ਵੀ ਉਹਨਾਂ ਨਾਲ ਮੁਹੱਬਤ ਰੱਖਦੇ ਹਾਂ, ਉਹੋ ਹੀ ਚੀਜ਼ ਪਸੰਦ ਕਰਦੇ ਹਾਂ। ਅੱਲਾਹ ਸਾਨੂੰ ਵੀ ਤੌਫੀਕ ਦੇ, ਦੁਆ ਹੈ ਵੀ ਜਿਹੜੇ ਗਏ ਅੱਲਾਹ ਉਹਨਾਂ ਦਾ ਕਬੂਲ ਫਰਮਾਏ, ਜਿਹਨਾਂ ਦਾ ਸ਼ੌਕ ਹੈ ਅੱਲਾਹ ਤਾਲਾ ਉਹਨੂੰ ਇਹ ਮੌਕਾ ਨਸੀਬ ਕਰੇ। ਹੱਜ ਤੋਂ ਬੜ ਕੇ ਕੋਈ ਬਾਤ ਨਹੀਂ, ਹਜ਼ਰਤ ਅਬੂ ਜ਼ਰ ਗਫਾਰੀ ਦੇ ਦਿਨ ਵੇਖਿਆ ਕਿ ਲੋਕ ਆਏ, ਉਹਨਾਂ ਆਖਿਆ ਕਿੱਥੋਂ ਆਏ ਜੇ, ਕਹਿਣ ਲੱਗੇ ਅਸੀਂ ਮੱਕਾ ਮੌਜ਼ਮਾ ਤੋਂ ਆਏ। ਕਹਿਣ ਲੱਗੇ ਕੋਈ ਤਜਾਰਤ ਲਈ ਗਏ ਸੀ, ਕੋਈ ਮਿਲਣ ਕੇ, ਇਹਨੂੰ ਆਖਿਆ ਨਹੀਂ ਮੇਰੇ ਨਾਲ ਬੈਤ ਰਤੀਕ ਬੈਤੁੱਲਾ ਸ਼ਰੀਫ ਹੀ ਗਿਆ ਸੀ। ਕਹਿਣ ਲੱਗੇ ਜੋ ਇਹ ਗੱਲ ਠੀਕ ਹੈ ਨਾ ਤੁਹਾਡੀ, ਅਤੇ ਸੁਣ ਲਓ ਫਿਰ ਇਸਤਾਨ ਫਲਾਮਲ ਗਾਂ, ਹੁਣ ਕੰਮ ਜਿਹੜੇ ਨਾ ਨਵੇਂ ਸਿਰੇ ਤੋਂ ਚੰਗੇ ਕਰਿਓ, ਫਕਤ ਤੁਸੀਂ ਤੁਮੂ ਤੁਸੀਂ ਪਿਛਲੇ ਵੱਲੋਂ ਤਾਂ ਤੁਹਾਡਾ ਖਾਤਾ ਪਾਕ ਹੋ ਚੁੱਕਾ, ਮਗਰ ਇਹ ਖਾਤਾ ਉਹਨਾਂ ਦਾ ਪਾਕ ਨਹੀਂ ਹੁੰਦਾ ਜਿਹੜਾ ਸਾਰੀ ਦੁਨੀਆ ਲੁੱਟ ਕੇ ਭੱਜ ਜਾਏ। ਕਿਉਂਕਿ ਤੌਬਾ ਦੇ ਵਿੱਚ ਹੀ ਆਉਂਦੀ ਗੱਲ ਕਿ ਬੰਦਾ ਜਿਹਨਾਂ ਦਾ ਮਾਰਿਆ ਉਹਨੂੰ ਦੇਵੇ ਜਾਂ ਉਹਨਾਂ ਕੋਲ ਮਾਫੀ ਲਏ, ਇਹ ਤੌਬਾ ਦਾ ਹਿੱਸਾ। ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਖਾ ਪੀ ਕੇ ਨਿਹਰਾ ਤੌਬਾ ਤੌਬਾ, ਇੱਕ ਕੰਮ ਹੈ ਜਿਹੜੇ ਸਿਰਫ ਅਸੀਂ ਰੱਬ ਦੇ ਖਰਾਬ ਕੀਤੇ, ਨਮਾਜ਼ਾਂ ਨਹੀਂ ਪੜੀਆਂ, ਉਹ ਅੱਲਾ, ਉਹ ਅੱਲਾ ਦਾ ਮਾਮਲਾ, ਅੱਲਾ ਮਾਫ਼ ਕਰੇ। ਬੰਦਿਆਂ ਦਾ ਖਾਣਾ ਪੀਣਾ, ਇਹਨਾਂ ਨਾਲ ਧੋਖਾ ਕਰਨਾ, ਇਹਨਾਂ ਦਾ ਨੁਕਸਾਨ ਕਰਨਾ, ਇਹ ਅੱਲਾ ਤਾਲਾ ਕੋਈ ਨਹੀਂ ਛੱਡਦਾ, ਭਾਵੇਂ ਕੋਈ ਮੱਕੇ ਜਾਏ ਅਤੇ ਭਾਵੇਂ ਮਦੀਨੇ ਜਾਏ, ਦੇਣਾ ਪੈਣਾ। ਜਾਂ ਉਹਨੂੰ ਦਿਓ ਜਾਂ ਉਹਨਾਂ ਤੋਂ ਮਾਫ਼ੀ ਲਓ, ਔਰ ਮਾਫ਼ੀ ਫਿਰ ਜਦੋਂ ਕੋਈ ਬੰਦਾ ਮੰਗਣ 'ਤੇ ਆ ਜਾਏ ਤਾਂ ਲੋਕ ਵੀ ਤਰਸ ਖਾ ਰਹੇ। ਹਜ਼ਰਤ ਫਜ਼ਾਇਲ ਇਬਨ ਇਯਾਦ ਕਿਤਨਾ ਬਦਨਾਮ ਆਦਮੀ, ਹੁਣ ਉਹ ਬਹੁਤ ਵੱਡਾ ਆਲਮ ਹੈ, ਸੂਫੀ ਹੈ, ਵਲੀ ਹੈ, ਹਦੀਸ ਦਾ ਰਾਵੀ ਹੈ, ਡਾਕੂ ਸੀ, ਜੱਥੇ ਬਣਾਏ ਸੀ, ਜਿਹੜਾ ਕੋਈ ਕਾਫਲਾ ਲੰਘਣਾ ਲੁੱਟ ਲੈਣਾ, ਲੋਕ ਜਿਹੜੇ ਸੀ ਆਪੇ ਹੀ ਜੱਗਾ ਟੈਕਸ ਦੇਣ ਲੱਗ ਪਏ ਵੀ ਯਾਰ ਉਹਨੂੰ ਜਾ ਕੇ ਆਖੋ ਲੈ ਲਾ ਆਪਣਾ ਹਿੱਸਾ, ਜਾਨ ਛੁਡਾਉਂਦੇ ਸੀ, ਗੈਂਗ ਬਣਾਇਆ। ਇੱਕ ਦਿਨ ਉਹਨਾਂ ਨੇ ਵੇਖਿਆ ਵੀ ਇੱਕ ਹਾਫਜ਼ ਕੁਰਾਨ ਜਿਹੜਾ ਉਹ ਸਵਾਰੀ 'ਤੇ ਸਵਾਰ ਸੀ, ਕਾਫਲਾ ਜਾ ਰਿਹਾ ਸੀ ਬਗਦਾਦ ਨੂੰ, ਉਹਨਾਂ ਨੇ ਹਾਫਜ਼ ਨੇ ਮਿਹਨਤ ਕੀਤੀ ਵੀ ਤੁਸੀਂ ਜਾ ਰਹੇ ਜੇ ਸਮਾਨ ਲੈ ਕੇ, ਮੈਂ ਇਹਦੇ ਕੋਲ ਖਰਚ ਕੋਈ ਨਹੀਂ, ਸਵਾਰੀ ਕੋਈ ਨਹੀਂ, ਜੇ ਤੁਸੀਂ ਆਪਣੇ ਊਂਟ 'ਤੇ ਬਿਠਾ ਲਓ। ਉਹਨਾਂ ਤਾਜਰਾਂ ਨੇ ਬਿਠਾ ਲਿਆ, ਉਹ ਕੁਰਾਨ ਮਜੀਦ ਪੜ੍ਹਨ ਲੱਗ ਪਿਆ। ਉਧਰੋਂ ਫਜ਼ਾਇਲ ਔਰ ਉਹਦੇ ਸਾਥੀ ਵੀ ਆਪਣਾ ਆਸਰਾ ਲੈ ਕੇ ਖੜ੍ਹੇ ਸੀ, ਜਦੋਂ ਉੱਥੇ ਕਾਫਲਾ ਪਹੁੰਚਾ ਉਸ ਵੇ ਹਾਫਜ਼ ਕੁਰਾਨ ਸੂਰਾ ਹਦੀਦ ਪੜ੍ਹ ਰਿਹਾ ਸੀ, ਔਰ ਬਿਲਕੁਲ ਐਨ ਉਸ ਮੌਕਾ 'ਤੇ ਜਦੋਂ ਉੱਥੇ ਕਾਫਲਾ ਉਹਨਾਂ ਦੇ ਕੋਲ ਗਿਆ, ਉਸ ਵੇ ਪੁਰਾਣੇ ਪਾਕ ਦੀ ਆਇਤ ਉਹਦੀ ਜ਼ਬਾਨ 'ਤੇ ਸੀ, ਅਲਮ ਯਾਰ ਲਜ਼ੀਨ ਆਮਨੂ ਅਨ ਤਖਸ਼ਾ ਕੁਲੂਬਹੁਮ ਲਿਜ਼ਕਰਿਲਲਾਹ। ਅਜੇ ਵਕਤ ਨਹੀਂ ਆਇਆ ਕਿ ਤੁਸੀਂ ਅੱਲਾਹ ਦਾ ਕਲਾਮ ਸੁਣ ਕੇ ਡਰ ਜਾਓ ਅਤੇ ਤੌਬਾ ਕਰੋ। ਇਹ ਅੱਲਾਹ ਨੇ ਆਵਾਜ਼ ਦੇ ਕੇ ਪੁੱਛਿਆ ਕਿ ਕਿਆ ਵੀ ਵਕਤ ਨਹੀਂ ਆਇਆ? ਉਸ ਵੇ ਹਜ਼ਰਤ ਫਜ਼ਾਇਲ ਨੇ ਚੀਖ ਮਾਰੀ, ਹਥਿਆਰ ਸਿਰ ਦੇ ਸੀਨਾ ਅੱਜ ਦਿਲ ਫੜ ਕੇ ਬਹਿ ਗਿਆ, ਉਹਨੇ ਰੋ ਕੇ ਆਖਿਆ ਕਿ ਹਾਫਜ਼ ਕੁਰਾਨ ਦਾ ਵਕਤ ਆ ਗਿਆ।
ਅਤੇ ਨਾਲ ਦਿਆਂ ਨੂੰ ਆਖਿਆ ਤੌਬਾ ਕਰਨੀ ਤਾਂ ਕਰੋ, ਨਹੀਂ ਕਰਨੀ ਤਾਂ ਭਾਈ ਜੋ ਮਰਜ਼ੀ ਕਰਦੇ ਫਿਰੋ। ਮੈਨੂੰ ਤਾਂ ਕੁਰਾਨ ਨੇ ਲਲਕਾਰ ਕੇ ਆਖਿਆ ਵੀ ਕਦੋਂ ਵਕਤ ਆਉਣਾ ਜਦੋਂ ਤੁਸੀਂ ਕੁਰਾਨ ਸੁਣ ਕੇ ਤੌਬਾ ਕਰੋ, ਮੇਰੀ ਤੌਬਾ। ਉਹਨਾਂ ਨੇ ਆਖਿਆ ਜਦੋਂ ਤੂੰ ਛੱਡ ਗਿਆ ਤਾਂ ਅਸੀਂ ਵੀ ਛੱਡ, ਮਗਰ ਲੁੱਟਿਆ ਬੜਿਆਂ ਬੜਿਆਂ ਨੂੰ, ਮਾੜਿਆਂ ਨਹੀਂ ਸੀ ਲੁੱਟਿਆ, ਅਮੀਰਾਂ ਨੂੰ, ਤਾਜਰਾਂ ਨੂੰ। ਹੁਣ ਤੌਬਾ ਸੱਚੀ। ਹਜ਼ਰਤ ਫਜ਼ੈਲ ਫਿਰ ਉਹਨਾਂ ਸ਼ਹਿਰਾਂ 'ਚ ਗਿਆ, ਉਹਨਾਂ ਦੇ ਦਰਵਾਜ਼ਿਆਂ 'ਤੇ ਜਾ ਕੇ ਦਸਤਕ ਦਿੱਤੀ। ਉਹਨਾਂ 'ਚ ਜਦੋਂ ਵੇਖਿਆ ਫਜ਼ੈਲ, ਉਸ ਆਖਿਆ ਭਾਈ ਕਸੂਰਵਾਰ ਆ, ਇਹ ਪੈਸੇ ਦੇ, ਇਹ ਆਪਣੇ ਲੈ ਲਓ, ਬਾਕੀ ਲਈ ਅਗਰ ਤੁਸੀਂ ਮਾਫ਼ ਕਰ ਸਕਦੇ ਕਰੋ, ਵਰਨਾ ਮੋਹਲਤ ਦਿਓ, ਮੈਂ ਕਮਾ ਕੇ ਤੁਹਾਨੂੰ ਦੇ ਕੇ ਜਾਨ ਛੁਡਾਊਂਗਾ, ਮੈਂ ਸੱਚੀ ਤੌਬਾ ਕਰ ਦੂੰ। ਲੋਕ ਆਪ ਜਿਹੜੇ ਸੁਣਾ ਕੇ, ਕੋਈ ਗੱਲ ਨਹੀਂ ਫਜ਼ੈਲ ਯਾਰ, ਜਦੋਂ ਤੂੰ ਤੌਬਾ ਕਰ ਗਿਆ ਪੈਸਿਆਂ ਨੂੰ ਗੋਲੀ ਮਾਰਨੀ। ਫਿਰ ਹਜ਼ਰਤ ਫਜ਼ੈਲ ਰਜ਼ੀ ਅੱਲਾਹ ਤਾਲਾ ਨੇ ਹਰਮ ਸ਼ਰੀਫ ਦਾ ਸਫ਼ਰ 2 ਸਾਲ 'ਚ ਕੀਤਾ। ਬਗਦਾਦ 'ਚੋਂ ਚੱਲੇ, 2 ਸਾਲ 'ਚ ਪਹੁੰਚੇ, ਬਸ ਇੱਕ ਕਦਮ ਉਠਾ ਲੈਂਦੇ ਸੀ, 2 ਰਕਤ ਨਮਾਜ਼, ਅਗਲਾ ਪੈਰ ਪੁੱਟਿਆ, 2 ਰਕਤ, ਇਸੇ ਤਰ੍ਹਾਂ ਹੀ। ਔਰ ਬਾਕੀ ਸਾਰੀ ਜ਼ਿੰਦਗੀ ਹਰਮ ਸ਼ਰੀਫ 'ਚ ਗੁਜ਼ਾਰ ਦਿੱਤੀ, ਤੌਬਾ ਸੱਚੀ ਕੀਤੀ। ਹੈਂ, ਅਤੇ ਨੌਬਤ ਇੱਥੇ ਤੱਕ ਪਹੁੰਚੀ ਵੀ ਉਸ ਵਕਤ ਦਾ ਹਾਕਮ ਹਾਰੂਨ ਰਸ਼ੀਦ, ਜਿਹੜਾ ਇਹ ਕਹਿੰਦਾ ਸੀ ਬੱਦਲ ਦਾ ਟੁਕੜਾ ਆਉਣਾ, ਇਹ ਜ਼ਮਾਨਾ ਹੁਣ ਖਾਬ ਹੋ ਗਿਆ, ਕਦੀ ਮੁਸਲਮਾਨ, ਹੁਣ ਅਮਰੀਕਾ ਦਾ ਯਰਕ ਰਿਹਾ, ਅਮਰੀਕਾ ਯਰਕ ਦੇ ਸਰ ਤੋਂ ਹਾਰੂਨ ਦੱਸਿਆ ਆਉਣਾ ਬੱਦਲ। ਉਹਨੇ ਆਖਣਾ ਤੂੰ ਦੁਨੀਆ ਦੇ ਜਿਸ ਖਿੱਤੇ 'ਚ ਮਰਜ਼ੀ ਜਾ ਕੇ ਬਰਸ, ਜਾਂ ਉਹ ਇਲਾਕਾ ਮੇਰਾ ਹੋਣਾ, ਜਾਂ ਉੱਥੋਂ ਮੈਨੂੰ ਖਰਾਜ ਆਉਣਾ, ਉੱਥੇ ਦੇ ਹਾਕਮ ਨੇ ਕਾਫਰਾਂ ਨੇ ਮੈਨੂੰ ਟੈਕਸ ਦੇਣਾ। ਮੁਸਲਮਾਨਾਂ ਦਾ ਇੰਨਾ ਰੋਬੋਦਾ ਮੱਕੇ ਗਿਆ, ਵਜ਼ੀਰ ਆਜ਼ਮ ਨਾਲ ਸੀ ਰਬੀ, ਉਹਨੂੰ ਕਹਿਣ ਲੱਗਾ ਰਬੀ ਕੋਈ ਆਲਮ ਹੀ ਨਜ਼ਰ ਆਉਂਦਾ ਹੀ, ਦੁਨੀਆ ਬੜੀ ਹੈ ਅਤੇ ਬੜੇ ਬੜੇ ਆਲਮ, ਕੋਈ ਕੰਮ ਦਾ ਬੰਦਾ ਟਕਰਾ। ਲੈ ਗਿਆ ਹਜ਼ਰਤ ਸੁਫਿਆਨ ਸੌਰੀ ਨੂੰ ਮਿਲਾਇਆ, ਹਜ਼ਰਤ ਸੁਫਿਆਨ ਬਿਨ ਉਯੈਨਾ ਨੂੰ ਥਾਮਿਆ ਦੀਨ ਦੇ, ਮਗਰ ਉਹ ਜਿਸੇ ਮਿਲ ਕੇ ਬਾਦਸ਼ਾਹ ਨਿਕਲਣ ਲੱਗਦਾ ਰਿਹਾ ਤਾਂ ਪਹਿਲਾਂ ਕੋਈ ਖਿਦਮਤ ਦਾ ਮੌਕਾ ਦਿਓ, ਕਿਸੇ ਨੇ ਕਰਜ਼ੇ ਦਾ ਦੱਸ ਦਿੱਤਾ, ਕਿਸੇ ਨੇ ਕੁਛ ਕਹਿਤਾ, ਉਹਨੇ ਵਜ਼ੀਰ ਆਜ਼ਮ ਨੂੰ ਆਖਿਆ ਦੇ ਦਿਓ ਥੈਲੀ, ਅਤੇ ਬਾਹਰ ਨਿਕਲ ਕੇ ਆਖਿਆ ਇਹ ਉਹ ਬੰਦਾ ਨਹੀਂ ਜਿਹੜਾ ਮੈਂ ਲੱਭਦਾ, ਨਹੀਂ ਨਹੀਂ ਉਹ। ਉਹਨੇ ਆਖਿਆ ਅੱਛਾ, ਮੁੜ ਕੇ ਹਜ਼ਰਤ ਫਜ਼ੈਲ ਦੇ ਦਰਵਾਜ਼ੇ 'ਤੇ ਚਲਾ ਗਿਆ, ਇਹ ਡਾਕੂ ਤੌਬਾ ਕਰ ਚੁੱਕਾ। ਤਹੱਜਦ ਦਾ ਵਕਤ ਆ, ਚਿਰਾਗ ਜਲ ਰਿਹਾ, ਦਰਵਾਜ਼ਾ ਬੰਦ ਆ, ਨਫਲ ਪੜ੍ਹਦੇ ਦਰਵਾਜ਼ਾ ਖਟਖਟਾਇਆ, ਉਹਨੇ ਆਖਿਆ ਮੈਂ ਰਬੀ ਹਾਂ ਵਜ਼ੀਰ ਆਜ਼ਮ, ਮੇਰੇ ਨਾਲ ਅਮੀਰ ਮੈਂ ਹਾਰੂਨ ਹੈ। ਉਹਨੇ ਦੀਵਾ ਦਿੱਤਾ ਬੁਝਾ ਅਤੇ ਕੁੰਡੀ ਦਿੱਤੀ ਖੋਲ, ਅਤੇ ਆਪ ਗੁੱਠੇ ਲੱਗ ਗਏ। ਇਹ ਹਨੇਰੇ 'ਚ ਉਹਨੂੰ ਹੱਥ ਮਾਰਦੇ ਮਾਰਦੇ ਉਹ ਬਾਦਸ਼ਾਹ ਦਾ ਹੀ ਹਾਰੂਨ ਦਾ ਹੀ ਹੱਥ ਲੱਗਾ, ਗੱਲ ਸਮਝਾਉਣੀ ਸੀ। ਜਿਸੇ ਹੱਥ ਲੱਗਾ ਤਾਂ ਉਹਨੇ ਆਖਿਆ ਤੂੰ ਲੁਕਿਆ ਫਿਰਦਾ ਸੀ ਫਜ਼ੈਲ, ਅਸਾਂ ਲੱਭ ਹੀ ਲਿਆ। ਉਹ ਕਹਿਣ ਲੱਗਾ ਅਮੀਰ ਮੰਮੀ ਹੱਥ 'ਤੇ ਬੜੇ ਨਰਮੋਂ ਰਾਹ ਦਿਖਿਆ, ਕਾਸ਼ ਇਹ ਜਹੰਨਮ ਤੋਂ ਬਚ ਜਾ, ਜੇ ਤੂੰ ਦੋਜ਼ਖ ਤੋਂ ਬਚ ਗਿਆ ਤਾਂ ਹੱਥ ਬੱਦ। ਔਰ ਤਲਾਕ ਡਿੱਗ ਗਿਆ, ਹੋਸ਼ ਆਈ, ਰੋਂਦਾ ਸੀ, ਕਹਿਣ ਲੱਗਾ ਕੁਛ ਹੋਰ ਨਸੀਹਤ ਕਰ। ਉਹਨੇ ਆਖਿਆ ਨਸੀਹਤ ਹੋਰ ਕੀ ਕਰਨੀ ਹੈ, ਜਿੱਥੇ ਤੂੰ ਬੈਠਾ ਇਸ ਜਗ੍ਹਾ 'ਤੇ ਫਿਰਾਉਣ ਔਰ ਨਮਰੂਦ ਵੀ ਬੈਠੇ ਅਤੇ ਦੁਨੀਆ 'ਚ ਵੀ ਲਾਹਨਤ ਖੱਟ ਕੇ ਗਿਆ ਅਤੇ ਅੱਗੇ ਵੀ ਦੋਜ਼ਖ ਹੈ, ਇੱਥੇ ਹੀ ਸੁਲੇਮਾਨ ਔਰ ਦਾਊਦ ਜੈਸੇ ਅਤੇ ਨੇਕ ਲੋਕ ਬੈਠੇ ਅਤੇ ਦੁਨੀਆ 'ਚ ਉਹਨਾਂ 'ਤੇ ਦਰੂਦ ਔਰ ਸਲਾਮ ਆ, ਅੱਗੇ ਵੀ ਜੰਨਤ ਆ। ਇਹ ਹੁਣ ਤੇਰਾ ਚਾਇਸ ਹੈ, ਤੇਰੀ ਮਰਜ਼ੀ ਆ, ਉਹਨਾਂ ਫਿਰਾਉਣਾ ਨਮਰੂਦਾਂ ਨਾਲ ਰਲਣਾ ਹੀ, ਇਸ ਹਕੂਮਤ ਪਰੋਂ ਕਹਿਣਾ। ਫਿਰ ਬੜਾ ਰੋਇਆ ਅਤੇ ਮੁੜ ਕੇ ਕਹਿਣ ਲੱਗਾ ਹਜ਼ਰਤ ਕੋਈ ਖਿਦਮਤ ਦਾ ਮੌਕਾ ਦਿਓ। ਉਹਨੇ ਆਖਿਆ ਖਿਦਮਤ ਇਹ ਹੀ ਬੜੀ ਹੈ, ਇਹ ਮੇਰੀ ਉਮਰ ਜਿਹੜੀ ਹਾਰੂਨ ਬਹੁਤ ਬਰਬਾਦ ਹੋ ਗਈ, ਮੈਂ ਸਾਰੀ ਜ਼ਿੰਦਗੀ ਜ਼ਾਇਆ ਕਰ ਬੈਠਾ, ਹੁਣ ਮੈਂ ਅੱਲਾਹ ਦੀ ਬਾਤ 'ਚ ਲੱਗਾ, ਮੇਰਾ ਵਾਸਤਾ ਤੇਰੇ ਅੱਗੇ ਇਹ ਬਿਨਾ ਮੁੜ ਕੇ ਮੈਨੂੰ ਬੁਲਾਈ ਅਤੇ ਨਾ ਮੈਨੂੰ ਮਿਲਣਾ ਹੀ, ਮੇਰੇ ਵਕਤ ਦਾ ਹਰ ਜਣਾ ਕਰੀ। ਬਹੁਤ ਤਰਲਾ ਕੀਤਾ ਖਿਦਮਤ, ਉਹਨੇ ਆਖਿਆ ਨਹੀਂ ਖਿਦਮਤ ਮੈਂ ਤੇਰੇ ਕੋਲ ਕੀ ਕਰਾਉਣੀ, ਜੇ ਦਰਵਾਜ਼ੇ 'ਤੇ ਬੈਠਾ ਮੇਰੀ ਜ਼ਰੂਰਤ ਪੂਰੀ ਕਰ ਰਿਹਾ, ਮੇਰੇ ਵਕਤ ਹਰ ਜਣਾ ਕਰੀ। ਬਾਹਰ ਨਿਕਲ ਕੇ ਉਹਨੇ ਆਖਿਆ ਰੱਬੀ ਇਹੋ ਜਿਹਾ ਬੰਦਾ ਹੀ ਮੈਨੂੰ ਚਾਹੀਦਾ ਸੀ, ਅਲਹਮਦੁਲਿਲਾ ਟੱਕਰ ਗਿਆ, ਮਗਰ ਇਹੋ ਜਿਹੇ ਕਿਹੜੀ ਰੋਜ਼ ਪੈਦਾ ਹੁੰਦੇ, ਇਹੋ ਜਿਹੇ ਮੁਸਤਗਨੀ ਔਰ ਬੇਨਿਆਜ਼ ਕਿ ਦੁਨੀਆ ਨੂੰ ਲੱਤ ਮਾਰੀ ਹੈ ਅਤੇ ਰੱਬ ਦਾ ਦੀਨ ਦੱਸਦੇ ਫਿਰਲੇ ਹੁੰਦੇ। ਤਾਂ ਅੱਲਾਹ ਤੌਫੀਕ ਦੇ ਹੱਜ ਨੂੰ ਜਾਣਾ ਅਤੇ ਬਾਕੀ ਅੱਲਾਹ ਦਾ ਛੱਡ ਦੂੰਗਾ, ਮਗਰ ਜੇ ਬੰਦਿਆਂ ਦਾ ਕੋਈ ਵਿਗਾੜਿਆ ਜੇ ਪਹਿਲਾਂ ਉਹਨਾਂ ਨੂੰ ਰਾਜ਼ੀ ਕਰ ਗਿਆ। ਔਰ ਇਹੋ ਗੱਲ ਹਜ਼ਰਤ ਮਸੀਹ ਅਲੈਹਿ ਸਲਾਮ ਨੇ ਕਹੀ, ਹੁਣ ਵੀ ਇੰਜੀਲ ਮੁਕੱਦਸ ਦਰਜ ਹੈ, ਉਸੇ ਮਸਜਿਦ ਅਕਸਾ ਸੀ। ਉਹਨਾਂ ਆਖਿਆ ਅਗਰ ਤੂੰ ਮਸਜਿਦ ਅਕਸਾ ਆਵੇਂ ਜ਼ਿਆਰਤ ਲਈ
ਰਹਿਣ ਕੁਰਬਾਨਗਾਹ ਤੇ ਜ਼ਬਾਹ ਕਰ ਲਈ ਜਾਨਵਰ ਲਟਾਇਆ ਹੋਵੇ ਜਿਤਨਾ ਸੀ ਮਿਨਾਜ, ਤੇ ਤੈਨੂੰ ਯਾਦ ਆ ਜਾ ਕਿ ਮੈਂ ਤੇ ਫਲਾਂ ਆਪਣੇ ਭਰਾ ਦਾ ਕਸੂਰ ਕੀਤਾ, ਤੇ ਜਾਨਵਰ ਛੱਡ ਦੇ ਤੇ ਵਤਨ ਨੂੰ ਮੁੜਦਾ, ਜਾ ਕੇ ਉਹਨੂੰ ਮਨਾ ਕੇ ਆ ਕਰਨਾ ਕੁਰਬਾਨੀਆਂ, ਹਜ ਕੋਈ ਨਹੀਂ ਅੱਲਾ ਨੇ ਕਬੂਲ ਕਰੇ। ਇੱਥੋਂ ਕੰਮ ਖਰਾਬ ਹੋ ਗਿਆ ਨਾ, ਵੀ ਚਲੇ ਜਾਓ ਲੁੱਟ ਲੁਟਾ ਕੇ ਤੇ ਬਸ ਸਭ ਕੁਝ ਬਰੀਏ ਸਾਹਿਬ ਹੈ। ਐਸੀ ਕੋਈ ਗੱਲ ਨਹੀਂ, ਮੇਰੇ ਉਸਤਾਦ ਸੀ ਅੱਲਾ ਉਹਨਾਂ ਤੇ ਰਹਿਮਤ ਹੀ ਕਰੇ, ਪ੍ਰੋਫੈਸਰ ਮਨਜ਼ੂਰ ਹੁਸੈਨ ਸ਼ੋਹਰ, ਉਹਨਾਂ ਨੇ ਯਾਰੇ ਮੁਸਲਮਾਨਾਂ ਇਹ ਗੱਲ ਬਣਾਈ ਹੈ, ਖੂਨ ਹੈ ਬਣੀ ਆਦਮ ਸੇ ਤੂੰ ਖੇਲ ਗਿਆ ਹੋਲੀ, ਬਸਤੀ ਮੈਂ ਗਲਾ ਕਾਟਾ ਮਸਜਿਦ ਮੈਂ ਛੁਰੀ ਲੋਰੀ। ਇਹ ਮੌੜੀਆਂ ਦੱਸਦਾ ਵੇ ਉੱਥੇ ਵੱਢ ਕੇ ਆ ਕੇ ਵੁਜ਼ੂ ਕਰ ਲਓ ਗੁਨਾਹ ਚੜ ਗਿਆ। ਇਹ ਦੱਸਣਾ ਹੀ ਨਹੀਂ ਵੀ ਉਹ ਤਦ ਝੜਨੇ ਜੇ ਉਹਨੂੰ ਮਨਾ ਕੇ ਆਵੇਂਗਾ ਜਿਹਦਾ ਕਸੂਰ ਕੀਤਾ, ਉਹਦਾ ਵੀ ਕੁਛ ਬਣਾ, ਵਰਨਾ ਅੱਲਾ ਨੇ ਬਖੇੜ ਬਣਾਈ ਹੈ ਵੀ ਗੁਨਾਹ ਬਾਹਰ ਕਰੋ ਤਾਂ ਮਸਜਿਦਾਂ 'ਚ ਆ ਕੇ ਧੋ ਲਓ। ਤਾਂ ਮੱਕੇ ਬਾਕੀ ਮਾਫੀਆਂ ਮਿਲਦੀਆਂ ਮਗਰ ਉਹਨਾਂ ਲੋਕਾਂ ਨੂੰ ਜਿਹੜੇ ਸਹੀ ਮਾਨਾ 'ਚ ਤਾਇਬ ਹੋ ਜਾਣ, ਜਿਹਦਾ ਕਸੂਰ ਕੀਤਾ ਉਹਨੂੰ ਰਾਜ਼ੀ ਕਰਨ। ਅੱਲਾ ਤੌਫੀਕ ਦੇ, ਈਦ ਮੁਬਾਰਕ ਕਰੇ, ਅਲੇ ਇਸਲਾਮ ਲਈ ਇਹਦੇ ਲਈ ਤਿਆਰੀ ਕਰੋ, ਰੋਜ਼ਾ ਰੱਖੋ ਔਰ ਉਸ ਦਿਨ ਜਲਦੀ ਈਦਗਾਹ 'ਚ ਪਹੁੰਚੋ। ਵਾਖਿਰ ਉਦਾਵਨ ਅਲਹਮਦੁਲਿਲਾਹ ਰੱਬਿਲ ਆਲਮੀਨ, ਵਸੱਲੱਲਾਹੁ ਤਾਲਾ ਅਲਾ ਖੈਰ ਖਲਕੀ ਮੁਹੰਮਦ ਵਾ ਅਲੀ ਵਸਹਬੀ ਅਜਮੈਨ। ਅੱਲਾ ਅਲਹਮਦੁਲਿਲਾਹ ਵਸਲਾਮ ਅਲਾ ਇਬਾਦਿਹਿ ਅੱਲਜ਼ੀਨ ਅਸਤਫਾ। ਨਮਾਜ਼ ਈਦ ਦਾ ਵਕਤ, 7 ਵਜੇ ਸੂਰਜ ਨਿਕਲਦਾ ਹੈ ਭਾਈ, ਕੰਮ ਉਹ ਕਰੋ ਜਿਹੜਾ ਫਿਰ ਪਰਾਂ ਨਿਭਾਉਣਾ ਹੈ। ਕੋਈ ਨਹੀਂ ਬਹਿਵੇਂ ਤੁਸੀਂ ਉਹਨੂੰ ਕਹਿ ਦਿਓ 7:15 'ਤੇ ਮੁੜ ਕੇ ਉੱਥੇ ਆਵੇ ਨਾ ਬੰਦਾ, ਫਿਰ ਮੈਨੂੰ ਆਖੋ ਅੱਗੇ ਕਰੋ, ਇੱਦਾਂ ਨਹੀਂ ਹੋਣੀ ਗੱਲ। ਜੋ ਕਰਨਾ ਨਾ, 7 ਵਜੇ ਸੂਰਜ ਨਿਕਲਦਾ, ਔਰਤਾਂ ਵੀ ਆਉਣੀਆਂ, ਬੱਚੇ ਵੀ ਆਉਣੇ ਸਾਰੇ, ਇੱਕ ਪਾਸੇ ਕੁਰਬਾਨੀਆਂ ਵੀ ਆ ਕਿ ਉਹ ਵੀ ਕਰਨੀਆਂ, ਸਾਰੇ ਸੋਚ ਕੇ ਕਿਰਾਏ ਦਿਓ। ਬਟ ਸਾਹਿਬ ਮੈਂ ਤੁਸੀਂ ਤਾਂ ਸਵੇਰੇ ਜਾ ਕੇ ਬਹਿ ਜਾ, ਕੋਈ ਗੱਲ ਨਹੀਂ। ਬਸ ਕਈ ਵਾਰੀ ਫਿਰ ਔਰਤਾਂ ਮਰਦ ਰਹਿ ਜਾਂਦੇ ਆ, ਫਿਰ ਬੜਾ ਗਿਲਾ ਕਰਦੇ। ਚਲੋ ਕੋਈ ਕਿਆਮਤ ਨਹੀਂ ਆ ਜਾਂਦੀ, 8:30 ਹੀ, 8:30 ਜਿਹੜੇ ਨਾ, ਇਹ 1.5 ਘੰਟਾ ਬਹੁਤ ਮੁਨਾਸਿਬ ਆ। ਜਲਦੀ ਗੁਸਲ ਕਰਕੇ, ਖੁਸ਼ਬੂਆਂ ਲਗਾ ਕੇ, ਨਹਾ ਧੋ ਕੇ ਪਹੁੰਚ ਜਾਓ, ਅੱਲਾ ਖੈਰ ਕਰੇ। ਉਹ ਕਿੱਥੇ ਗਿਆ ਐਲਾਨ ਜਿਹੜਾ, ਹਾਂ ਈਦ ਵੀ ਸਿਰ 'ਤੇ ਆ ਗਈ, ਜਾਂ ਪੀਲਾਂ ਵੀ ਦੋ ਸਿਰ 'ਤੇ ਆ ਗਈਆਂ, ਦੋਵੇਂ ਸਮਝੋ ਬੀਬੀਆਂ, ਦੋਵੇਂ ਬੇਕਸ। ਇੱਕ ਤਾਂ ਇੱਕੋ ਬੱਚਾ ਸੀ, ਉਹ ਵੀ ਫੌਤ ਹੋ ਗਿਆ, ਬੱਚੀਆਂ ਹੀ ਆ ਵੀ ਵਿਚਾਰੀ ਬਿਮਾਰ ਆ, ਹਸਪਤਾਲ ਦਾਖਲ ਹੋਣਾ ਚਾਹੁੰਦੀ, ਉਹ ਵੀ ਕਈ ਦਿਨ ਤੋਂ ਆ ਕੇ ਮਿੰਨਤਾਂ ਕਰ ਰਹੀ। ਇੱਕ ਦੂਸਰੇ ਸਾਥੀ ਹੈ ਜਿਹਨਾਂ ਦੀ ਬੱਚੀ ਦੀ ਸਮਝੋ 17 ਤਾਰੀਖ ਨੂੰ ਸ਼ਾਦੀ ਹੈ। ਅੱਲਾ ਤਾਲਾ ਆਦਰ ਦੇ ਅਤੇ ਕੁਛ ਕਰ ਦਿਓ, ਬੱਕਰੇ ਐਡਿਆਂ ਦੀ ਲੋੜ ਨਹੀਂ, ਇੱਕ ਬੱਕਰਾ ਘਟਾ ਦਿਓ, ਜਿਹੜੇ ਨਾ 4-4, 5-5 ਕਰਨੇ, ਕੋਈ ਨਹੀਂ, ਖੁਦਾ ਦਾ ਨਾ ਇੱਕ ਬੱਕਰਾ ਮੈਨੂੰ ਦੇ ਦਿਓ ਅੱਲਾ ਵਾਸਤੇ, ਜਿਹੜਾ ਉਹਨਾਂ ਗਰੀਬਾਂ ਨੂੰ ਦੇ ਦਿਆਂ, ਅਤੇ ਉਹ 25-30 ਹਜ਼ਾਰ ਦਾ ਕੁਛ ਬਣਾ ਰਹਿਣ, ਬੱਕਰੇ ਖਾ ਕੇ ਕੁਛ ਨਹੀਂ ਬਣਨਾ। ਇਹ ਦੋ ਜਿਹੜੇ ਨਾ ਮਿਸਕੀਨ, ਇਹਨਾਂ ਦੀ ਮਦਦ ਕਰ ਦਿਓ, 20 ਹਜ਼ਾਰ ਵੀ ਅਗਰ ਹੋ ਜਾਏ, ਚਲੋ ਥੋੜ੍ਹਾ ਥੋੜ੍ਹਾ ਦੁਆ ਨੂੰ ਦੇ ਦਈਏ। ਅੱਲਾ ਤੌਫੀਕ ਦੇ ਤਾਂ 60 ਵਿੱਚ ਘੁੰਮ ਕੇ ਇਕੱਠਾ ਕਰੋ, ਔਰ ਬਾਅਦ ਵੀ ਪਤਾ ਕਰਕੇ ਦੇ ਕੇ ਜਾਓ। ਰੱਬ ਨੇ ਤੁਹਾਨੂੰ ਬਥੇਰਾ ਕੁਝ ਦਿੱਤਾ, ਅਤੇ ਅੱਲਾ ਹੋਰ ਜ਼ਿਆਦਾ ਦੇਵੇ, ਉਸ ਦਿੱਤੇ ਦਾ ਸ਼ੁਕਰਾਨਾ ਇਹ ਹੀ ਹੈ, ਜਿਹਨਾਂ ਕੋਲ ਹੈ ਨਹੀਂ ਉਹਨਾਂ ਭਰਾਵਾਂ ਦੀ ਖਬਰ ਲਓ। ਇਹੋ ਜਿਹਾ ਵਿਵਹਾਰ ਮਸਕੀਨ ਜਿਹੜਿਆਂ ਦੀ ਮਦਦ ਕਰੋ, ਅੱਲਾ ਅਜਰ ਦਊਗਾ। ਇਹ 20 ਹਜ਼ਾਰ ਦੀ ਰਕਮ ਦੋਵਾਂ ਲਈ ਨਾ ਪੂਰੀ ਕਰ ਦਿਓ, ਇਨਸ਼ਾ ਅੱਲਾ ਮੇਰੀ ਤੁਹਾਡੀ ਫਿਰ ਆਲਾ ਦਰਜੇ ਦੀ ਹੋਊਗਾ, ਅੱਲਾ ਖੁਸ਼ ਹੋ ਜਾਊਗਾ।
ਕਿ ਮੇਰੇ ਬੰਦਿਆਂ ਦੀ ਖਬਰ ਲੈ ਕੇ ਆਇਆ, ਵਰਨਾ ਅੱਲਾਹ ਤਾਲਾ ਨੇ ਬੱਕਰਿਆਂ ਦਾ ਗੋਸ਼ਤ ਆ ਨਾ, ਉਹ ਤਾਂ ਕੁਰਾਨ ਚਾਹੁੰਦਾ, ਮੈਨੂੰ ਨਾ ਖੂਨ ਦੀ ਲੋੜ ਹੈ ਨਾ ਗੋਸ਼ਤ ਦੀ ਹੈ, ਤਕਵਾ ਚਾਹੁਣ। ਕਿਸੀ ਨੇ ਅਮਰੀਕਾ ਮੈਂ ਕਿਤਾਬ ਲਿਖੀ, ਅਗੇਨ ਉਸਕਾ ਨਾਮ ਹੈ ਵਾਦ ਛਪੀ ਪਾਕਿਸਤਾਨ ਪਾਬੰਦੀ, ਉਸਮੇ ਸਾਬਤ ਕੀਆ ਗਿਆ ਪਾਕਿਸਤਾਨ ਮੈਂ ਮਿਲਾਵਟ ਕੀ ਹੋਇਆ, ਸਰ ਚੀਜ਼ ਦੋ ਨੰਬਰ ਹੈ, ਦੋ ਨੰਬਰ ਹੱਤਾ ਕਿ ਉਲਮਾ ਵੀ ਅਮਰੀਕਾ ਲਿਖੇ ਅਤੇ ਦੂਜੇ ਲਿਖਣ, ਸਾਰੇ ਬੇਈਮਾਨ ਅਤੇ ਕਾਫਰ ਹੈ, ਐਵੇਂ ਸਾਡੇ ਦੁਆਲੇ ਹੋਏ ਵੀ ਇੱਥੇ ਦੋ ਨੰਬਰ ਹੈ, ਇੱਕ ਨੰਬਰ ਕਿੱਥੇ ਹੈ, ਹਰ ਮੁਲਕ 'ਚ ਬੇਈਮਾਨੀ ਹੈ, ਹਰ ਮੁਲਕ 'ਚ ਬਦਮਾਸ਼ੀ ਹੈ, ਸਾਨੂੰ ਬਦਨਾਮ ਕਰ ਲਈ ਪਾਕਿਸਤਾਨ ਦੇ ਵੈਰ ਪੈ, ਯਹੂਦ ਕੀ, ਹਨੂਦ ਕੀ, ਅਮਰੀਕਾ ਕੀ, ਔਰ ਸਾਡੀ ਹਿਮਾਕਤ ਹੈ ਵੀ ਕੋਈ ਗੱਲ ਵੀ ਕਾਫਰ ਕਹਿ ਦਿੰਦਾ ਨਾ ਵੀ ਇਹਨਾਂ ਨੇ ਉੱਥੇ ਕੀਤਾ, ਅਸੀਂ ਝੱਟ ਕੰਨ ਬੰਨ ਕੇ ਮੰਨ ਕੇ ਠੀਕ ਆਉਂਦੇ ਕਾਫਰ, ਕਾਫਰਾਂ ਦੀ ਖਬਰ ਵੀ ਮੰਨਣੀ ਚਾਹੀਦੀ, ਹੈਂ ਹੋਰ ਦੁਨੀਆ 'ਚ ਬਦਮਾਸ਼ ਥੋੜ੍ਹੇ, ਮੁਸਲਮਾਨਾਂ ਨੇ ਬਦਨਾਮ ਕਰਨ ਦੀ ਗੱਲਾਂ, ਅਤੇ ਦੋ ਨੰਬਰ ਹਰ ਗਰੋਹ 'ਚ ਹੈਗੇ ਆ, ਅੱਛੇ ਲੋਕ ਵੀ ਹੈਗੇ, ਬੜੇ ਬੜੇ ਆਲਮ ਔਰ ਨੇਕ ਲੋਕ ਵੀ ਆ, ਜਿਹਨਾਂ ਦੀ ਮਿਸਾਲ ਹੀ ਕੋਈ ਨਹੀਂ, ਸਾਰਿਆਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ, ਔਰ ਇਹ ਦੁਨੀਆ 'ਚ ਹਰ ਜਗ੍ਹਾ, ਉੱਥੇ ਵੀ ਪਾਦਰੀ ਆ ਜਿਹੜੇ ਲੌਂਡੇ ਬਾਦੀਆਂ 'ਚ ਫੜੇ ਜਾਂਦੇ ਆ, ਕੋਈ ਜਨਾਹ 'ਚ ਫੜੇ ਜਾਂਦੇ, ਕਿੰਨੇ ਬੱਸਾਂ ਬੱਚੇ ਨਾਲ ਜਨਾਹ ਕੀਤਾ ਸੀ ਉਸ ਵਿਸ਼ਵ ਦਾ, ਅਖਬਾਰਾਂ 'ਚ ਪੜਿਆ ਤੁਸੀਂ, ਆਪਣਾ ਨਹੀਂ ਨਾ ਲੈਣਾ, ਉਲਮਾ ਕਿਸੇ ਕੋਲ ਗਲਤੀ ਹੋ ਗਿਆ ਤਾਂ ਛੱਡਦੇ ਪਏ, ਅਸੀਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਹੋਇਆ, ਬਿਲਕੁਲ ਬੇਈਮਾਨ, ਸਾਨੂੰ ਇਸਲਾਮ ਤੋਂ ਦੂਰ ਕਰਨਾ ਚਾਹੁੰਦੇ। ਕਿਆ ਕੁਰਬਾਨੀ ਕੇ ਜਾਨਵਰ ਨੇ ਹਕੀਕਾ ਕੈਸਾ ਲਗਾਇਆ ਜਾ ਸਕਿਆ, ਨਹੀਂ ਬਿਲਕੁਲ ਬੇਸਬੂਤ, ਐਸਾ ਨਹੀਂ ਕਰਨਾ ਚਾਹੀਦਾ, ਕੁਰਬਾਨੀ ਅਲੱਗ ਕਰੇ, ਹਕੀਕਾ ਜੁਦਾ ਕਰੇ, ਜੇ ਕੋਈ ਇੰਨੇ ਜੋਗਾ ਨਹੀਂ ਤਾਂ ਹਕੀਕਾ ਕਰ ਲੈ, ਕੁਰਬਾਨੀ ਰਹਿਣ ਦੇ, ਕੁਰਬਾਨੀ ਦੀ ਕੋਈ ਗੱਲ ਨਹੀਂ, ਹਕੀਕਾ ਤਾਂ ਜਿਹੜਾ ਇਹਨਾਂ ਦੇ ਵਾਜਬ ਚੱਕਿਆ ਗਿਆ ਨਾ, ਬਿਲ ਆਦਮੀ ਗੱਲ ਹੈ, ਬੱਚਾ ਗਿਰਾਓ ਆਪਣੇ ਉਸ ਹਕੀਕੇ ਦੇ ਵਿੱਚ, ਜਿਹ 'ਚ ਜਾਨ ਹੈਗੀ ਉਹ ਹਕੀਕੇ ਦੀ ਫਿਕਰ ਕਰੇ, ਕੁਰਬਾਨੀ ਇੱਕ ਸਾਲ ਨਾ ਵੀ ਹੋ ਜਾਏ ਖੈਰ, ਔਰ ਇਹ ਵੀ ਨਾਲ ਕਈ ਵਾਰੀ ਬਿਆਨ ਹੋ ਚੁੱਕਾ ਵੀ ਹਕੀਕਾ ਐਡਾ ਨਹੀਂ ਵੀ ਟਾਲਦੇ ਆਓ ਤੀਜ ਵਾਲੇ ਦਿਨ ਕਰਨਾ, ਸੱਤਵੇਂ ਦਿਨ ਜਿਸ ਦਿਨ ਬੱਚਾ ਪੈਦਾ ਉਹ ਵੀ ਦਿਨ ਵਿੱਚ ਪਾਓ, 6 ਦਿਨ ਹੋਰ, 7ਵੇਂ ਦਿਨ ਉਹਦੇ ਸਿਰ ਦੇ ਵਾਲ ਮੁੰਨੇ ਜਾਣ, ਉਸ ਦਿਨ ਹਕੀਕਾ ਕੀਤਾ ਜਾਏ, ਆਹ ਜੁੰਮਾ ਅਸੀਂ ਅਗਰ ਮੰਗਲ ਬੁੱਧ ਨੂੰ ਪੜ੍ਹੀਏ ਤਾਂ ਜੁੰਮਾ ਹੋਣਾ, 7ਵੇਂ ਦਿਨ ਤੋਂ ਅੱਗੇ ਪਿੱਛੇ ਹਕੀਕਾ ਕੂਕਾ ਕੋਈ ਨਹੀਂ, ਸਦਕਾ ਖੈਰਾਤ ਜੋ ਮਰਜ਼ੀ ਕਰਦਾ ਫਿਰ। ਤਹਿਰੀਕੇ ਇਸਲਾਮੀ ਕਾ ਇਜਤਮਾ ਪਰਸੋਂ ਬਰੋਜ਼ ਉਤਾਰ ਮਰਖਾ 7, 12, 8 9:30 ਸ਼ੁਰੂ ਹੋਗਾ, ਅਹਬਾਬ ਅਤੇ ਸ਼ਿਰਕਤ ਕੀ ਅਪੀਲ ਹੈ, ਇਨ ਸ਼ਾ ਅੱਲਾ ਐਤਵਾਰ ਵਾਲੇ ਦਿਨ 9:30। ਅੱਲਾ ਸੱਲੇ ਅਲਾ, ਹਾਂ ਪਿੰਡਾਂ 'ਚ ਵੀ ਰਿਵਾਜ਼ ਸੀ, ਇੱਥੇ ਵੀ ਪਤਾ ਨਹੀਂ ਹੋਵੇ, ਮੌਲਵੀ ਆਊਗਾ ਤਾਂ ਛੁਰੀ ਫੇਰੂਗਾ, ਇਹ ਕੋਈ ਗੱਲ ਨਹੀਂ, ਤੁਸੀਂ ਵੇਖਿਆ ਵੀ ਉਹ ਸਾਹਬੀ ਚਲਾ ਕੇ ਪਿੱਛੋਂ ਔਰਤ ਨੇ ਜਮ੍ਹਾਂ ਕਰ ਲਿਆ, ਇਸੇ ਤਰ੍ਹਾਂ ਇਮਾਮ ਬੁਖਾਰੀ ਰਹਿਮਤੁੱਲਾਹ ਅਲੈਹ ਫਰਮਾਉਂਦੇ, ਲਾਉਂਡੀ ਸੀ ਉਹ ਬੱਕਰੀਆਂ ਚਰਾਉਂਦੀ ਸਲਾਹ ਪਹਾੜੀ 'ਚ, ਉਹ ਭੇੜੀਆ ਪਿਆ, ਉਹਨੇ ਜ਼ਖਮੀ ਕਰ ਦਿੱਤਾ ਜਾਨਵਰ ਨੂੰ, ਉਸੇ ਵੀ ਉਹ ਲਾਉਂਡੀ ਨੇ ਉਹਨੂੰ ਜ਼ਬਾ ਕਰ ਲਿਆ, ਔਰ ਹਜ਼ੂਰ ਨੂੰ ਪੁੱਛਿਆ ਆਪਣੇ ਬਰਾ ਬਿਲਕੁਲ ਹਲਾਲ, ਇਸ ਤੋਂ ਜ਼ਬਾ ਲਈ ਵੀ ਜਿਹੜਾ ਨਾ ਕਿ ਕੁਕੜੀ ਦੀ ਬਾਂਗਣੀ ਰਵਾ ਅਤੇ ਔਰਤ ਦਾ ਜ਼ਬਾ ਨਹੀਂ ਰਹਾ, ਇਹ ਮਸਲੇ ਕੋਈ ਬਣਾਏ, ਕੋਈ ਮਰਦ ਔਰਤ ਦੋਵਾਂ 'ਚੋਂ ਜਿਹੜਾ ਵੀ ਜ਼ਬਾ ਕਰਨਾ ਚਾਹੁੰਦਾ ਕਰ ਲੈ, ਕਈ ਮਰਦ ਵੀ ਹੈ ਵੀ ਉਹ ਹੱਥ ਵੀ ਨਹੀਂ ਲਾ ਸਕਦੇ ਵਿਚਾਰੇ, ਇਹਨੇ ਬੁੱਝ ਦੇ ਲਿਆ, ਬਾਕੀ ਅਗਰ ਔਰਤ ਜ਼ਬਾ ਕਰ ਸਕਦੀ ਹੈ ਤਾਂ ਲੰਮਾ ਕੰਮ ਕੋਈ ਨਹੀਂ, ਨਾ ਮੰਦ ਪੜਨਾ ਜਿਹਨੂੰ ਅਸੀਂ ਆਉਂਦੇ ਪਹਾੜ ਸਰ ਕਰ, ਇਹੋ ਕੋਈ ਨਹੀਂ, ਇੱਥੋਂ ਲੈ ਕੇ ਥੱਲੇ ਦੇ ਚਬਾੜੇ ਦਾ ਇੱਥੋਂ ਤੱਕ ਤਾਉਣ, ਇਹਦੇ ਜਿੱਥੇ ਮਰਜ਼ੀ ਛੁਰੀ ਫਿਰਦੇ ਰਗਾਂ ਕੱਟ ਜਾਣ, ਔਰ ਬਿਸਮਿਲ੍ਲਾ ਵੱਲਾਹੁ ਅਕਬਰ ਕਹਿ ਦੇ ਜਾਂ ਬਿਸਮਿਲ੍ਲਾ ਹੀ ਕਹਿ ਦੇ, ਬਿਲਕੁਲ ਠੀਕ, ਜਾਨਵਰ ਹਲਾਲ ਆ ਤੋ ਬਿਲਕੁਲ ਜਾਇਜ਼ ਜੀ, ਤੇਰਾ ਮਸਲਾ ਵੀ ਹੋ ਗਿਆ। ਅੱਲਾ ਸੱਲੇ ਅਲਾ ਮੁਹੰਮਦ ਨਬੀ ਅਲ ਉਮੀ ਵਾਜ ਵਾਜ ਉਮਹਾਤ ਅਲ ਮੋਮੀਨ ਵਜ਼ੁਰੀਅਤ ਹੀ ਵਾਹਲੇ ਬੈਤ ਹੀ ਕਮਾ ਸੱਲੇ ਤਾਲਾ ਅਲ ਇਬਰਾਹੀਮ ਇਨਕਾ ਹਮੀਦ ਮਜੀਦ اللهم مغفر للمؤمنين والمؤمنات والمسلمين والمسلمات الأحياء منهم والأموات إن الله يأمر بالعدل والإحسان وإيتاء ذي القربى وينهى عن الفحشاء والمنكر والبغي يعظكم لعلكم تذكرون